ਕਲਾਕਾਰਾਂ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਵੀ ਰੁੱਲ ਜਾਂਦੇ ਆ, ਬਚਦਾ ਨਹੀਂ ਬਹੁਤ ਕੁਝ, ਸਾਰੇ ਕੰਮ ਚੀਜ਼ ਵਿਕਦੀ ਨਹੀਂ ਹੈ ਫਲਾ, ਕਿਵੇਂ ਨਹੀਂ ਵਿਕਦੀ ਆ, ਪੂਰੀ ਵਧੀਆ ਚੀਜ਼ ਬਣਾ ਕੇ ਗੱਡ ਕੇ ਤੁਸੀਂ ਅਗਲੇ ਦੇ ਖਾਨੇ 'ਚ ਪਾਓ ਨਾ ਵੀ ਇਹ ਕਿੱਥੇ ਇਹਦੀ ਲੋੜ ਹੈ। 15 ਸਾਲ ਦੀ ਉਮਰ 'ਚ ਪਹਿਲੀ ਪੇਂਟਿੰਗ ਵੇਚੀ ਸੀ 13 ਰੁਪਈਏ ਦੀ। ਜਦ ਮੈਂ ਲਦਾਖ ਦੀਆਂ ਪੇਂਟਿੰਗਾਂ ਦਿਖਾਈਆਂ, ਉਹ ਗੋਰਾ ਮੈਨੂੰ ਕਹਿੰਦਾ ਯਾਰ ਮੈਂ ਮਹੀਨਾ ਪਹਿਲਾਂ ਲਦਾਖ ਸੀ, ਆਹ ਸਾਰਾ ਕੁਛ ਤਾਂ ਮੈਂ ਦੇਖ ਕੇ ਆਇਆ ਜਿਹੜਾ ਤੂੰ ਪੇਂਟਿੰਗਾਂ 'ਚ ਲਿਆਇਆ। ਕਹਿੰਦਾ ਯਾਰ ਟਾਈਮ ਥੋੜ੍ਹਾ, ਤੇਰੇ ਨਾਲ ਕੌਫੀ ਪੀਣੀ ਸੀ, ਵੀਜ਼ਾ ਤਾਂ ਹਲੇ ਇੱਕ ਪਾਸੇ ਰਹਿ ਗਿਆ, ਹਲੇ ਤਾਂ ਕੌਫੀਆਂ ਬਣਾ ਰਹੇ ਨੇ। ਇਸ ਔਖੇ ਟਾਈਮ 'ਚ ਸਿੱਖ ਬੀਬੀਆਂ, ਸਿੱਖ ਮੁੰਡੇ ਸਾਰੇ ਪਰਿਵਾਰਾਂ ਨੇ ਰਲ ਕੇ ਜਿਵੇਂ ਦਿੱਲੀ ਦੇ ਲੋਕਾਂ ਦੀ ਹੈਲਪ ਕੀਤੀ, ਆਪਣੀ ਜਾਨ ਜੋਖਮ 'ਚ ਪਾ ਕੇ, ਉਹ ਸਾਰਾ ਮੈਂ ਇਸ ਤਸਵੀਰ 'ਚ ਦਿਖਾਇਆ। ਪੰਜਾਬ ਕਹਿੰਦੇ ਬਹੁਤ ਸੋਹਣਾ, ਗ੍ਰੀਨ ਸ਼ੀਟ ਆ, ਮਜ਼ਾ ਆ ਜਾਂਦਾ ਦੇਖ ਕੇ ਵੀ ਅਸੀਂ ਇੱਥੇ ਰਹਿਣਾ ਰਹਿਣਾ ਹੋਵੇ ਬਹੁਤ ਵਧੀਆ, ਪਰ ਕਹਿੰਦੇ ਜਦੋਂ ਰਹਿਣ ਲੱਗੀਦਾ ਘੁੱਦੇ ਜਾਲੇ ਹੋਣੀ ਆ ਜਾਂਦੇ ਨੇ, ਕਹਿੰਦੇ ਅੱਖਾਂ ਪਾਲ ਪਾਲ ਦੇਖਦੇ ਨੇ। ਉਹ ਹਵਾ ਪੈ ਰਹੀ ਹੈ ਪਹਾੜ 'ਤੇ, ਦਾੜੀ ਲਹਿਰਾ ਕੇ ਆਇਆ ਜਾ ਰਹੀ ਹੈ ਸਾਈਡ ਨੂੰ, ਇੱਕ ਜਪਾਨੀ ਮੇਰੇ ਕੋਲ ਆ ਗਿਆ, ਮੈਨੂੰ ਕਹਿੰਦਾ ਬਾਈ ਕਹਿੰਦਾ ਜੀ ਕਹਿੰਦੇ ਇਜ਼ ਇਟ ਓਰੀਜਨਲ? ਮੈਂ ਕਿਹਾ ਯਾਰ ਹਾਂ ਬਾਈ, ਮੈਂ ਨਾਟਕਾਂ 'ਚ ਤਾਂ ਕੰਮ ਕਰਦਾ ਨਹੀਂ, ਮੈਂ ਨਕਲੀ ਲਾ ਲਈ। ਕਹਿੰਦਾ ਵਿੱਚ ਆਇਲ ਯੂ ਯੂਜ਼ਡ? ਮੈਂ ਕਿਹਾ ਜੇ ਡਾਲਰ ਸਟੋਰ ਤੋਂ $1 ਦਾ ਜੌਨਸਨ ਆਇਲ ਮਿਲਦਾ ਮੈਂ ਤਾਂ ਉਹ ਲਾਉਣਾ ਯਾਰ। ਮੈਂ ਕਿਹਾ ਬਾਈ ਹੁਣ ਜੇ ਤੇਰੇ ਨਹੀਂ ਆਉਂਦੀ ਜਪਾਨੀ ਦੇ, ਜੇ ਤੁਹਾਡੀ ਤੇ 2 ਵਾਲ ਹੁਣ ਮੈਂ ਕਿਹੜੀ ਖਾਦ ਪਾ ਦਾਂ? ਸਾਰੇ ਵੀਜ਼ੇ ਅਮਰੀਕਾ, ਜਰਮਨ, ਆਸਟਰੀਆ, ਠੀਕ ਹੈ, ਚੰਗੇ ਚੰਗੇ ਮੁਲਕਾਂ ਦੇ, ਇੰਗਲੈਂਡ, ਕੁੜਤਾ ਪਜਾਮਾ ਪਾ ਕੇ ਲਏ ਆ। ਲੈ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਚੰਗਿਆੜਾ ਸੁਣਾਵਾਂ। ਕਹਾ ਵੀ ਇੱਕ ਜਵਾਨ ਕੁੜੀ 6-7 ਸ਼ੇਰਾਂ ਵਰਗੇ ਕੁੱਤੇ ਲਈ ਬੈਠੀ ਸੀ। ਜਦੋਂ ਅਸੀਂ ਉਸਨੂੰ ਪੁੱਛਿਆ ਤੇ ਕਿ ਤੂੰ ਇਹ ਕੁੱਤੇ ਕਿਉਂ ਰੱਖੇ ਨੇ, ਤਾਂ ਉਹ ਕਹਿਣ ਲੱਗੀ ਕਿ ਲੋਕ ਇਹਨਾਂ ਨੂੰ ਛੱਡ ਦਿੰਦੇ ਨੇ ਅਤੇ ਮੈਂ ਇਹਨਾਂ ਨੂੰ ਪਾਲ ਰਹੀ ਹਾਂ। ਅਸੀਂ 10-10 ਰੁਬਲ ਦਿੱਤੇ ਅਤੇ ਖੁਸ਼ ਹੋਈ। ਪਤਾ ਨਹੀਂ ਉਹ ਕੁੱਤੇ ਪਾਲ ਰਹੀ ਸੀ ਜਾਂ ਕੁੱਤੇ ਉਸਨੂੰ ਪਾਲ ਰਹੇ ਸੀ। ਇੱਕ ਹੋਰ ਚੰਗਿਆੜਾ ਕਹਿੰਦਾ ਵੀਲਚੇਅਰ ਦੇ ਲੱਤਾਂ ਵੱਢੀ ਇੱਕ ਫੌਜੀ ਪੂਰੀ ਵਰਦੀ 'ਚ ਬੈਠਾ ਹੈ, ਸਾਨੂੰ ਵੱਖਰੇ ਜਿਹੇ ਦੇਖ ਕੇ ਕੁਰਸੀ ਨੂੰ ਘੁਮੇਟਣੀ ਜੀ ਖੁਆ ਕੇ ਰੂਸੀ ਭਾਸ਼ਾ 'ਚ ਮੰਗਦਾ ਹੈ, ਇਸ ਨੂੰ ਤਾਂ ਜ਼ਰੂਰ ਕੁਝ ਦੇਣਾ ਚਾਹੀਦਾ, ਵਿਚਾਰਾ ਦੇਸ਼ ਭਗਤੀ ਦੇ ਨਾਂ 'ਤੇ ਰਗੜਿਆ ਗਿਆ। ਇਹ ਇਹੋ ਜਿਹੇ ਚੰਗਿਆੜੇ ਸੁਪ੍ਰੀਤ ਸਿੰਘ ਆਰਟਿਸਟ ਦੀ ਕਿਤਾਬ ਹੈ ਵੀਜ਼ਾ ਕਿ ਰੱਬ ਮੇਰੇ ਹੱਥ ਵਾਂ। ਇਹ ਥਵੇਂ ਕਹੇਂਗੇ ਵੀ ਸੁਖਪ੍ਰੀਤ ਸਿੰਘ ਆਰਟਿਸਟ ਕੌਣ ਹੈ? ਇਹ ਬੰਦੇ ਦੀ ਕਹਾਣੀ ਬੜੀ ਕਮਾਲ ਹੈ। ਇਹ ਬੰਦਾ ਜਦ ਜਵਾਨੀ ਚੜ੍ਹਿਆ ਤਾਂ ਘਰਾਂ 'ਤੇ ਭੱਜ ਗਿਆ ਤਾ, ਅਤੇ ਬਹੁਤ ਦਿਨ ਆਇਆ ਨਹੀਂ। ਜਾਂ ਮੁੜਕਾ ਆਇਆ ਇਕੱਲਾ ਛੋਕਰਾ ਦਾ ਘਰ ਕੇ ਕਹਿਆ ਵੀ ਯਾਰ ਰਜਾਈ ਨਾ ਕਰ, ਮੈਨੂੰ ਦੱਸ ਜੇ ਕਰ। ਫਿਰ ਇਹ ਬੰਦਾ ਭਾਈ ਹੌਲੀ ਹੌਲੀ ਕਿਆ ਕਰਨ ਲੱਗ ਗਿਆ, ਬੁਰਛਾਂ ਗੱਲ ਪੇਂਟਿੰਗਾਂ ਕਰਨ ਲੱਗ ਗਿਆ, ਬਹੁਤ ਬੜੀ ਬੜੀਆਂ ਮੂਰਤਾਂ ਤਸਵੀਰਾਂ ਬਣਾਉਣ ਲੱਗ ਗਿਆ। ਉੱਥੇ ਮੇਰੇ ਪਿੱਛੇ ਦੇਖ ਰਹੇ ਹੋਣੇ ਮੇਰੇ ਲਵੈ ਦਰਬਾਰ ਸਾਹਿਬ ਕੀ ਬਹੁਤ ਬੜੀ ਇੱਕ ਪੇਂਟਿੰਗ ਬਣਾਈ ਵੀ ਹੈ। ਉਹਨਾਂ ਪੇਂਟਿੰਗਾਂ ਦੇ ਸਿਰ ਪਰ ਪੂਰੀ ਦੁਨੀਆ ਘੁੰਮਿਆ, 40-50 ਮੁਲਕ ਗਾਹ 'ਤੇ ਟਰੈਕਿੰਗ ਕਰੀ, ਪਹਾੜਾਂ ਪਰ ਚੜ੍ਹਿਆ, ਬੜੀਆਂ ਅਲੋਕਾਰੀਆਂ ਬਾਤਾਂ ਇਸਕੀਆਂ। ਪੇਂਟਿੰਗਾਂ ਤਾਂ ਬਹੁਤ ਸਾਰੇ ਬੰਦੇ ਬਣਾ ਰਹੇ ਆ ਪੰਜਾਬ ਦੇ ਵਿੱਚ ਵੀ, ਪਰ ਉਹਨਾਂ ਦਾ ਬਹੁਤ ਸਾਰੇ ਬੰਦਿਆਂ ਦਾ ਕੁਛ ਨਹੀਂ ਬਣਿਆ। ਪਰ ਸੁਖਪ੍ਰੀਤ ਸਿੰਘ ਆਰਟਿਸਟ ਕੀ ਜ਼ਿੰਦਗੀ ਬੜੀ ਕਮਾਲ ਹੈ ਵੀ ਬੁਰਸ਼ਾਂ ਨੇ ਇਸਕੀ ਜ਼ਿੰਦਗੀ ਬਣਾਈ, ਆ ਰਹੇ ਬੁਰਸ਼ਾਂ ਨਾਲ ਮੂਰਤਾਂ ਬਣਾ ਰਿਹਾ। ਅੱਜ ਮੈਂ ਉਸੀ ਕੀ ਬੈਠਕ ਦੇ ਵਿੱਚ ਹੈ, ਉਸੀ ਦੇ ਘਰਾਂ ਲੁਧਿਆਣੇ ਦੇ ਵਿੱਚ ਹੈ। ਆਓ ਅੱਜ ਉਸੀ ਕਿ ਕਾਰਖਾਨੇ ਮੈਂ ਚੱਲਿਆ, ਮਿਸਤਰੀਆਂ ਦਾ ਮੁੰਡਾ, ਪਹਿਲਾਂ ਗੌਮਾ ਹੋਏ ਕਰੇ ਅਤੇ ਕਾਰਖਾਨੇ ਵੀ ਮਿਸਤਰੀਆਂ ਕਾਰਖਾਨਾ, ਉਸਕੇ ਕਾਰਖਾਨੇ ਮੈਂ ਦੇਖਿਆ ਹੋਰ ਕਿਹੜੀਆਂ ਮੂਰਤਾਂ ਬਣਾ ਰਿਹਾ, ਬੜੀਆਂ ਵੱਲੀਆਂ ਬਾਤਾਂ ਹੋਏਗੀਆਂ ਅੱਜ। ਸੁਖਪ੍ਰੀਤ ਸਿੰਘ ਆਰਟਿਸਟ ਗੱਲ ਲੈ ਵੀ ਆ ਜਾਓ, ਉਰੇ ਸਾਰੇ ਕੰਧਾਂ ਪਰ ਕਿਤੇ ਵੀ ਮੂਰਤਾਂ ਹੀ ਹੈ। ਜੋ ਪੁਰਾਣੇ ਟਾਈਮ ਦੇ ਵਿੱਚ ਅਕਬਰ ਜਦ ਗੁਰੂ ਸਾਹਿਬ ਦੇ ਦਰਬਾਰ ਮਾ ਆਇਆ, ਲੰਗਰ ਛਕ ਰਿਹਾ, ਰੌਣ ਸੀਤਾ ਵਾਲੀ ਕਹਾਣੀ ਸਾਰਿਆਂ ਨੇ ਸੁਣੀ ਹੈ, ਦੇਖੀ ਪੜ੍ਹੀ ਆ ਅਖਬਾਰਾਂ ਵਾਂ, ਕਿਤਾਬਾਂ ਵਾਂ, ਟੀਵੀ ਆ, ਪਰ ਜੋ ਨਜ਼ਾਰਾ ਬੰਨਿਆ ਰੌਣ ਔਰ ਸੀਤਾ ਨੂੰ ਜਾਣੇਗਾ। ਇੱਧਰ ਹੋਰ ਕਮਾਲ ਹੈ ਦੇਖੋ, ਤੂਤਾਂ ਵਾਲਾ ਖੂਹ, ਸੋਹਣ ਸਿੰਘ ਸੀਤਲ ਦਾ ਨਾਵਲ, ਪੁਰਾਣੇ ਟਾਈਮ ਦੇ ਸਾਈਕਲ ਚੁੰਨੀ ਫਸ ਕੇ ਮੁੰਡੇ ਕੱਢ ਰਹੇ ਹੈ, ਕਿਆ ਬਾਤਾਂ ਹੈ, ਵਾਹ। ਇੱਧਰ ਖੜ੍ਹੇ ਹੈ ਬਾਈ ਸੁਖਪ੍ਰੀਤ ਸਿੰਘ ਆਰਟਿਸਟ, ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ, ਸਿਗਰਟ ਕੱਢ ਰਹੇ ਹੈ? ਬਹੁਤ ਸਾਰੇ ਬੰਦੇ ਤਾਂ ਘਰਾਂ ਦੇ ਭੱਜ ਗਏ, ਖਤਮ ਹੋ ਗਏ, ਮੁੜ ਕੇ ਨੀ ਆਏ। ਕਹਿੰਦੇ ਸੁਖਪ੍ਰੀਤ ਸਿੰਘ ਆਰਟਿਸਟ ਘਰਾਂ ਦੇ ਭੱਜ ਗਏ, ਬਹੁਤ ਕਾਮਯਾਬ ਹੋਇਆ। ਉਹ ਕਿਸ ਤਰ੍ਹਾਂ ਕਹਾਣੀ ਆ? ਦੇਖੋ ਭੱਜ ਕੇ ਬੜੇ ਲੋਕ ਕਾਮਯਾਬ ਹੋਏ ਆ, ਪੀਟੀ ਊਸ਼ਾ ਕਾਮਯਾਬ ਹੋਈ ਆ, ਕਾਮਯਾਬ ਹੋਇਆ। ਦੇਖੋ ਜੈਜ ਭੱਜਣਾ,
ਕਿਸੇ ਚੰਗੀ ਡਾਇਰੈਕਸ਼ਨ ਵੱਲ ਭੱਜਣਾ ਭੱਜ ਕੇ ਕੁਝ ਲੈ ਕੇ ਆਉਣਾ ਫਿਰ ਦੌੜ ਕੇ ਵਾਪਸ ਆਉਣਾ ਠੀਕ ਆ ਨਹੀਂ ਉਹੀ ਮੈਂ ਬਾਤ ਕਰ ਰਿਹਾ ਤਾਂ ਆਪਾਂ ਕਹਿੰਦੇ ਨੀ ਕੀ ਦੌੜ ਭੱਜ ਕੀਤੀ ਆ ਤਾਂ ਜ਼ਿੰਦਗੀ ਚ ਸੁਖਪ੍ਰੀਤ ਸਿੰਘ ਆਰਟਿਸਟ ਵੀ ਜਹਾਂ ਚੜਾ ਲੋਕ ਜਹਾਂ ਚੜਾ ਪੈਸੇ ਖਰਚ ਕਰਕੇ ਆਵਾ ਸੁਖਪ੍ਰੀਤ ਸਿੰਘ ਜਹਾਂ ਚੜਾ ਜਾਂ ਮੁੜਾ ਦਾ ਜੇਬਾਂ ਪੈਸਿਆਂ ਨਾਲ ਭਰੀਆਂ ਇਹ ਪਾਕਟਾਂ ਭਰੀਆਂ ਰਹਿਣ ਨਹੀਂ ਸਹੀ ਗੱਲ ਹੈ ਦੇਖੋ ਵਰਕਿੰਗ ਹੋਲੀਡੇਜ਼ ਆ ਕੰਮ ਕਰਨ ਜਾਓ ਘੁੰਮੋ ਫਿਰੋ ਵੀ ਆਉਂਦੇ ਹੋਏ ਪੈਸੇ ਵੀ ਲੈ ਕੇ ਆਓ ਕਿਵੇਂ ਨਹੀਂ ਨਿਕਲਦੇ ਜੇ ਤੁਹਾਡੇ ਕੋਲ ਟੈਲੈਂਟ ਆ ਤੁਸੀਂ ਵਧੀਆ ਕੰਮ ਕਰਕੇ ਦੋ ਬੰਦੇ ਨੂੰ ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਚੀਜ਼ ਕਮਾਈ ਕਰ ਲਓ ਕਿਹੜੀ ਗੱਲ ਆ ਕਲਾਕਾਰਾਂ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਵੀ ਰੁਲ ਜਾਂਦੇ ਆ ਬਚਦਾ ਨਹੀਂ ਕਿਵੇਂ ਨੀ ਵਿਕਦੀ ਆ ਪੂਰੀ ਵਧੀਆ ਚੀਜ਼ ਬਣਾ ਕੇ ਗੱਡ ਕੇ ਤੁਸੀਂ ਅਗਲੇ ਦੇ ਖਾਨੇ ਚ ਪਾਓ ਨਾ ਵੀ ਇਹਦੀ ਕਿੱਥੇ ਇਹਦੀ ਲੋੜ ਆ ਤੇ ਕੀ ਚੀਜ਼ ਹੈ ਇਹ ਕਿਵੇਂ ਤਿਆਰ ਹੋਈ ਹੈ ਕਿੰਨਾ ਟਾਈਮ ਲੱਗਿਆ ਲੋਕ ਤਾਂ ਤਿਆਰ ਬੈਠੇ ਵਧੀਆ ਸਮਾਨ ਲੈਣ ਨੂੰ ਕੋਈ ਰੌਲਾ ਨਹੀਂ ਹੈ ਜੀ ਅੱਛਾ ਬਾਈ ਆਪਾਂ ਪੇਂਟਿੰਗ ਵਾਲੀ ਬਾਤ ਸ਼ੁਰੂ ਕਰਨ ਦੇ ਪਹਿਲਾਂ ਵੀ ਬੁਰਸ਼ ਵਾਲਾ ਕੰਮ ਤੁਸੀਂ ਆਪੇ ਸਿੱਖਿਆ ਕਿਸੇ ਨੇ ਸਿਖਾਇਆ ਨਹੀਂ ਨਹੀਂ ਜੀ ਕਿਸੇ ਨੇ ਨਹੀਂ ਸਿਖਾਇਆ ਕਈ ਪੇਂਟਰਾਂ ਪੂੰਟਰਾਂ ਕੋਲ ਗਿਆ ਸੀ ਕੋਈ ਕਹਿੰਦਾ ਸੀ ਬਾਲਟੀ ਭਰ ਕੇ ਲਿਆ ਕੋਈ ਕਹਿੰਦਾ ਸੀ ਇੱਥੇ ਝਾੜੂ ਲਾ ਦਿਓ ਚਲੋ ਉਹ ਤਾਂ ਅਗਲੇ ਨੇ ਕੰਮ ਕਰਾਉਣਾ ਹੀ ਹੁੰਦਾ ਪਰ ਉਹ ਬਰੀਕੀ ਨਹੀਂ ਸੀ ਦੱਸਦੇ ਈਵਨ ਇੱਕ ਉਸਤਾਦ ਜੀ ਹੋਏ ਨੇ ਦਿਆਲ ਸਿੰਘ ਜੀ ਉਹਨਾਂ ਦੇ ਪਿੱਛੇ ਬਹਿ ਜਾਣਾ ਉਹ ਸਟੈਂਡ ਘੁਮਾ ਲੈਂਦੇ ਸੀਗੇ ਰੰਗ ਇੱਧਰ ਲਗੋ ਲੈਂਦੇ ਸੀ ਵੀ ਕੋਈ ਦੇਖਣ ਲਵੇ ਫਿਰ ਮੈਂ ਜੂਸ ਲਿਜਾਣ ਲੱਗ ਗਿਆ ਜਾਂ ਜੂਸ ਪੀ ਕੇ ਕਿਆ ਹੋ ਮੁੰਡਿਆ ਕਿਵੇਂ ਫਿਰ ਸਟੈਂਡ ਘੁਮਾਉਣੋਂ ਹਟ ਗਏ ਮੈਂ ਬਰੀਕੀ ਦੇਖੀ ਵੀ ਅੱਖਾਂ ਤੋਂ ਸ਼ੁਰੂ ਕਰਕੇ ਬਰੀਕੀ ਕੱਢਦੇ ਕਿਵੇਂ ਆ ਇਹ ਤੇ ਹੋਰ ਇੱਧਰ ਉੱਧਰ ਕਾਫੀ ਜਗ੍ਹਾ ਗਿਆ 15 ਸਾਲ ਦੀ ਉਮਰ 'ਚ ਪਹਿਲੀ ਪੇਂਟਿੰਗ ਵੇਚੀ ਸੀ 13 ਰੁਪਏ ਦੀ ਵਾਹ ਪਰ ਸਕੂਲ 'ਚ 8ਵੀਂ 'ਚ ਜਲਿਆਂਵਾਲਾ ਬਾਗ ਬਣਾਇਆ ਨਾ ਜਦੋਂ ਉਦੋਂ ਮੈਨੂੰ ਇਨਾਮ ਮਿਲਿਆ ਸੀ ਤੇ ਸਾਰੇ ਮਾਸਟਰ ਕਹਿੰਦੇ ਬਈ ਠੀਕ ਹੈ ਬਈ ਮੈਥ 'ਚ ਚਾਹੇ ਢਿੱਲਾ ਮੁੰਡਾ ਸਾਇੰਸ 'ਚ ਵੀ ਢਿੱਲਾ ਪਰ ਦੇਖੋ ਡਿਸਟ੍ਰਿਕਟ 'ਚੋਂ ਇਨਾਮ ਜਿੱਤ ਕੇ ਲਿਆ ਉਹ ਲਾਤਾ ਸੀ ਮਾਲਵਾ ਸਕੂਲ ਵਾਲਿਆਂ ਨੇ ਫਰੇਮ ਕਰਕੇ ਉਹ ਪਰ ਹੌਸਲਾ ਜਿਹਾ ਨਹੀਂ ਹੋ ਜਾਂਦਾ ਉਹ ਤੋਂ ਬਾਅਦ ਨਾ ਦਿਮਾਗ 'ਚ ਇਹ ਰਿਹਾ ਬਈ ਰੰਗਾਂ 'ਚ ਕੁਛ ਹੈ ਰੰਗਾਂ ਨੂੰ ਰੰਗਾਂ 'ਚ ਮਿਕਸ ਕਰੋ ਨਵੇਂ ਰੰਗ ਪ੍ਰਗਟ ਹੁੰਦੇ ਨੇ ਬਸ ਇਹ ਜਾਦੂ ਸੀ ਨਾ ਜਿਹੜਾ ਅੰਦਰ ਵੜ ਗਿਆ ਫਿਰ ਸ਼ੁਰੂ 'ਚ ਪੈਸੇ ਕਮਾਉਣ ਲਈ ਪੋਟ ਪੇਂਟ ਕੀਤੇ ਸਿਰਾਣੇ ਪੇਂਟ ਕੀਤੇ ਚਾਦਰਾਂ ਫਿਰ ਲੇਡੀ ਸੂਟ ਲੱਗੀ ਲੇਡੀ ਸੂਟ ਪੇਂਟ ਕਰਨ ਲੱਗ ਗਏ ਬਾਈ ਕਿੱਥੋਂ ਭੁੱਖੇ ਮਰ ਜਾਓਗੇ ਬੀਬੀਆਂ ਬਹੁਤ ਸੂਟ ਖਰੀਦਾਂ ਚੰਡੀਗੜ੍ਹ ਬਾਈ 9 ਸੈਕਟਰ ਮੈਂ ਅੱਡਾ ਲਾ ਲਿਆ ਕਿਸੇ ਬੀਬੀ ਦਾ ਬੁਟੀਕ ਸੀ ਤਕੜਾ ਉੱਥੇ ਸ਼ੁਕਰ ਸ਼ਨੀ ਐਤ ਕੰਮ ਕਰਨ ਜਾਂਦਾ ਸੀ ਮੈਂ ਕਿਹਾ ਪੇਂਟਿੰਗ ਚੱਲੀ ਜਾਊਗੀ ਪਰ ਜਿਹੜਾ ਰੋਜ਼ ਦਾ ਖਰਚਾ ਉਹਦਾ ਕੱਢੀਏ ਸੂਟਾਂ 'ਤੇ ਡਿਜ਼ਾਈਨ ਮਾਰਨੇ ਗੁਲਾਬ ਦੇ ਫੁੱਲ ਬਣਾਉਣੇ ਚਾਈਨੀ ਫਲਾਵਰ ਬਣਾਉਣੇ ਹਮਿੰਗ ਬਰਡਸ ਉੱਤੇ ਬਣਾਉਣੇ ਸੂਟ 'ਚ ਪਏ ਨਹੀਂ ਜਾਣ ਇਹੋ ਜਿਹਾ ਸੂਟ ਮਾਰਕੀਟ 'ਚੋਂ ਮਿਲਦਾ ਨਹੀਂ ਠੀਕ ਹੈ ਨਾ ਅਤੇ ਉਹ ਸੂਟਾਂ ਦਾ ਬੱਲੇ ਬੱਲੇ ਹੋ ਗਈ ਉਹਦਾ ਆਪਣਾ ਸਟਰਗਲ ਵਾਲਾ ਟਾਈਮ ਜਿਹੜਾ ਸੀ ਨਾ ਸਟਰਗਲ ਵਾਲਾ ਟਾਈਮ ਹੁੰਦਾ ਕਲਾਕਾਰ ਦਾ ਉਹ ਲੰਘ ਗਿਆ ਵਧੀਆ ਉਹਦੇ ਨਾਲ ਅੱਛਾ ਬੁਰਸ਼ਾਂ ਦੇ ਸਿਰ ਪਰ ਫਿਰ ਬਹੁਤ ਦੁਨੀਆ ਹੈ ਵੀਜ਼ਾ ਕੇ ਰੱਬ ਕਿਤਾਬ ਹੈ 40-50 ਮੁਲਕਾਂ ਦਾ ਵੇਰਵਾ 32 ਕੰਟਰੀ ਹੋ ਗਏ ਕੋਵਿਡ ਕਰਕੇ ਰੁਕ ਗਏ ਨਹੀਂ ਤਾਂ 40 ਹੋ ਜਾਣੇ ਸੀ ਹੁਣ ਨੂੰ ਪਹਿਲਾ ਵੀਜ਼ਾ ਕਿਸ ਤਰ੍ਹਾਂ ਮਿਲਿਆ ਫਿਰ ਪਹਿਲਾ ਵੀਜ਼ਾ ਤਾਂ ਜੀ ਬਸ ਐਂ ਤਾਂ ਲਿਆ ਤਾਂ ਬੁਲਗਾਰੀਆ ਦਾ ਸੀਗਾ ਪਰ ਉਹ ਜਿਵੇਂ ਕਹਿੰਦੇ ਨਾ ਏਜੰਟਾਂ ਵਾਲੀ ਗੇਮ ਸੀਗੀ ਵੀ ਇੱਥੋਂ ਟੱਪਾ ਖਾ ਕੇ ਉੱਥੇ ਉੱਥੋਂ ਉੱਥੇ ਉਹ ਕਿਸੇ ਭਲੇ ਬੰਦੇ ਨੇ ਮੈਨੂੰ ਰੋਕਤਾ ਕਹਿੰਦਾ ਤੇਰੇ ਕਰਨ ਵਾਲਾ ਕੰਮ ਨਹੀਂ ਬਹੁਤ ਰਾਹ ਚ ਅੜਕੇ ਆ ਮੈਂ ਉਹਦੀ ਮੰਨ ਗਿਆ ਔਰ ਚੰਗਾ ਰਹਿ ਗਿਆ ਫਿਰ ਮੈਂ ਲੀਗਲੀ ਗਿਆ ਜਿੱਥੇ ਗਿਆ ਪਹਿਲਾਂ ਅਮੈਰੀਕਾ ਦਾ ਵੀਜ਼ਾ ਲਿਆ ਉਹ ਆਪਣੇ ਪੇਂਟਿੰਗਾਂ ਦਿਖਾ ਕੇ ਦੇਖ ਲਿਆ ਉਹਦੇ ਸਿਰ 'ਤੇ ਲੈ ਗਿਆ ਮੇਰੇ ਕੋਲ ਵੀਜ਼ਾ ਫੀਸ ਘੱਟ ਗਈ ਸੀ 200 ਰੁਪਈਆ ਉਹ ਇੱਕ ਹਾਂ ਕਿਹੜੇ ਕਿਸੇ ਨੂੰ ਦਿਖਾਇਆ ਤਾਂ ਵੀ ਪੇਂਟਿੰਗ ਮੈਨੂੰ ਕਿਹੜੀ ਲੇਹ ਲਦਾਖ ਕੇ ਉੱਥੇ ਬੈਠੇ ਦਾ ਵੀਜ਼ਾ ਅਫਸਰ ਹੋ ਗਿਆ ਤੂੰ ਲੇਹ ਜਾ ਕੇ ਮੈਨੂੰ ਦਿਖਾ ਦੇਣਾ ਫਿਰ ਉਹ ਇਟਲੀ ਦੇ ਅੰਬੈਸੀ ਹੋਇਆ ਬਾਈ ਜੀ ਜਿਸ ਤਰ੍ਹਾਂ ਇਟਲੀ ਐਗਜ਼ੀਬਿਸ਼ਨ ਲਈ ਇੰਟਰਵਿਊ ਤਾਂ ਹੁੰਦੀ ਹੈ ਵੀਜ਼ੇ ਦੀ ਜਦ ਮੈਂ ਲਦਾਖ ਦੀਆਂ ਪੇਂਟਿੰਗਾਂ ਦਿਖਾਈਆਂ ਉਹ ਗੋਰਾ ਮੈਨੂੰ ਕਹਿੰਦਾ ਯਾਰ ਮੈਂ ਮਹੀਨਾ ਪਹਿਲਾਂ ਲਦਾਖ ਸੀ ਆਹ ਸਾਰਾ ਕੁਛ ਤਾਂ ਮੈਂ ਦੇਖ ਕੇ ਆਇਆ ਜਿਹੜਾ ਤੂੰ ਪੇਂਟਿੰਗਾਂ 'ਚ ਲਿਆਇਆ ਕਹਿੰਦਾ ਯਾਰ ਟਾਈਮ ਥੋੜ੍ਹਾ ਕਰਨਾ ਕੌਫੀ ਪੀਣੀ ਸੀ ਵੀਜ਼ਾ ਥੋੜ੍ਹਾ ਇੱਕ ਪਾਸੇ ਰਹਿ ਗਿਆ ਅਗਲੇ ਤਾਂ ਕੌਫੀਆਂ ਬਣਾ ਰਹੇ ਨੇ ਠੀਕ ਹੈ ਨਾ ਮਤਲਬ ਅੰਬੈਸੀਆਂ 'ਚ ਕਈ ਵਾਰੀ ਐਂ ਵੀ ਹੋਇਆ ਵੀ ਵੀਜ਼ਾ ਵੀ ਦਿੱਤਾ ਕੌਫੀ ਵੀ ਪੜਾਈ ਅਗਲਿਆਂ ਨੇ ਠੀਕ ਹੈ ਨਾ ਉਹ ਤੁਹਾਡੇ ਕੋਲ ਕੁਛ ਹੋਵੇ ਸਹੀ ਹੁਣ ਸਪੇਰਾ ਬੀਨ ਵੀ ਜਾਂਦਾ ਠੀਕ ਹੈ ਨਾ ਜੇ ਅਗਲਾ ਕਹਿੰਦਾ ਵੀ ਇਹਨੇ ਪੈਸੇ ਨਹੀਂ ਦੇਣੇ ਉਹਨੂੰ ਮਿੱਟੀ ਰੰਗਾ ਸਾਪਿਆ ਦਿਖਾ ਕੇ ਤੁਰੇ ਜਾਂਦੇ ਆ ਜੇ ਅਗਲਾ ਕੱਢਦਾ 500 ਲਾ ਲਿਆ ਕਹਿੰਦਾ ਕੋਬਰਾ ਕੱਢ ਕੋਬਰਾ ਨਹੀਂ ਉਹ ਸੱਪ ਦੇ ਹੋਰ ਵਾਦਿਆਂ ਦਾ ਗੀ ਉਹ ਜਿਹੜਾ ਬੈਗ ਅੰਗਰੇਜ਼ ਆਇਆ ਦਾ ਗੋਰਾ ਵੀ ਉਹ ਬੈਂਕ 'ਚ ਲੈ ਗਏ ਕਹਿੰਦਾ ਸਵੇਰਾ ਵਿੱਚ ਸੱਪ ਅਸੀਂ ਕਢਾਉਣ ਦੀ ਉਹ ਗੱਲ ਸੁਣਾ ਉਹ ਕੈਨੇਡੀਅਨ ਦੋਸਤ ਹੈ ਕਿ ਵਿਲਸਨ ਮੇਰੇ ਨਾਲ ਕਾਫੀ ਘੁੰਮਦਾ ਪਹਾੜਾਂ 'ਚ ਉਹ ਕਦੇ ਏਟੀਐਮ ਦਾ ਪੰਗਾ ਪੈ ਗਿਆ ਇੱਥੇ ਪੈਸੇ ਨਾਲ ਨਿਕਲਣ ਉਹਦੇ ਸਾਰੇ ਏਟੀਐਮ ਵਰਤ ਲੈ ਕੇ ਤੁਹਾਨੂੰ ਨਿਕਲਿਆ ਮੈਂ ਕਿਹਾ ਤਾਂ ਮੈਂ ਬੈਂਕ ਲੈ ਜਾਣਾ ਮੇਰੇ ਜੋਗੀਆ ਕੁੜਤਾ ਜੋਗੀਆ ਜਾਂ ਗੋਲਾ ਜਿਹਾ ਪਰਨਾ ਬੰਨਿਆ ਜਿਵੇਂ ਪਹਾੜਾਂ 'ਚ ਪਾ ਲਏ ਨੇ ਮੈਂ ਅੰਦਰ ਬੜਿਆ ਸਾਰੇ ਬੈਂਕ ਵਾਲੇ ਕਹਿੰਦੇ ਉਹ ਅੱਜ ਐਤਕੀ ਸੱਪ ਹੈ ਨੀਗਾ ਮੈਂ ਕਿਹਾ ਕਿਉਂ ਕਹਿੰਦੇ ਸੱਪ ਅਸੀਂ ਤਾਂ ਬੁਲਾਇਆ ਨਹੀਂ ਤੁਹਾਨੂੰ ਸੱਪ ਤਾਂ ਹੈ ਨਹੀਂ ਬੈਂਕ 'ਚ ਉਹਨਾਂ ਨੂੰ ਲੱਗਿਆ ਵੀ ਉਹੀ ਸਵੇਰਾ ਆ ਗਿਆ ਜਿਵੇਂ ਕਹਿੰਦੇ ਨੇ ਕੀ ਸੱਪ ਕੱਢਿਆ ਸੱਪ ਤਾਂ ਕੱਢਣਾ ਪੈਂਦਾ ਸਭ ਨੂੰ ਇੱਕ ਦਿਨ ਮੈਨੂੰ ਰਣਵੀਰ ਦੱਸ ਰਿਹਾ ਕਹਿੰਦਾ ਬਾਈ ਆਇਆ ਕਹਿੰਦਾ ਮੂਰ ਦਾ ਖੰਭ ਲਾਈ ਫਿਰ ਰਿਹਾ ਕਹਿੰਦਾ ਯਾਰ ਸਾਨੂੰ ਪੜਾਓ ਲੱਗਿਆ ਮੈਂ ਕਿਹਾ ਬਾਈ ਉਹ ਤਾਂ 9 ਵਜੇ ਪੀਰ ਵਾਲਾ ਕੰਮ ਹੈ ਬਾਈ ਕਹਿੰਦਾ ਬਾਈ ਕੋਈ ਮਸਲਾ ਨਹੀਂ ਮੋਰ ਦਾ ਖੰਭ ਹੈ ਮੋਰ ਸਾਰਿਆਂ ਨੂੰ ਵੱਧ ਦਿਲ 'ਚ ਧੂਪ ਆਉਂਦਾ ਜੇ ਕਿਸੇ ਦੇ ਬਨੇਰੇ ਤੇ ਮੋਰ ਬੋਲੇ ਵਾਲਾ ਕਹਿੰਦਾ ਬਾਈ ਹੈਗੀ ਗੱਲਬਾਤ ਇਹਨਾਂ ਦੇ ਘਰ 'ਚ ਕ੍ਰਿਸ਼ਨ ਜੀ ਮੋਰ ਦਾ ਖੰਭ ਲਾਉਂਦੇ ਕਿੰਨੇ ਸੋਹਣੇ ਲੱਗਦੇ ਆ ਜੇ ਤੁਸੀਂ ਲਾ ਲਿਆ ਤਾਂ ਕੀ ਹੋ ਗਿਆ
पूरा जी पूरा भाई जी देखो दिल्ली च मेरे ख्याल सारा कुछ है इसमें दिल्ली च जो जो होया करोना च सब नू पता भी लोकी भज्जा दौड़ी पै गई ऑक्सीजन नहीं लभ रही हस्पतालों पैसे नहीं दिते जा रहे मैं इको तस्वीर च सारा कुछ दिखाता इस औखे टाइम च सिख बीबिया सिख मुंडे सारे परिवार ने रल के जिमें दिल्ली के लोगों की हैल्प की अपनी जान जोखम च पा के वह सारा मैं इस तस्वीर च दिखाया जे मैं इनू जल्दी जी थोड़े मूहे एक्सप्लेन करा वो इं है बी आ दो हस्पताल है जी आ भी हस्पताल है लोगों ने तो भज के हस्पताले जाना हस्पताल कहना भाई जमीन बेच के जमीन पाड़ के पैसे कढ़ के लिया क्या बात है ठीक है दूजा हस्पताल कहना जे नहीं है चाचा जी तो बहरों मंगा डालर जिथों मर्जी लिया हवा चो गुरुद्वारा कहना लो जी सारा खजाना कढ़ के रख दें लोग बचने चाहिए आ गुरु नानक का जरा DNA है वह कहता सब नू बचा एक मंगते नू भी बचा एक जज नू भी बचा सिखा ने एक मंगते का संस्कार किया तो जज का भी किया मैं किसी की लाश रोल नहीं दी चाहे सिखा दाशा 84 सड़कों पर रोलिया ने दिल्ली असी किसी की लाश ना रोलन दी ना सिखा ने रोलन देनी है सिख हमेशा संस्कार कराने लंगर लाने दवाइया देने ऑक्सीजन अगे भी मोहरी से हूँ भी मोहरी रहन तो भाई जी इतने ये सिर्फ ये दिखाया है भी बंदे हर हालत पैसा खर्च के अपने मैंबर की जान बचाने बंदा हस्पतालों भजदा है तू देखो एम्बूलेंसा का कड़मासा मच गया आटो दिल्ली की जान है आटो भी लैके आए तरह तरह के सवारियां कोई एम्बू देखो स्ट्रैचर से बंदे हिम्मत कर रहे हैं एक बुरा बड़ा मशहूर होया सैकल से लाश लैके फिर रहे अपने घर वाले की बजुर्ग वो भी दिखाया ठीक है ना उस तो बाद रेहड़े से भी बंदा कुल्फी वाले रेहड़े से भी लाश लैके आया मरीज न लैके आया इतने कोई बैठे बरलाप कर रहे हैं पार्क जिड़िया पार्क बच्चे फुटबॉल खेलते रिलैक्स करते हस्पताल का रूप ले गई पर चलो जिमें भी है बैंचा से बिठा के बेबिया ऑक्सीजन लाई है मुंडिया ने ठीक है ना कोई नहीं देखा कौन अमीर है कौन गरीब है व्हीलचेयर से लै लू के आए ने बिचे लंगर भी चले ने बच्चों के मूँह तक पानी भी पाया ठीक है रोटियां भी बिचे चली गई ने देखो तो मुसलमान भीर हिंदू न बरा रहा प्यार है प्यार नहीं लोगों का प्यार नहीं टुटिया जी देखो लीडर जो मर्जी कर मेडिकल सिस्टम जो मर्जी हो लोग काम आए इस तो बाद देखो ठीक है जी चंगिया चंगिया मॉडल जिहड़ियां दिल्ली च नखरे नाल तुरदियां सी पर जो विपता पई सारिआं नूं रोणा पैंदा वह देखो वह भी आके फिर डॉक्टर किन्ने बिजी ने कोई चार भरा अपनी मां नूं चक्की आउंदे ने भज्जे दौड़े आउंदे चप्पलां पिछे रह गईआं ठीक है गुरुद्वारों के हॉलों या पार्कों के वेहड़िया जिमें भी आरजी तौर पर हस्पताल बने फटाफट बैड ला के लोगों को पाया गया इतने दिखावा तो थानू ये मेरी कार है महिंद्रा की आ मेरी पुरानी मरुति है जापानी ठीक है मैं दोनों गड्डिया दिखा के बच्चे अपनी फैमिली दिखा दी जो असं भी हस्पताल आए भी किसी की पेमेंट देना मदद कर चाहे प्रैक्टिकली लोगों ने मदद की इस तरह गलों वाली है पर फिर भी रंगा राही जो दिखा सकते हैं यदा दिखाने का मकसद होंगे कि बच्चों काइंडनैस पैदा होने वाले बच्चे भी तैयार रहने यह काम करन है ना जिन्हिया संस्थावान ने मैं किसी कली संस्था का नाम नहीं लेंदा भी उन्हें हैल्प की सारे ने की है सारे ने हैल्प तो नवे बच्चों आप किमें दस सकते हैं लेख लिख के स्पीच दे के किताबा लिख के जां फिर मैं तो रंग गा के जां रंगा राही दस सकते हैं भी बच्चे ऐं होया इदा लोगों ने एक दूजे की मदद की तुम भी तैयार रहो क्योंकि होर भी डिजीज आने हैं बड़ा कुछ होना तो जे साडे बंदे इदा तैयार रहणगे तो समाज जिहड़ी वननेस गुरु नानक की सोच सी भी कोई ना दिसे बारा जियो सब अपने ही ने करोना च असी यह साबित किया पूरी अंबैसियां दे अंबैसडर ने अपने अपने देशों में सुनेहे भेजे कि सिखा ने बहुत वधिया काम किया असी यह सोच के नहीं किया साडे अगे कौन है बिल्कुल सो तुसी ये देखो संस्कार कराने वेले ये पीली पग वाला बंदा बहुत प्यार सारे बराबर का ठीक है जी लाशा आई जाने संस्कार हो पुलिस ने अपना रोल वधिया किया बचा के रखना बंदे बाकी तुसी आप देखो इतने देखो मैं एक चीज दिखाई है नवी ब्याह बच्चे का नवा नवा ब्याह होया नवी ब्याह ही बहू करोना हो गया हस्पताल तो घर वाले ने लिया है ना देखो बिरजू चांपा लिया ना हस्पताल ठीक है साइकिलों बंदे आए जिमें जिमें पहुंचे
ਸੋ ਖਜ਼ਾਨਾ ਗੁਰਦੁਆਰੇ ਨੇ ਖੋਲਿਆ ਜੀ ਕਿਆ ਬਾਤ ਹਸਪਤਾਲ ਬਣਾਉਣ ਲਈ ਫਿਊਚਰ ਤੁਸੀਂ ਇਹਨੂੰ ਫਿਊਚਰ ਹਸਪਿਟਲ ਵੀ ਕਹਿ ਸਕਦੇ ਹੋ ਵੀ ਫਿਊਚਰ 'ਚ ਸਾਡੇ ਇਰਾਦੇ ਇਹ ਨੇ ਕਿ ਲੋਕਾਂ ਵਾਸਤੇ ਵਧੀਆ ਹਸਪਿਟਲ ਵਧੀਆ ਸਕੂਲ ਬਣਨ ਅਸਲੀ ਚੀਜ਼ਾਂ ਇਹੀ ਹੈ ਗੁਰਦੁਆਰੇ 'ਚ ਵਾਰ ਵਾਰ ਲਾਉਣ ਦੇ ਕੋਈ ਫਾਇਦੇ ਨਹੀਂ ਲੋਕਾਂ ਦੇ ਭਲੇ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਹਸਪਤਾਲ ਅਤੇ ਸਕੂਲ ਨੇ ਗੁਰਦੁਆਰੇ ਪਹਿਲੇ ਹੀ ਬਹੁਤ ਹੋ ਗਏ ਹੋਰ ਨਾ ਬਣਾਓ ਉਹ ਅੱਛਾ ਪੇਂਟਿੰਗ ਆਪਣੀ ਕਰਤਾਰਪੁਰ ਸਾਹਿਬ ਦੀ ਦੇਖੋ ਬੇਸ ਤਾਂ ਆਪਣਾ ਇਹੀ ਹੈ ਨਾ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਖੇਤੀ ਕਰਕੇ ਆਪਣੇ ਹੱਥੀਂ ਖੇਤੀ ਕਰਕੇ ਗੱਲਾਂ ਮਾਰ ਕੇ ਨਹੀਂ ਵੀ ਮਾਈਕ ਮੂਹਰੇ ਗੱਲੇ ਕੇ ਖੇਤੀ ਕਰਿਆ ਕਰੋ ਬਹੁਤ ਵਧੀਆ ਕੰਮ ਹੈ ਨਹੀਂ ਕਰਕੇ ਦਿਖਾਈ ਸਬਜ਼ੀਆਂ ਕਿੰਨੇ ਭਾਂਤ ਦੀਆਂ ਦੇਖੋ ਲੱਗੀਆਂ ਹੋਈਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ 'ਚ ਫਿਰੇ ਸੀ ਜਿਹੜਾ ਕਿਸਾਨ ਦੁਨੀਆਂ 'ਚ ਫਿਰ ਲੈਂਦਾ ਦੁਨੀਆਂ ਦੇ ਭਰ ਦਾ ਬੀਜ ਇਕੱਠਾ ਕਰਕੇ ਲਿਆਉਂਦਾ ਉਹਨੂੰ ਨੌਲੇਜ ਵੱਧ ਜਾਂਦੀ ਹੈ ਕਿੰਨੇ ਕਿਸਾਨਾਂ ਨੂੰ ਮਿਲੇ ਯਾਰ ਉਹ ਸੋਚੋ ਕਿੰਨੇ ਘਰਾਂ 'ਚ ਰਹੇ ਇਹ ਗੁਰੂ ਨਾਨਕ ਦੇਵ ਜੀ ਦਾ ਖੇਤ ਹੈ ਉਹਨਾਂ ਦਾ ਖੇਤ ਕੀ ਹੈ ਸਾਰੇ ਸਿੱਖ ਜਗਤ ਦਾ ਖੇਤ ਹੈ ਇਹ ਤੇ ਜਿਹੜਾ ਕਰਤਾਰਪੁਰ ਆ ਪੁਰਾਣਾ ਕਰਤਾਰਪੁਰ ਹੈ ਨਵਾਂ ਤਾਂ ਚਲੋ ਪੱਥਰ ਪੁੱਥਰ ਲੱਗ ਗਏ ਕੰਕਰੀਟ ਜਿੰਨਾ ਬਣਨਾ ਸੀ ਉਹ ਜੋ ਵੀ ਉਹਨਾਂ ਨੇ ਜਿੱਦਾਂ ਕਰਨਾ ਹੁਣ ਸੱਗਰ ਨੂੰ ਸੰਭਾਲਣ ਦੇ ਹਿਸਾਬ ਨਾਲ ਉਹਦੇ 'ਚ ਮੈਂ ਨਹੀਂ ਪੈਂਦਾ ਪਲਦਾਂ ਨਾਲ ਖੇਤੀ ਜਿਹੜੀ ਸੀ ਅਜੇ ਵੀ ਕੋਈ ਕੋਈ ਸੱਜਣ ਕਰ ਰਿਹਾ ਸਾਨੂੰ ਉਹਦੀ ਸਾਨੂੰ ਸਲਾਮ ਆ ਉਹਨਾਂ ਸੱਜਣਾਂ ਜਿਹੜੇ ਹਜੇ ਵੀ ਪਲਦਾਂ ਨਾਲ ਖੇਤੀ ਕਰਦੇ ਆ ਖਰਚੇ ਤੋਂ ਬਚ ਕੇ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਬੀਜ ਪਾ ਰਹੇ ਨੇ ਬੀਬੀਆਂ ਨੂੰ ਆਪਣੇ ਅਧਿਕਾਰ ਹੈ ਵੀ ਕੋਈ ਗੱਲ ਨਹੀਂ ਨਾਲ ਹੱਥ ਜੱਦ ਬਟਾਓ ਬੀਬੀਆਂ ਹਰ ਕੰਮ 'ਚ ਮੋਹਰੀ ਨੇ ਲੰਗਰ ਬਣਾਉਣ 'ਚ ਵੀ ਲੰਗਰ ਸਬਜ਼ੀਆਂ ਤੋੜਨ 'ਚ ਵੀ ਸੋ ਪੁਰਾਣਾ ਕਰਤਾਰਪੁਰ ਹੈ ਹੱਥੀਂ ਕਿਰਤ ਕਰਕੇ ਜਿਹੜੇ ਪੈਸੇ ਬਣਦੇ ਆ ਆਪਾਂ ਨੂੰ ਜਿਵੇਂ ਕਿਹਾ ਜਾਂਦਾ ਵੀ ਉਹ ਫਿਰ ਵੈਲਫੇਅਰ ਲਈ ਲਾਓ ਦਾਨ ਲੋਕਾਂ ਦੀ ਮਦਦ ਲਈ ਸੋ ਇਹ ਦੋਵੇਂ ਤਸਵੀਰਾਂ 'ਚ ਮੈਂ ਇਹ ਦਿਖਾਉਣਾ ਚਾਹਿਆ ਵੀ ਕੀ ਬਾਤ ਇਹ ਅੱਛਾ ਜਿਹੜੀ ਮੂਰਤਾਂ ਕਿੰਨੇ ਦਿਨ ਬਣ ਜਾਏ ਇਸ ਤਰ੍ਹਾਂ ਹੀ ਬਣਾਈ ਆਪਾਂ ਨੇ ਦੇਖੋ ਇਹਨੂੰ ਮੈਂ ਵੈਸੇ ਤਾਂ ਇਹ ਬਾਹਰਲੇ ਕੰਟਰੀਆਂ 'ਚ ਮੇਰਾ ਸਮਾਨ ਜ਼ਿਆਦਾ ਜਾਂਦਾ ਹੈ ਨਾ ਇਹਨੂੰ 63 ਦਿਨ ਲੱਗ ਗਏ ਜੀ 63 ਦਿਨ ਸਿਰ ਸੱਟ ਕੇ ਕੰਮ ਕੀਤਾ ਜਿੰਨਾ ਕੁਛ ਦਿੱਲੀ 'ਚ ਹੋਇਆ ਜੋ ਦਿਮਾਗ 'ਚ ਆਈ ਗਿਆ ਅੱਜ ਫਿੱਟ ਕਰੀਏ 6 ਫੁੱਟ ਬਾਏ 4 ਫੁੱਟ ਦੀ ਆ ਹੁਣ ਇਹ ਹਾਲਾਂਕਿ ਮੈਂ ਚਾਹੁੰਦਾ ਸੀ ਇਹਨੂੰ ਮੈਂ 7 ਫੁੱਟ ਬਾਏ 5 ਦੀ ਬਣਾਵਾਂ ਪਰ ਕਸਟਮਰ ਕਈ ਵਾਰੀ ਕਹਿੰਦੇ ਜੀ ਐਡੀ ਵੱਡੀ ਨਾ ਬਣਾਈ ਬਾਈ ਇੰਨਾ ਕੁਛ ਦਿਖਾਉਣ ਲਈ ਸਾਨੂੰ ਵੱਡੀ ਕੈਨਵਸ 'ਚ ਖੇਡਣਾ ਪੈਂਦਾ ਜੇ ਤੁਸੀਂ ਕਹੋ ਵੀ ਫੁੱਟਬਾਲ ਦਾ ਮੈਚ ਚਿੜੀ ਛਿੱਕੇ ਦੇ ਗਰਾਊਂਡ 'ਚ ਕਰੋ ਕੜਮਸ ਪੈ ਜੂ ਨਾ ਫਿਰ ਵੀ ਹੁਣ ਮੈਨੂੰ 6 ਫੁੱਟ ਤੱਕ ਖਿੱਚਣਾ ਪਿਆ ਪਰ ਠੀਕ ਹੈ ਜੋ ਹੈਗਾ ਤੁਸੀਂ ਆਪ ਸਮਝੋ ਜੋ ਜੋ ਹੋਇਆ ਹਰ ਬੰਦੇ ਦੀ ਅੱਖ ਵੱਖਰੀ ਹੈ ਹਰ ਬੰਦੇ ਨੇ ਆਪਣੀ ਆਪਣੀ ਵੱਖਰੀ ਨਜ਼ਰ ਨਾਲ ਦੇਖਣਾ ਇਹਨੂੰ ਅਸੀਂ ਤਾਂ ਜੋ ਰੰਗਾਂ ਰਾਹੀਂ ਕਹਿਤਾ ਕਹਿਤਾ ਮੇਰੇ ਹਿਸਾਬ ਨਾਲ ਕਲਾਕਾਰ ਗੂੰਗਾ ਹੀ ਹੋਣਾ ਚਾਹੀਦਾ ਬੋਲ ਕੇ ਦੱਸਣ ਦਾ ਨਾ ਉਹ ਰਹਿੰਦਾ ਨਹੀਂ ਜੋ ਹੈ ਤੁਸੀਂ ਆਪ ਦੇਖੋ ਕਹਿੰਦੇ ਸੁਖਪ੍ਰੀਤ ਨੇ ਕੋਈ ਦੁਕਾਨ ਨਹੀਂ ਖੋਲ੍ਹੀ ਕਿਤੇ ਸੜਕ 'ਤੇ ਕਿਤੇ ਕਿਰਾਏ ਦੇ ਕੁਛ ਨਹੀਂ ਲਿਆ ਅਤੇ ਘਰਾਂ ਹੀ ਬੈਠ ਕੇ ਕਾਰਖਾਨਾ ਮਿਸਤਰੀਆਂ ਦੇ ਮੁੰਡਾ ਕਿਤੇ ਘਰਾਂ ਹੀ ਕਾਰਖਾਨਾ ਕੁਛ ਬੈਠ ਗੱਲ ਪਤਾ ਕੀ ਹੈ ਜੀ ਦੁਕਾਨ ਖੋਲ੍ਹੋਗੇ ਜਿੰਦਰੇ ਨਾਲ ਬੰਨੇ ਜਾਓਗੇ ਸਵੇਰੇ ਖੋਲ੍ਹਣੀ ਪਊ ਸ਼ਾਮ ਨੂੰ ਬੰਦ ਕਰਨੀ ਪਊਗੀ ਹੈ ਬਈ ਹੈਰੀਸਨ ਦਾ ਤਾਲਾ ਦੁਕਾਨ ਨੂੰ ਨਹੀਂ ਤੁਹਾਨੂੰ ਲੱਗਣਾ ਹੈ ਹੈ ਸਹੀ ਠੀਕ ਹੈ ਨਾ ਦੂਜੀ ਗੱਲ ਹੈ ਇਹ ਦੁਕਾਨਾਂ ਦੇ 100 ਖਰਚੇ ਯਾਰ ਕਦੇ ਬੰਦ ਹੋ ਗਿਆ ਉਹ ਭੀੜਾਂ ਪੈ ਗਈਆਂ ਉਹ ਸੜਕਾਂ 'ਤੇ ਬਹਿਣਾ ਸੌਖਾ ਯਾਰ ਕਿਤੇ ਧਾਨਾ ਦੁਕਾਨਦਾਰ ਜਿਹੜੇ ਰੋਜ਼ ਦੁਕਾਨ ਖੋਲ੍ਹਦੇ ਵਿਚਾਰੇ ਹੈ ਕੰਮ ਵਧੀਆ ਕਰੋ ਕਿਤੇ ਬਹਿ ਕੇ ਕਰ ਲਓ ਮੈਂ ਤਾਂ ਗਰਮੀਆਂ 'ਚ ਕੁੱਲੂ ਮਨਾਲੀ ਬਹਿ ਕੇ ਕੰਮ ਕਰਦਾ ਮਨਾਲੀ ਓਲਡ ਮਨਾਲੀ ਹਾਈਟ 'ਤੇ ਘਰ ਲੈ ਲੈਣਾ ਕਿਰਾਏ 'ਤੇ ਉੱਥੇ ਟੈਂਪਰੇਰੀ ਸਟੂਡੀਓ ਬਣਾਈਦਾ 2-3 ਮਹੀਨੇ ਲਾ ਕੇ ਪੇਂਟਿੰਗਾਂ ਤਿਆਰ ਕਰੀਦੀਆਂ ਲੈ ਆਈਦੀਆਂ ਹੋਰ ਅਤੇ ਸਰਦੀਆਂ 'ਚ ਕੇਰਲਾ ਜਾ ਕੇ ਕੰਮ ਕਰਦਾ ਵਿੱਚੋਂ 3 ਮਹੀਨੇ ਲੰਘ ਜਾਂਦੇ ਨੇ ਆਸਟ੍ਰੇਲੀਆ ਕੈਨੇਡਾ ਤੁਸੀਂ ਜਗ੍ਹਾ ਬਦਲਦੇ ਰਹੋ ਪਾਣੀ ਬਦਲਦੇ ਰਹੋ ਅਤੇ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਦਿਮਾਗ ਵੀ ਸਹੀ ਰਹਿੰਦਾ ਜੇ ਇੱਕੋ ਜਗ੍ਹਾ ਦਾ ਪਾਣੀ ਪੀਓਗੇ ਤੁਸੀਂ ਪਾਣੀ ਦੇਖ ਲਓ ਕਹਿੰਦੇ ਜੀ ਬਠਿੰਡੇ ਪਾਣੀ 4 ਆਰਸੈਨਿਕ ਜ਼ਿਆਦਾ ਆ ਗਈ ਆਹ ਆ ਗਈ ਲੋਕਾਂ ਨੇ ਇੱਕੋ ਪਿੰਡ ਦਾ ਪਾਣੀ ਪੀਤਾ 18 ਸਾਲ ਕੈਂਸਰ ਹੋ ਗਿਆ ਮੇਰੇ ਹਿਸਾਬ ਨਾਲ ਬੰਦੇ ਨੂੰ ਕਹਿੰਦੇ ਨਾ ਘਾਟ ਘਾਟ ਦਾ ਪਾਣੀ ਪੀਤਾ ਉਹ ਟਰੈਵਲ ਆ ਜਿਹੜਾ ਨਾ ਟਰੈਵਲ ਗੁਰੂ ਨਾਨਕ ਦੇਵ ਜੀ ਨੇ ਵੀ ਜਿਵੇਂ 38,000 ਮੀਲ ਕੀਤਾ 38,000 ਮੀਲ ਚੰਗੀ ਗੱਡੀ ਦਾ ਇੰਜਣ ਖੁੱਲ ਜਾਂਦਾ ਮਤਲਬ ਟਰੈਵਲ ਬਹੁਤ ਜ਼ਰੂਰੀ ਇੱਕ ਜ਼ਿੰਦਗੀ ਦਾ ਬਹੁਤ ਵਧੀਆ ਹਿੱਸਾ ਹੈ ਇਹ ਟਰੈਵਲ ਦੇ ਵਿੱਚ ਹੀ ਫਿਰਦੇ ਤੁਰਦੇ ਤੁਸੀਂ ਉਰੇ ਨਾ ਬੈਠਾ ਫਿਰਦੇ ਤੁਰਦੇ ਤੁਸੀਂ ਨਵੇਂ ਨਵੇਂ ਪੇਂਟਿੰਗ ਬਾਰੇ ਵੀ ਮਾੜਾ ਜਿਹਾ ਦੱਸੋ ਦੇਖੋ ਇਹ ਤਾਂ ਪੰਜਾਬ ਪੁਰਾਣੇ ਪੰਜਾਬ ਦਾ ਇੱਕ ਸੀਨ ਹੈ ਵੀ ਜਦੋਂ ਪੂਰਾ 360 ਡਿਗਰੀ ਐਂ ਦੂਰ ਤੱਕ ਹਰੇ ਹਰਾ ਸਮੁੰਦਰ ਹੁੰਦਾ ਸੀ ਕੀ ਬਾਤ ਹੈ ਹੁਣ ਕਿੱਥੇ ਉਹ ਗੱਲਾਂ ਅਗਲਾ ਝੱਟ ਦੇਣੇ ਇੱਥੇ ਪੋਲਟਰੀ ਫਾਰਮ ਠੋਕਦਾ ਇੱਥੇ ਜਹਾਜ਼ ਵਾਲੀ ਕੋਠੀ ਇੱਥੇ ਪਲਾਜ਼ਾ ਇੱਥੇ ਕਲੋਨੀ ਕੱਟ ਕੇ ਅਗਲਾ ਉਵੇਂ ਲਿਖ ਦਿੰਦਾ ਹੈ ਨਾ ਕੈਲੀਫੋਰਨੀਆ ਇਨਕਲੇਵ ਹਾਸਾ ਆਉਂਦਾ ਯਾਰ ਫਿੱਟੇ ਮੂੰਹ ਵਾਲਾ ਬਾਪੂ ਦੇ ਖੇਤ ਖਰਾਬ ਹੋ ਗਏ ਹੈ ਕਹਿੰਦੇ ਮੈਂ ਸੁਣਿਆ ਵੀ ਇੰਗਲੈਂਡ ਦੇ ਵਿੱਚ ਕਾਨੂੰਨ ਹੈ ਵੀ ਜੇ ਕਿਸੇ ਨੇ ਖੇਤਾਂ ਵਾਲੀ ਜ਼ਮੀਨ ਦੇ ਵਿੱਚ ਕੁਛ ਵੀ ਬਣਾਉਣਾ ਕੋਈ ਕਾਲਜ ਬਣਾ ਯੂਨੀਵਰਸਿਟੀ ਬਣੀ ਕਾਰਖਾਨਾ ਲਾਉਣਾ ਤਾਂ ਪਾਰਲੀਮੈਂਟ 'ਤੇ ਕਾਨੂੰਨ ਪਾਸ ਹੋਏਗਾ ਪਰ ਆਪਣਾ ਉਰੇ ਕਿਸ ਤਰ੍ਹਾਂ ਤਬਾਹੀ ਮਚਾ ਰਹੇ ਫੈਕਟਰੀਆਂ ਕਾਰਖਾਨੇ ਜ਼ਹਿਰ ਪਾਣੀ ਸਭ ਇਹ ਸਿਰਫ 2% ਬੰਦੇ ਹੈ ਜਿਨ੍ਹਾਂ ਨੇ 98% ਬੰਦੇ ਦੀ ਗਰਦਨ ਫੜੀ ਹੋਈ ਹੈ ਬਾਕੀ ਸਾਰੇ ਲੋਕ ਭੋਲੇ ਵਾਲੇ ਹੀ ਆ ਵਿਚਾਰੇ 2-4% ਬੰਦਿਆਂ ਨੂੰ ਨਾ ਚਲਾਕੀ ਆਈ ਹੋਈ ਆ ਉਹ ਆਪਣਾ ਮੱਕੂ ਠੱਪਣ ਲੱਗੇ ਹੋਏ ਨੇ ਜਿਉਂ ਕੰਕਰੀਟ ਸੀਮਟ ਰੇਤਾ ਠੱਪਣ ਲੱਗੀ ਹੋਈ ਆ ਦੁਨੀਆ ਇੱਥੇ ਤਾਂ ਕਾਨੂੰਨ ਹੋਣੇ ਚਾਹੀਦੇ ਆ ਵੀ ਕੰਕਰੀਟ ਪਹਿਲਾਂ ਹੀ ਇੰਨਾ ਹੋ ਗਿਆ ਵੀ ਇਹਨੂੰ ਰੋਕੋ ਕੰਸਟਰਕਸ਼ਨਾਂ ਦਾ ਸਿਸਟਮ ਆ ਜਿਹੜਾ ਉਰੇ ਮੈਂ ਕਹਿੰਦਾ ਬੈਠਿਆ ਜਾਵੇ ਜੀ ਬਿਲਕੁਲ ਆਨੰਦ ਹੈ ਇਹ ਕਿੱਥੇ ਲਏ ਤੁਸੀਂ ਐਡੀ ਲੰਬੀ ਕੁਰਸੀ ਉਰੀ ਗਏ ਨਹੀਂ ਜੀ ਇਹ ਮੈਂ ਬੀਚਾਂ ਬੂਚਾਂ 'ਤੇ ਜਦੋਂ ਜਾਈਦਾ ਨਾ ਦੇਖੀਦਾ ਲੋਕ ਆਰਾਮ ਕਰ ਰਹੇ ਆ ਜਿਹੜੀਆਂ ਕੁਰਸੀਆਂ 'ਤੇ ਮੈਂ ਫਿਰ ਕੁਰਸੀ ਵਾਲਾ ਸੀਗਾ ਬਣਾ ਰਿਹਾ ਸੀ ਕੁਰਸੀਆਂ
ਮੈਂ ਕਿਹਾ ਤੈਨੂੰ ਮੈਂ ਡਿਜ਼ਾਈਨ ਕਰਕੇ ਦਿੰਦਾ ਕੁਰਸੀ, ਤੂੰ ਮੇਰੇ ਕੁਰਸੀ ਮੇਰੇ ਹਿਸਾਬ ਦੀ ਬਣਾ। ਉਹ ਕਹਿੰਦਾ ਲਓ ਜੀ ਅੰਬਾ ਡਿਜ਼ਾਈਨ ਕੀਤੀ, ਉਹਨੇ ਮੇਰੇ ਹਿਸਾਬ ਦੀ ਬਣਾ ਦਿੱਤੀ। ਹੁਣ ਕਦੇ ਕਦੇ ਕਿਤਾਬ ਪੜ੍ਹਨੀ ਹੋਵੇ, ਰਿਲੈਕਸ ਕਰਨਾ ਹੋਵੇ, ਕੀ ਮਾੜੀ ਹੈ? ਅੱਛਾ, ਸਾਰੇ ਕੁਰਸੀਆਂ ਵਰਤਦੇ ਹੋ, ਕਿਉਂ ਵਰਤੀਏ? ਸਾਡੀ ਕੁਰਸੀ ਥੋੜ੍ਹੀ ਜਿਹੀ ਲੰਬੀ ਹੋਊਗੀ। ਵੱਡੇ ਵੱਡੇ ਲੀਡਰ ਕੁਰਸੀ ਖਾਤਰ ਲੜਦੇ ਆ ਯਾਰ, ਸਾਡੀ ਵੀ ਕੁਰਸੀ ਆ, ਗੱਲ ਆ ਕੋਈ। ਅੱਛਾ, ਸਫ਼ਰ ਕੇ ਬਾਰੇ ਮੈਂ ਤੁਹਾਨੂੰ, ਬਹੁਤ ਸਫ਼ਰ ਕਰੇ, ਬੜੀ ਦੁਨੀਆ ਘੁੰਮੇ, ਕਿਤਾਬ ਵੀਜਾ ਕੇ ਰੱਬ ਬਈ। ਉਹ ਕਿਤਾਬ ਨਾ ਸੁਖਪ੍ਰੀਤ ਸਿੰਘ ਕੀ ਬਹੁਤ ਪਹਿਲਾਂ, ਕਈ ਸਾਲ ਹੋ ਗਏ, 10 ਸਾਲ, 2005 ਚ ਆਈ, 2005 ਕੇ ਵਿੱਚ ਔਲਖ ਸਾਹਿਬ ਨੇ ਰਿਲੀਜ਼ ਕੀਤੀ ਸੀ, PIU ਦੇ ਵਾਈਸ ਚਾਂਸਲਰ ਨੇ। ਯਾਰ ਇਹ ਕਿਤਾਬ ਦੇ ਬਾਅਦ ਹੀ ਬਾਈ ਉਹਨਾਂ ਨਾਲ ਮੇਰੀ ਦੋਸਤੀ ਪਈ ਸੀ, ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਜਦ। ਹਾਂ ਜੀ, ਚਿੱਠੀ ਆਪਾਂ ਤਾਂ ਅਜੇ ਵੀ ਚਿੱਠੀਆਂ ਲਿਖਦੇ ਹਾਂ। ਕਿਆ ਬਾਤ ਹੈ। ਅੱਛਾ, ਆਪਣੇ ਮਨਮੋਹਨ ਬਾਵਾ ਨੂੰ ਪੜ੍ਹਿਆ, ਉਹਨਾਂ ਨੇ ਵੀ ਲਿਖਿਆ ਕਹਿੰਦਾ ਪੰਜਾਬੀ ਜਿਹੜੇ ਯਾਰ ਵੀ ਉਰੇ ਉਹ ਕਹਿੰਦੇ ਕਿਹੜਾ ਉਹ ਜਿਵੇਂ ਅਮਰੀਕਾ ਦੇ ਵਿੱਚ ਇੱਕ ਦੱਸਿਆ ਤਾ ਕਿਹੜਾ ਤਾਂ ਪਤਾ ਨਹੀਂ, ਪਹਾੜਾਂ ਦੇ ਵਿੱਚ ਬਰਫ਼ ਬਹੁਤ ਪਵਾ ਉੱਥੇ ਅਲਾਸਕਾ, ਕਹਿੰਦਾ ਅਲਾਸਕਾ ਕੀ ਬਰਫ਼ ਮਾਂ ਤਾਂ ਫਸ ਕੇ ਬਹੁਤ ਜੰਟਾਂ ਕੇ ਲਿਆ, ਅਫਰੀਕਾ ਜੰਗਲਾਂ ਦੇ ਵਿੱਚ ਨੂੰ ਉੱਥੇ ਫਸ ਕੇ ਮਰ ਜਾਂ, ਪਰ ਕਹਿੰਦੇ ਉਰੇ ਕੋਈ ਪਹਾੜ ਆ ਜਾਓ 3 ਘੰਟੇ ਦੇ ਬਾਅਦ, ਕਹਿੰਦੇ ਉੱਥੇ ਕੋਈ ਨਹੀਂ ਜਾਂਦਾ ਦੇਖਣ ਵੀ ਬਰਫ਼ ਹੈ ਜਾਂ ਕੋਈ ਚੀਜ਼ ਹੈ। ਆਪਣੇ ਲੋਕਾਂ ਦਾ ਗੁਰੂ ਨਾਨਕ ਸਾਹਿਬ ਵੀ ਬਾਤ ਕਰ ਰਹੇ ਤੇ ਆਪਾਂ ਬਹੁਤ ਘੁੰਮੇ ਹੋ, ਪਰ ਆਪਣੇ ਲੋਕਾਂ ਦਾ ਹੈ ਹੀ ਨਹੀਂ ਸਫ਼ਰ, ਕਹਿੰਦੇ ਡਾਲਰ ਇਕੱਠੇ ਕਰਨ ਜਾਂ ਜਾਂ ਪੌਂਡ ਮੈਂ ਇਹਨੂੰ ਘੁੰਮ 24 ਘੰਟੇ। ਦੇਖੋ ਮੈਂ ਆਪਣੀ ਕਿਤਾਬ 'ਚ ਵੀ ਲਿਖਿਆ ਸੀ ਵੀ ਇੰਗਲੈਂਡ ਦੇ ਗੋਰੇ ਆਪਣੀ ਰਾਣੀ ਨੂੰ ਪਿਆਰ ਕਰਦੇ ਹੈ, ਸਾਡੇ ਬੰਦੇ ਪੌਂਡ ਦੇ ਛੇ ਰਾਣੀ ਨੂੰ ਪਿਆਰ ਕਰਦੇ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਠੀਕ ਹੈ, ਦੇਖੋ ਸਾਰਿਆਂ ਨਾਲੋਂ ਵਧੀਆ ਖਜ਼ਾਨਾ ਹਿਮਾਲਿਆ ਹੀ ਹੈ, ਜਿਹੜਾ ਬਣ ਨਹੀਂ ਸਕਦਾ। ਟਵਿਨ ਟਾਵਰ ਡਿੱਗੇ, ਸਵੇਰੇ ਬਣਾ ਲਓ ਦੁਬਾਰਾ ਚਾਹੇ, ਬਿਲਡਿੰਗਾਂ ਨੇ ਉਹ ਤਾਂ। ਹਿਮਾਲਿਆ ਦੀਆਂ ਚੋਟੀਆਂ, ਕੰਚਨ ਜੰਗਾ, ਨੰਦਾ ਦੇਵੀ, ਅੱਡੇ ਪਹਾੜ, ਨੇਪਾਲ। ਹੁਣ ਨੇਪਾਲ ਨੂੰ ਸਭ ਤੋਂ ਗਰੀਬ ਕਹਿੰਦੇ ਨੇ, ਸਭ ਤੋਂ ਵਧੀਆ ਪਹਾੜੀ ਨੇਪਾਲ ਕੋਲ, ਮੈਂ ਕਹਿੰਦਾ ਸਭ ਤੋਂ ਵੱਧ ਅਮੀਰ ਨੇਪਾਲ ਹੈ, ਸਭ ਤੋਂ ਸ਼ੁੱਧ ਹਵਾ ਭੂਟਾਨ ਦੀ ਹੈ, ਸਭ ਤੋਂ ਮੈਂ ਤਾਂ ਸਭ ਤੋਂ ਕਿਸਮਤ ਵਾਲਾ ਕੰਟਰੀ ਮੰਨਦਾ ਹੀ ਭੂਟਾਨ ਨੂੰ, ਮੇਰਾ ਆਈਡੀਅਲ ਕੰਟਰੀ ਹੈ ਭੂਟਾਨ। ਹੁਣ ਆਪਣੇ ਬੰਦੇ ਇੱਥੇ ਹਿਮਾਲਿਆ ਕੁੱਲੂ ਮਨਾਲੀ ਦੇ ਬਾਜ਼ਾਰ 'ਚ ਜਾ ਕੇ ਵੀ ਟਿੱਕੀਆਂ ਖਾਈ ਜਾਂਦੇ ਨੇ ਉਹ ਪਹਾੜਾਂ ਦੇ ਪਿੱਛੇ ਤੁਰੋ ਮਾੜਾ ਮੋਟਾ ਸੈੱਟ ਆਵੇ ਕੰਮ, ਪਿੱਛੇ ਪਹਾੜਾਂ ਦੇ ਪਿੱਛੇ ਵੀ ਪਹਾੜ ਨੇ, ਉਹਨਾਂ ਨੂੰ ਫਰੋਲੋ ਮਾੜਾ ਜਿਹਾ, ਪਰ ਨਹੀਂ ਨਹੀਂ ਜਾਂਦੇ ਹੈਗੇ। ਬਹੁਤ ਰੇਅਰ ਆ, ਤੁਹਾਨੂੰ ਥੋੜ੍ਹੇ ਜਿਹੇ ਬੰਦੇ ਮਿਲਦੇ ਜਿਹੜੇ ਸਾਡੇ ਨਾਲ ਜਾਣ ਵਾਣ ਨਾਲ ਕਰਦੇ ਆ, ਪਰ ਏਜੰਟਾਂ ਨਾਲ ਤਾਂ ਬਰਫ਼ਾਂ 'ਚ ਫਸ ਜਾਣਗੇ ਯੂਕਰੇਨ ਦੀਆਂ, ਪਰ ਇੱਥੇ ਪਹਿਲਾਂ ਇੰਡੀਆ ਦੇਖਣਾ ਚਾਹੀਦਾ ਬੰਦੇ ਨੂੰ ਸਾਰਾ ਟ੍ਰੇਨਾਂ 'ਤੇ। ਇੰਨੀ ਦੁਨੀਆ ਘੁੰਮੇ, ਇੰਨੀ ਕੌਮ ਆ ਗਏ ਲੋਕਾਂ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ, ਕੋਈ ਛੱਡਿਆ ਨਹੀਂ, ਤੁਹਾਨੂੰ ਲੱਗਾ ਵੀ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਪਦਾਰਥ ਦੀ ਦੌੜ, ਇਹ ਸਾਰੀ ਜਿਹੜੀ ਕੰਕਰੀਟ ਹੈ, ਗੱਡੀਆਂ, ਉਹਨਾਂ ਦੀ ਬਾਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੋ ਰਹੀਆਂ, ਲੱਗਾ ਇਸ ਤਰ੍ਹਾਂ ਕੁਛ ਕੁ ਹੋਰ ਕੰਮ ਆ ਗਏ ਲੋਕ ਇੱਦਾਂ ਹੀ ਪਏ ਵਿੱਚ ਕਰਾਵਾਂ? ਨਹੀਂ, ਵੈਸੇ ਤਾਂ ਸਾਰੀ ਦੁਨੀਆ ਹੀ ਤੇਜ਼ ਹੋ ਗਈ, ਦੁਨੀਆ 'ਚ ਵੀ ਸਿਸਟਮ ਜ਼ਿਆਦਾ ਕਾਰਾਂ ਕੂਰਾਂ ਵਾਲਾ ਕਾ ਸਾਰੇ ਕਿਤੇ ਮੱਚਿਆ, ਪਰ ਪੰਜਾਬ 'ਚ ਪਤਾ ਕੀ ਹੋਇਆ, ਪੰਜਾਬ 'ਚ ਕੋਈ ਵੀ ਆਪਣੀ ਹਕਮਾਈ ਨਾਲ ਨਹੀਂ ਲੈ ਰਿਹਾ ਇਹ ਗੱਡੀਆਂ ਫੋਰਚੂਨਰ ਰੋਕਾਂ, ਗੱਡੀ ਲੈਣ ਵਾਲਾ ਮੁੱਦਾ ਨਹੀਂ, ਮੁੱਦਾ ਇਹ ਵੀ ਬੰਦੇ ਹਰ ਟਾਈਮ ਨਾ ਇਸ ਚੱਕਰ ਮੈਂ ਜਿਵੇਂ ਫੇਸਬੁੱਕ ਪਾ ਰਿਹਾ ਕੋਈ, ਮੈਂ ਬਹੁਤ ਗੱਡੀ ਲਈ, ਫੋਰਚੂਨਰ ਲੈ ਲਈ, ਜਾਂ ਵਿਆਹ ਮੈਂ ਫੋਰਚੂਨਰ ਭੇਜ ਦਿੱਤੀ, ਮਤਲਬ ਅਜਿਹੀ ਚੱਕਰ ਮੈਂ ਵਰਤਾਂ ਇਹ ਸਾਰਾ ਕੁਛ। ਉਹ ਆਪਣੀ ਕਮਾਈ ਨਾਲ ਤਾਂ MRF ਦਾ ਟਾਇਰ ਨਹੀਂ ਪਵਾ ਸਕਦੇ ਉਹ ਸਾਰਾ ਪਿਛਲਾ ਹੀ ਵੇਚਣ ਲੱਗੇ ਹੋਏ ਨੇ, ਠੀਕ ਹੈ ਨਾ। ਮਿਹਨਤ ਦੀ ਕਮਾਈ ਨਾਲ ਕਾਹਨੂੰ ਜਿਹੜੇ ਸਿਸਟਮ ਬਣਦੇ ਨੇ, ਉਹ ਜਿੱਥੇ ਸਹੀ ਮਿਹਨਤ ਖਰਚਣਾ ਚਾਹੀਦਾ ਸੀ ਉੱਥੇ ਨਹੀਂ ਖਰਚਿਆ ਜਾ ਰਿਹਾ, ਠੀਕ ਹੈ। ਉਹ ਇੰਨੀਆਂ ਮਹਿੰਗੀਆਂ ਚੀਜ਼ਾਂ, ਇੰਨੇ ਮਹਿੰਗੇ ਮੋਬਾਈਲ, ਇੰਨੇ ਮਹਿੰਗੇ ਲਗਜ਼ਰੀ, ਐਵੇਂ ਹੋਟਲਾਂ 'ਚ ਗੰਦੇ ਗੰਦੇ ਚਿਕਨਾਂ ਦਾ ਸਾਲਾ 3-3 ਹਜ਼ਾਰ ਬਿੱਲ ਦੇਈ ਜਾਂਦੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਬਈ ਪੰਜਾਬ ਬੇਕਾਰ ਫਜ਼ੂਲ ਪੈਸਾ ਬਹੁਤ ਲਟਾ ਰਿਹਾ। ਸਭ ਤੋਂ ਵੱਡੀ ਉਦਾਹਰਨ ਕੀ ਹੈ? ਮੈਰਿਜ ਪੈਲਸਾਂ ਦੀ, ਨਾ ਮੈਰਿਜ ਪੈਲਸ ਵਾਲਿਆਂ ਨੂੰ ਰੋਟੀ ਜਿਹੜੀ ਆਪਣੇ ਲਖਿੰਦਰ ਕੋਕਾਂ ਨੂੰ ਬਣਾਉਣੀ ਆਉਂਦੀ ਹੈ, ਅਤੇ ਨਾ ਸਾਡੇ ਬੰਦਿਆਂ ਨੂੰ ਪਲੇਟ ਪਾਉਣੀ ਆਉਂਦੀ ਹੈ ਵਿੱਚ, ਮੇਰੇ ਵਰਗੇ ਮੈਂ ਵੀ ਕਹਿੰਦਾ ਆਪਣੇ ਆਪ ਨੂੰ ਹੈਂ ਸਾਲੇ, ਮਟਰ ਪਨੀਰ ਦੇ ਵਿੱਚ ਤਾਂ ਗੁਲਾਬ ਜਾਮਣਾਂ ਰੁੜੀਆਂ ਫਿਰਦੀਆਂ ਨੇ, ਉਹ ਮਾੜੀਆਂ ਖਾ ਕੇ ਜਾਂ ਕੱਪੜਾ ਚੱਕ ਕੇ ਥੱਲੇ ਰੱਖ ਦਿੰਦੇ ਨੇ, ਚੱਲ ਗਏ ਛੁੜਗੀ, ਉਧਰ ਕੁੜੀ ਦੇ ਪਿਓ ਨੂੰ 1500 ਰੁਪਏ ਦੀ ਪਲੇਟ ਪੈਂਦੀ ਹੈ। ਨਹੀਂ ਕੀ ਡਰਾਮਾ, 4 ਵਜੇ ਨੂੰ ਨਿਬੜ ਜਾਂਦਾ, ਸਾਰੇ ਰਾਹ 'ਚ ਕਹਿਣਗੇ ਯਾਰ ਪਿਓ ਭਾਰਾ ਜਿਹਾ ਸੀ, ਚਲੋ ਹਜਮ ਨਹੀਂ ਆਇਆ, ਉਹੀ ਬੱਕਰਾ ਜਾਣ ਤੋਂ ਗਿਆ, ਖਾਣ ਵਾਲੇ ਨੂੰ ਸਵਾਦ ਨਹੀਂ ਆਇਆ, ਅਗਲਾ 25-30 ਲੱਖ ਥੱਲੇ ਆ ਗਿਆ, ਤੁਹਾਨੂੰ ਸਵਾਦ ਨਹੀਂ ਆਇਆ। ਅੱਛਾ, ਜਿਹੜੇ ਥਰੇ ਮੈਂ ਗੋਰੇ ਗੋਰੇ ਰਹਿ ਕੇ ਗਏ ਬਹੁਤ ਸਾਰੇ ਅੰਗਰੇਜ਼ ਬਹੁਤ ਆਏ, ਉਹਨਾਂ ਨੇ ਪੰਜਾਬ ਬਾਰੇ ਕਿਹਾ, ਉਹਨਾਂ ਦਾ ਇੱਕ ਮਤਲਬ ਤੱਤ ਕੱਢਿਆ ਵੀ ਕਿਹਾ ਕਹਾਂ ਵੀ ਪੰਜਾਬ ਕਹਿੰਦੇ, ਪੰਜਾਬ ਕਹਿੰਦੇ ਬਹੁਤ ਸੋਹਣਾ ਗ੍ਰੀਨ ਸ਼ੀਟ ਆ, ਮਜ਼ਾ ਆ ਜਾਂਦਾ ਦੇਖ ਕੇ ਵੀ, ਅਸੀਂ ਇੱਥੇ ਰਹਿਣਾ ਰਹਿਣਾ ਹੋਵੇ ਬਹੁਤ ਵਧੀਆ, ਪਰ ਕਹਿੰਦੇ ਜਦੋਂ ਰਹਿਣ ਲੱਗੀਦਾ ਘੁੱਦੇ ਜਾਲੇ ਹੋਣੀ ਆ ਜਾਂਦੇ ਨੇ, ਕਹਿੰਦੇ ਅੱਖਾਂ ਪਾਲ ਪਾਲ ਦੇਖਦੇ ਨੇ, ਐਂ ਲੱਗਦਾ ਵੀ ਸਾਨੂੰ ਖਾ ਜਾਣਗੇ ਬਾਈ ਜੀ, ਗੋਰੇ ਗੋਰੀਆਂ ਪੰਜਾਬ ਚ ਆ ਜਾਣ, ਪਰ ਆਪਣੇ ਬੰਦਿਆਂ ਦੀ ਜਿਹੜੀ ਝਾਕਣੀ ਹੈ ਨਾ ਬਹੁਤ ਖਤਰਨਾਕ, ਬੰਦੇ ਦਾ ਐਕਸਰੇ ਅੰਦਰ ਤੱਕ ਦੀ ਲੰਘਦੀ ਆ, ਵਾ ਡਰ ਜਾਂਦੇ ਨੇ, ਉਹ ਡਰ ਜਾਂਦੇ ਨੇ। ਮੇਰੇ ਕੋਲ ਜਿੰਨੇ ਅੰਗਰੇਜ਼ ਆਏ ਮੈਂ ਪਿੰਡਾਂ 'ਚ ਜਾਂਦਾ ਸੀ ਰੋਟੀ ਰੋਟੀ ਖਵਾਉਣ, ਟਿਊਬਲਾਂ 'ਤੇ ਨਹਾਉਣ, ਬੜਾ ਬਚਾਅ ਵਗੈਰਾ ਰੱਖਣੇ ਪੈਂਦੇ, ਬਹੁਤ ਧਿਆਨ ਰੱਖਣਾ ਪੈਂਦਾ। ਚਲੋ ਇੱਧਰ ਨੂੰ ਆਪਾਂ ਗੇੜਾ ਕੱਢ ਲਏ ਹਾਂ, ਮੂਰਤ ਜਿਹੜੀ ਹੈ ਸਾਈਕਲ ਵਾਲੀ, ਇਹ ਇਸ ਕੇ ਬਾਰੇ ਮੈਂ ਦੱਸੋ। ਅੱਛਾ, ਇੱਧਰ ਇਸ ਤੋਂ ਪਹਿਲਾਂ ਇਹ ਮਹਾਰਾਜਾ ਦਲੀਪ ਸਿੰਘ, ਇਹ ਤਾਂ ਚਲੋ ਮਹਾਰਾਜਾ ਰਣਜੀਤ ਸਿੰਘ ਸੰਬੰਧਿਤ ਤਾਂ ਕੰਮ ਆਪਣੇ ਕੋਲ ਬਹੁਤ ਆਇਆ, ਉਹ ਤਾਂ ਮੈਂ ਕਹਿੰਦਾ ਇੱਕ ਮਾੜਾ ਜਿਹਾ ਗੇੜਾ ਕਢਾ ਦੇ। ਇਹ ਉਹ ਹੋਇਆ ਜੀ, ਦੁਬਾਰਾ ਪਤਾ ਨਹੀਂ ਕਦ ਮੌਕਾ ਲੱਗੇਗਾ। ਕੰਵਰ ਦਲੀਪ
ਤੇ ਇਹਦੇ ਨਾਲ ਇਹਦਾ ਕਜ਼ਨ ਵੀ ਲੈ ਗਈ। ਯੂਪੀ ਦੇ ਵਿੱਚ ਇੱਕ ਆਰਟਿਸਟ ਆਇਆ ਗੋਰਾ ਜਾਰਜ ਬੀਚੀ, ਉਹਨੇ ਦੇਖਿਆ ਵੀ ਛੋਟਾ ਜਿਹਾ ਮੁੰਡਾ ਫੜ ਕੇ ਲਿਆਏ ਬਹੁਤ ਸੋਹਣਾ, ਕਿਹਾ ਉਹਨਾਂ ਨੂੰ ਪੇਂਟ ਕੀਤਾ ਜਾਵੇ। ਉਹ ਆਪਦੇ ਦੇ ਨਵਾਬ ਕੋਲੇ ਪੇਂਟਰ ਸੀਗਾ, ਉਹਨੇ ਫਿਰ ਇਹਦੀ ਪੇਂਟਿੰਗ ਉਦੋਂ ਬਣਾ ਲਈ, ਉਦੋਂ ਦੀ ਬਣਾਈ ਆਪਣੇ ਕੰਮ ਆਉਂਦੀ, ਆਪਾਂ ਨੂੰ ਇਹਦੇ ਬਚਪਨ ਦੀ ਤਸਵੀਰ ਮਿਲ ਜਾਂਦੀ, ਨਹੀਂ ਤਾਂ ਆਪਾਂ ਨੂੰ ਇਹਦੇ ਬਚਪਨ ਦੀ ਤਸਵੀਰ ਮਿਲਣੀ ਹੋ ਨਹੀਂ ਸੀ ਕਦੇ। ਸੋ ਅਸੀਂ ਸ਼ੁਕਰ ਗੁਜ਼ਾਰ ਹਾਂ ਜਾਰਜ ਬੀਚੀ ਦੇ। ਸੋ ਇਹ ਤਸਵੀਰ ਹੁਣ ਓਰਿਜਨਲ ਹੈ ਜਿਹੜੀ, ਇੰਗਲੈਂਡ ਉਂਗਲੈਂਡ ਕਿਤੇ ਲੋਕਾਂ ਕੋਲ ਕਿਤੇ ਮਿਊਜ਼ੀਅਮਾਂ 'ਚ ਹੁੰਦੀਆਂ, ਮੈਂ ਉਹਨੂੰ ਕਾਪੀ ਕੀਤਾ। ਇਹ ਤਾਂ ਬਾਅਦ ਮੈਂ ਤਾਂ ਅਸਲੀ ਤਸਵੀਰ ਤਾਂ ਹੈਗੀ ਨਾ, ਮਰੇ ਤਾਂ ਬਾਅਦ ਮੈਂ 1890 ਦੇ ਬਾਅਦ 'ਚ ਤਾਂ ਦੇਖੋ ਤਸਵੀਰ ਜਿਹੜੀ ਇੰਗਲੈਂਡ ਦੀ ਰਾਣੀ ਨੇ ਬਣਵਾਈ ਹੈ। ਇਹ ਤਸਵੀਰ ਇੰਗਲੈਂਡ ਦੀ ਰਾਣੀ ਨੇ ਫਿਰ ਵਿੰਟਰ ਹਾਲਟਰ ਜਰਮਨ ਆਰਟਿਸਟ ਤੋਂ ਬਣਵਾਈ ਹੈ। ਇਹ ਤਾਂ ਰਾਣੀ ਨੂੰ ਹਫ਼ਤੇ 'ਚ ਦੋ ਵਾਰੀ ਬੁਲਾਉਂਦੀ ਸੀ ਉਹਨੂੰ ਮਹਿਲ 'ਚ। ਇਹ ਤਸਵੀਰ ਤਾਂ ਰਾਣੀ ਦੀ ਫੇਵਰੇਟ ਹੈ ਇੰਗਲੈਂਡ ਲੱਗੀ ਹੋਈ ਹੈ। ਬਾਅਦ 'ਚ ਤਾਂ ਤਸਵੀਰਾਂ ਬਲੈਕ ਐਂਡ ਵਾਈਟ ਹੈਗੀਆਂ ਉਹਦੀਆਂ ਇੰਗਲੈਂਡ ਦੀਆਂ ਬਹੁਤ, ਛੋਟੇ ਹੁੰਦੇ ਦੀ ਉਹ ਇੱਕੋ ਹੀ ਹੈ। ਅੱਛਾ ਇਹ ਵੈਸੇ ਦਿਖਾਇਆ ਪੁਰਾਣਾ ਸਮਾਂ ਜਿਹੜਾ ਮਨਜੀਤ ਸਿੰਘ ਇੱਦਾਂ ਦੇਖੋ, ਅੱਗੇ ਕੁੜੀਆਂ ਕਾਲਜ ਪੜ੍ਹਨ ਜਾਂਦੀਆਂ ਸੀ, ਲੇਡੀ ਸਾਈਕਲ, ਹੁਣ ਦੀ ਪਜੈਰੋ ਗੱਡੀ ਵਰਗਾ ਸੀ, ਠੀਕ ਹੈ ਠੀਕ ਹੈ। ਅੱਗੇ ਲੋਕ ਪੰਜੀਰੀ ਖਾਂਦੇ ਸੀ, ਹੁਣ ਪਜੈਰੋ ਲੈ ਲੈਂਦੇ ਨੇ। ਤੇ ਜਦੋਂ ਲੇਡੀ ਸਾਈਕਲ ਚੱਲਦੇ 'ਚ ਦੁਪੱਟਾ ਬਾਈ ਸਾਰਿਆਂ ਨੂੰ ਲੈਣਾ ਪੈਂਦਾ ਸੀ, ਚੁੰਨੀ ਆ ਜਾਂਦੀ ਸੀ, ਤਾਂ ਆਪਾਂ ਨੇੜੇ ਦੇ ਪਿੰਡ ਦੇ ਜਾਣਕਾਰ ਕਿਸੇ ਮੁੰਡੇ ਨੂੰ ਕਹਿਣਾ ਵੀ ਮੁੰਡੇ ਵੀ ਤਿਆਰ ਰਹਿੰਦੇ ਸੀ, ਫਟਾਫਟ ਦੀ ਚੁੰਨੀ ਆ ਗਈ ਸਾਈਕਲ 'ਚ, ਹੈ ਨਾ। ਚਲੋ ਬਈ ਬਸ, ਹਾਂ ਉਹ ਪੂਰੀ ਡੈਡੀਕੇਸ਼ਨ ਚੁੰਨੀ ਕੱਢ ਰਿਹਾ ਵੀ ਚੁੰਨੀ ਫਟਣਾ ਯਾਰ, ਠੀਕ ਹੈ। ਬਾਕੀ ਦੇਖੋ ਇੱਧਰ ਸ਼ੇਰ ਗਿੱਲ ਸਾਹਿਬ ਖੜੇ ਨੇ, ਹੈ ਵਿੱਚ ਤਾਰ ਦਿਖਾਈ ਹੈ ਇੱਕ, ਜਿਵੇਂ ਕਹਿੰਦਾ ਨਾ ਬੰਧਨ ਕੱਚੇ ਦਾਗੋ ਕਾ, ਨਹੀਂ ਦਿਲ ਦਿਲ ਨਾਲ ਰਾਹ ਹੁੰਦੀ ਹੈ। ਰੌਣ ਸੀਤਾ ਨੂੰ ਲਈ ਜਾ ਰਿਹਾ, ਪੁਰਾਣਾ ਇੱਕ ਉਹ ਸੀਨ ਹੈ ਜੀ ਵੀ ਜਦੋਂ ਸਾਈਕਲਾਂ ਚੁੰਨੀਆਂ ਆਉਂਦੀਆਂ ਸੀ ਬਾਜੀ, ਨਾ ਲੇਡੀ ਸਾਈਕਲ ਆ ਨਾ ਚੁੰਨੀਆਂ ਆਉਣੀਆਂ, ਤੇ ਨਾ ਲੋਕਾਂ ਨੇ ਹੱਥ ਕਾਲੇ ਕਰਨੇ ਕਿਸੇ ਦੀ ਚੁੰਨੀ ਕੱਢਣ ਨੂੰ, ਤੇ ਨਾ ਉਹ ਆਰਟ ਹੈ ਚੁੰਨੀ ਕੱਢਣੀ ਕਿਵੇਂ ਆ ਬਾਈ, ਦੁਬਾਰਾ ਚੈਨ ਚੜਾਉਣੀ ਕਿਵੇਂ ਆ, ਹੁਣ ਤਾਂ ਦਿਲ ਨੂੰ ਚੈਨ ਹੈ ਨੀ, ਸਾਈਕਲ ਦੀ ਚੈਨ ਕਿਹਨੇ ਚੜਾਉਣੀ। ਰੌਣ ਸੀਤਾ ਨੂੰ ਲਈ ਜਾ ਰਿਹਾ, ਇਹ ਜੀ ਏਦਾਂ ਜਦੋਂ ਰਾਵਣ ਨੇ ਸਾਰਿਆਂ ਨੂੰ ਪਤਾ ਵੀ ਆ ਕੇ ਸਾਧੂ ਬਣ ਕੇ ਸੀਤਾ ਜੀ ਨੂੰ ਕਿਹਾ ਵੀ ਮੈਨੂੰ ਪ੍ਰਸ਼ਾਦਾ ਦਿਓ, ਦਕਸ਼ਣਾ ਪਾਓ, ਤਾਂ ਉਹਨਾਂ ਨੇ ਜਿਹੜੀ ਲਕਸ਼ਮਣ ਰੇਖਾ ਨਹੀਂ ਟੱਪੀ, ਪਰ ਉਹਨਾਂ ਨੂੰ ਕਿਸੇ ਮਜ਼ਬੂਰੀ ਬਸ ਟੱਪਣੀ ਪਈ, ਤਾਂ ਰਾਵਣ ਨੇ ਉਹਨਾਂ ਨੂੰ ਚੱਕ ਲਿਆ, ਹੈ ਨਾ। ਅਤੇ ਜਦੋਂ ਜਟਾਯੂ ਨੇ ਦੇਖਿਆ ਰਾਹ 'ਚ, ਉਹ ਸੀਨ ਹੈ ਇਹ। ਇਹ ਅਸਲ 'ਚ ਸੀਨ ਇਹ ਰਾਜਾ ਰਵੀ ਵਰਮਾ ਕੇਰਲਾ ਦੇ ਆਰਟਿਸਟ ਨੇ ਬਣਾਇਆ ਸੀ 1897 'ਚ। ਮੈਂ ਕੇਰਲਾ ਕਾਫੀ ਜਾਂਦਾ, ਉੱਥੇ ਮੈਂ ਸੀਨ ਦੇਖਿਆ, ਮੈਂ ਕਿਹਾ ਸੀਨ 'ਚ ਦਮ ਹੈ। ਦੇਖੋ ਅਸੀਂ ਕਲਾਕਾਰ ਹਾਂ, ਸਾਨੂੰ ਸਾਰੇ ਧਰਮਾਂ ਦੀਆਂ ਸਾਰੇ ਇਲਾਕਿਆਂ ਦੀਆਂ ਜੋ ਵੀ ਤਸਵੀਰ ਸਾਨੂੰ ਜੱਚ ਗਈ ਅਸੀਂ ਬਣਾਉਣੀ ਹੈ। ਸੋ ਇਹ ਮੈਨੂੰ ਬਹੁਤ ਵਧੀਆ ਲੱਗਿਆ ਵੀ ਇੱਕ ਪੰਛੀ, ਸਟੋਰੀ ਕੁਛ ਵੀ ਹੈ ਕਿੱਦਾਂ ਵੀ ਉਹ ਤੁਸੀਂ ਸੋਚੋ, ਇੱਕ ਪੰਛੀ ਇੱਕ ਐਡੇ ਵੱਡੇ ਵਾਰੀਅਰ ਦਾ ਰਾਹ ਰੋਕ ਰਿਹਾ ਵੀ ਲੈ ਬਈ ਜਿੰਨੀ ਕੁ ਮੇਰੇ 'ਚ ਤਾਕਤ ਆ ਮੈਂ ਉੱਡ ਕੇ ਤੇਰੇ ਨਾਲ ਲੜੂੰਗਾ, ਮੈਂ ਸਿਰਫ 'ਚ ਇੱਕ ਪੰਛੀ ਦੀ ਬਹਾਦਰੀ ਤੋਂ ਕਾਇਲ ਹਾਂ। ਇਹਦਾ ਮੰਦਰ ਹੈ ਉੱਥੇ ਮੇਰੀ ਦੋਸਤ ਦੀ, ਮੇਰਾ ਦੋਸਤ ਬੰਸਰੀ ਵਜਾਉਂਦਾ, ਉਹਦੀ ਕੁੜੀ ਪੜ੍ਹਦੀ ਹੈ, ਸੋ ਦੇਖਾਂਗੇ ਕਦੇ ਉੱਥੇ ਮੰਦਿਰ ਕੇਰਲਾ ਗੇੜਾ ਲੱਗੂ। ਸੋ ਇੱਦਾਂ ਹੈ ਜੀ, ਪੁਰਾਣੀਆਂ ਕਈ ਤਸਵੀਰਾਂ ਕਈ ਕਲਾਕਾਰਾਂ ਦੀਆਂ ਕਾਪੀਆਂ, ਘਰ ਨਹੀਂ ਤਾਂ ਅਜਾਇਬ ਘਰ ਹੈ ਪੂਰੇ ਖਾਲਸਾ ਰਾਜ ਗਿਆ ਦਰਬਾਰ ਸਾਹਿਬ ਪੂਰਾ ਬਾਈ। ਇਹ ਤਾਂ ਫਿਰ ਏਰੀਅਲ ਵਿਊ ਆ ਨਾ ਜੀ, ਪੰਛੀ ਨੂੰ ਦਰਬਾਰ ਸਾਹਿਬ ਕਿਵੇਂ ਦਿਖਦਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਜਹਾਜ਼ ਡਰੋਨ ਉਡਾ ਕੇ ਕਰਾਂ, ਡਰੋਨ ਤਾਂ ਡਰਾਉਣ ਲੱਗ ਗਿਆ ਸਭ ਨੂੰ, ਸਹੀ ਹੈ। ਆਹੋ ਉਹ ਦੇਖੋ ਡਰੋਨ ਦਾ ਨਜ਼ਾਰਾ ਤਾਂ ਡਰੋਨ ਨੂੰ ਹੀ ਆ ਰਿਹਾ ਨਾ, ਨਹੀਂ ਅੱਛਾ ਇੱਧਰ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਆਏ ਹੋਏ, ਇਹ ਅਗਸਟਨ ਸ਼ੋਇਫੇ ਦਾ ਸੀਨ ਹੈ ਜਿਹੜਾ ਆਸਟਰੋ ਹੰਗੇਰੀਅਨ ਆਰਟਿਸਟ ਆਇਆ ਸੀਗਾ, ਸੀਨ 1840 ਦਾ, ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਚੁੱਕੀ ਸੀ, ਪਰ ਉਹ ਸ਼ੇਰ ਸਿੰਘ ਦਾ ਦੋਸਤ ਸੀਗਾ ਕਲਾਕਾਰ ਅੰਗਰੇਜ਼, ਉਹਨੇ ਜਦੋਂ ਇਹ ਬਣਾਇਆ ਨਾ ਦਰਬਾਰ ਸਾਹਿਬ ਦੇ ਉੱਪਰ ਖੜ ਕੇ, ਉਹਨੇ ਸਕੈਚ ਬਣਾਇਆ ਸੀ, ਇਹ ਪੇਂਟਿੰਗ ਉਹਨੇ ਆਪਦੇ ਦੇਸ਼ ਜਾ ਕੇ ਬਣਾਈ, ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਵਿੱਚ ਫਿੱਟ ਕਰਤਾ ਵੀ ਕੀਰਤਨ ਦਰਬਾਰ ਸੁਣ ਰਹੇ ਨੇ, ਮਰਦਾਨਾ ਜੀ ਦੀ ਕੁੱਲ 'ਚ ਰਬਾਬੀ ਕੀਰਤਨ ਕਰ ਰਹੇ ਨੇ, ਅਤੇ ਦਰਬਾਰ ਸਾਹਿਬ 1840 'ਚ ਐਂ ਦਿਖਦਾ ਸੀ, ਵਿੱਚ ਬੜੇ ਬੜੇ ਪ੍ਰਕਰਮਾਂ 'ਚ ਦਰਖਤ ਸੀਗੇ, ਇੱਧਰ ਕਵਰਨੌ ਨਿਹਾਲ ਦੀ ਹਵੇਲੀ ਹੈ ਕੋਨੇ 'ਤੇ। ਰਬਾਬੀਆਂ ਦੀ ਅੰਮ੍ਰਿਤਸਰ ਗਲੀ ਸੀ ਬਕਾਇਦਾ, ਵੰਡ ਵੇਲੇ ਉਹਨਾਂ ਨੇ ਬੜੀਆਂ ਦੁਹਾਈਆਂ ਪਾਈਆਂ ਸਾਨੂੰ ਤਾਂ ਰੱਖ ਲਓ, ਸਾਡੇ ਬੰਦਿਆਂ ਤੋਂ ਇੰਨਾ ਕੰਮ ਵੀ ਨਹੀਂ ਹੋਇਆ, ਇੰਨੇ ਹਤਾਸ਼ ਸੀ ਅਸੀਂ। ਹੁਣ ਭਾਈ ਲਾਲ ਜੀ ਆਉਂਦੇ ਰਹੇ ਕੀਰਤਨ ਕਰਨ, ਹੋਰ ਵੀ ਉਹਨਾਂ ਦੇ, ਅਸੀਂ ਮਰਦਾਨਾ ਜੀ ਨਾਲ ਦੋਸਤੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਇੰਨੀ ਗੂੜੀ ਸੀ ਨਾ, ਅਸੀਂ ਉਸ ਦੋਸਤੀ ਨੂੰ ਕੰਟੀਨਿਊ ਰੱਖਣ 'ਚ ਬਹੁਤ ਫਾਟੀ ਰਹਿ ਗਏ ਹਾਂ, ਸਾਨੂੰ ਰਲ ਕੇ ਉਪਰਾਲਾ ਕਰਨਾ ਚਾਹੀਦਾ, ਮਰਦਾਨਾ ਜੀ ਦਾ ਬਹੁਤ ਸਤਿਕਾਰ ਜਹਾਵਾ ਕਰਨਾ ਚਾਹੀਦਾ ਸਾਨੂੰ।
ਅੱਛਾ ਉਸ ਟਾਈਮ ਇੱਕ ਬਹੁਤ ਬੜੀ ਖੁੱਲ੍ਹ ਜਿਸ ਤਰ੍ਹਾਂ ਉਹ ਨਾਗਾ ਉਹ ਬੜੇ ਦੱਸੇ ਨਾਗਾ ਸਾਧੂ ਵੀ ਬੈਠਿਆ ਉਹ ਦੇਖੋ ਸਿੱਖ ਪਹਿਲਾਂ ਕੱਟਣ ਨਹੀਂ ਸੀਗੇ ਨਾਗੇ ਸਾਧੂ ਤੋਂ ਲੈ ਕੇ ਹਰ ਧਰਮ ਦੇ ਬੰਦੇ ਦਰਬਾਰ ਸਾਹਿਬ ਜਾ ਕੇ ਫ੍ਰੀ ਹੈ ਕੋਈ ਚੱਕਰ ਨਹੀਂ ਸੀ ਪਹਿਲੇ ਇੱਧਰ ਵੀ ਬੈਠੇ ਅਲਾਊਡ ਸੀ ਜੀ ਦਰਬਾਰ ਸਾਹਿਬ ਹੁਣ ਵੀ ਦੇਖੋ ਕਿਸੇ ਨੂੰ ਰੋਕਿਆ ਥੋੜੀ ਜਾਂਦਾ ਕਿਹੜੇ ਧਰਮ ਦਾ ਬੰਦਾ ਆ ਕੇ ਪ੍ਰਕਰਮਾਂ 'ਚ ਬੈਠਾ ਬੈਠਾ ਲੰਗਰ ਛਕ ਰਿਹਾ ਕੋਈ ਚੱਕਰ ਨਹੀਂ ਹੈ ਠੀਕ ਹੈ ਨਾ ਹੋਰ ਕਈ ਗੱਲਾਂ ਨਵੀਆਂ ਖੜੀਆਂ ਹੋ ਗਈਆਂ ਵੀ ਚਲੋ ਆਹ ਨਹੀਂ ਕੀਰਤਨ ਨਿਕਾਹ ਨਹੀਂ ਕਰਦਾ ਉਹ ਜੋ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ ਪਰ ਮੁੱਖ ਦੀ ਗੱਲ ਇਹ ਆ ਵੀ ਪਹਿਲਾਂ ਆਪਾਂ 100 ਸਾਲ ਪਹਿਲਾਂ ਘੱਟ ਕੱਟੜ ਸੀਗੇ ਫਲੈਕਸੀਬਲ ਸੀ ਜ਼ਿਆਦਾ ਹਰੇਕ ਨੂੰ ਜੀਆ ਕਹੇ ਤੇ ਬਹੁਤ ਹੁਣ ਤਾਂ ਅਗਲਾ ਚੈੱਕ ਕਰਦਾ ਥਾਲੀ ਦਰੇ ਥਾਲੀ 'ਚ ਲਸਣ ਤਾਂ ਨਹੀਂ ਕਿਤੇ ਅਤੇ ਆਹ ਹੀ ਗੱਠੇ ਵਾਲੀ ਗੱਲ ਹਾਂ ਕੀ ਗੱਠੇ ਵਾਲੀ ਵੀ ਲੰਗਰ ਕਹਿੰਦੇ ਗੱਠਾ ਮੰਗਦਾ ਮੈਂ ਗੱਠਾ ਜੇਬ 'ਚ ਕੱਢ ਕੇ ਗੱਠਾ ਬੰਦਾ ਗੱਠਾ ਕਿੱਥੇ ਲਿਆ ਉਹ ਜਿਹੜੀ ਕਹਾਣੀ ਵੀ ਗੱਠਾ ਜੇਬ ਉਹ ਯਾਰ ਮੈਨੂੰ ਥੋੜ੍ਹਾ ਸ਼ੌਂਕ ਸੀ ਵੀ ਜੇ ਰੋਟੀ ਖਾਣੀ ਹੈ ਨਾ ਨਾਲ ਹਰੀ ਅਤੇ ਲਾਲ ਮਿਰਚ ਹੋਵੇ ਗੱਠਾ ਹੋਵੇ ਉਹ ਲੰਗਰ ਚੱਲਦਾ ਸੀਗਾ ਅਤੇ ਲੰਗਰ ਦਾਲ ਆਈ ਮੈਂ ਜੇ ਛਕਣ ਲੱਗਿਆ ਮੈਂ ਗੱਠੇ 'ਤੇ ਮਾਰੀ ਮੁੱਕੀ ਜੇ ਲੱਗ ਗਿਆ ਮਿਰਚ ਖਾਣ ਬੰਦਾ ਕਹਿੰਦਾ ਮੈਨੂੰ ਵੀ ਗੱਠਾ ਦਿਓ ਉਹ ਕਹਿੰਦੇ ਇਸ ਦਾ ਗੱਠੇ ਵਰਤਾਏ ਨਹੀਂ ਮੈਨੂੰ ਕਹਿੰਦੇ ਤੁਸੀਂ ਕਿੱਥੋਂ ਲਿਆ ਮੈਂ ਕਿਹਾ ਮੈਂ ਆਪਦਾ ਰੱਖਦਾ ਜੇਬ 'ਚ ਮਿਰਚਾਂ ਮੇਰੇ ਕੋਲ ਆਪਦੀਆਂ ਹੁੰਦੀਆਂ ਨੇ ਅੱਛਾ ਮਿਰਚਾਂ ਕਲਮਾ ਪਾਈ ਵੀ ਹੋ ਗਲ 'ਚ ਮੈਂ ਪਰੋ ਕੇ ਇੱਕ ਵਾਰੀ ਹਾਰ ਬਣਾਇਆ ਸੀ ਉਹ ਤਾਂ ਚੱਲਦਾ ਰਹਿੰਦਾ ਮਜ਼ਾਕ ਇੱਥੇ ਚੱਕ ਕੇ ਖਾ ਲਓ ਗੱਲ ਪਤਾ ਕੀ ਹੈ ਜੇ ਕੁਛ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਆਪਦੀਆਂ ਜੇਬ 'ਚ ਰੱਖ ਲਓ ਬਾਈ ਹਰ ਜਗ੍ਹਾ ਜਾ ਕੇ ਕਹੀ ਜਾਣਾ ਇੱਥੇ ਤਾਂ ਮਿਰਚ ਨਹੀਂ ਇੱਥੇ ਅਚਾਰ ਨਹੀਂ ਤੁਸੀਂ ਆਪਦੇ ਗੱਠਾ ਨਹੀਂ ਤੁਸੀਂ ਗੱਠਾ ਜੇਬ 'ਚ ਰੱਖ ਲਓ ਕਿੱਡਾ ਕੁ ਭਾਰਾ ਬਾਂਬਾ ਨਾਲ ਚੱਲ ਜੂਗਾ ਦੇਖੋ ਅਸੀਂ ਰਸ਼ੀਅਨ ਦੋਸਤ ਇੱਕ ਬਣ ਗਿਆ ਸਾਡਾ ਆਂਦਰੀ ਗੁਕੋਵ ਹਿੰਦੀ ਬੜੀ ਵਧੀਆ ਬੋਲਦਾ ਸੀ ਅਸੀਂ ਉਹਦੇ ਰਾਹੀਂ ਚਲੋ ਇਨਵੀਟੇਸ਼ਨ ਮੰਗਾਇਆ ਤੇ ਰਸ਼ੀਆ ਆਰਟ ਐਗਜੀਬਿਸ਼ਨ ਕਰਨ ਚਲੇ ਗਏ ਆਰਟ ਐਗਜੀਬਿਸ਼ਨ ਤੋਂ ਬਾਅਦ ਵਿਹਲੇ ਹੋ ਗਏ ਹੁਣ ਬੰਦਾ ਸੋਚਦਾ ਐਡਾ ਰਸ਼ੀਆ ਯਾਰ ਥੋੜ੍ਹਾ ਜਿਹਾ ਹੋਰ ਦੇਖੀਏ ਮੇਰੇ ਨਾਲ ਗੁਰਬਖਸ਼ੀਰ ਸਿੰਘ ਗਿੱਲ ਸੀਗਾ ਮੋਗੇ ਦਾ ਮੇਰਾ ਦੋਸਤ ਆ ਅਸੀਂ ਦੋਹਾਂ ਨੇ ਜੀ ਤਿੰਨਾਂ ਜਣਿਆਂ ਨੇ ਟ੍ਰੇਨ ਬੁੱਕ ਕੀਤੀ ਸੇਂਟ ਪੀਟਰਸਬਰਗ ਦੀ ਅਤੇ ਸਾਡੇ ਕੁੜਤੇ ਪਜਾਮੇ ਪਾਏ ਉਦੋਂ ਕਾਲੀਆਂ ਦਾੜੀਆਂ ਹੁੰਦੀਆਂ ਸੀ ਸੇਂਟ ਪੀਟਰਸਬਰਗ ਪਹੁੰਚ ਗਏ ਉਹ ਰਸ਼ੀਆ ਦੇ ਰੂਲ ਬੜੇ ਪੁੱਠੇ ਸੀ ਜੇ ਤੁਸੀਂ ਨਵੇਂ ਸ਼ਹਿਰ ਆਏ ਹੋ ਪੁਲਿਸ ਨੂੰ ਰਜਿਸਟ੍ਰੇਸ਼ਨ ਕਰਾਓ ਆਹ ਕਰਾਓ ਉਹੀ ਜਿਸ ਤਰ੍ਹਾਂ ਪਾਕਿਸਤਾਨ ਜਾਣਾ ਹੋਊਗਾ ਊਟ ਪਟਾਂਗ ਜਿਹੇ ਰੂਲ ਸੀ ਸੋਵੀਅਤ ਯੂਨੀਅਨ ਵੇਲੇ ਦੇ ਅਸੀਂ ਰਸ਼ੀਆ ਜਾ ਕੇ ਜੀ ਸੇਂਟ ਪੀਟਰਸਬਰਗ ਲਾਗੇ ਗੇੜੇ ਦੇਣ ਸੜਕਾਂ 'ਤੇ ਫਿਰੀਏ ਕੁੜਤੇ ਪਜਾਮੇ ਪਾ ਕੇ ਲੋਕ ਦੇਖਣ ਹੈਰਾਨ ਹੋ ਕੇ ਕੋਈ ਹੱਥ ਚੁੰਮੇ ਕਹੇ ਸੀਰੀਆ ਤੋਂ ਆਏ ਹਾਂ ਕੋਈ ਕਹੇ ਚੇਚਨੀਆਂ ਤੋਂ ਆਏ ਹੋ ਕੋਈ ਹਾਜੀ ਕਹੇ ਜੱਫੀ ਪਾ ਲਵੇ ਉਹੀ ਸਾਨੂੰ ਉਹ ਸਮਝਦੇ ਸੀ ਵੀ ਇਸਲਾਮਿਕ ਮੁਸਲਿਮ ਮੁੰਡੇ ਹਾਜੀ ਟਾਈਪ ਨੇ ਹੈ ਨਾ ਚਲੋ ਉਹ ਵਾਪਸੀ 'ਤੇ ਕਿਤੇ ਜਦੋਂ ਟ੍ਰੇਨ ਫੜਨ ਲੱਗੇ ਨਾ ਮੈਂ ਕਿਹਾ ਯਾਰ ਜੂਸ ਲੰਬੀ ਯਾਤਰਾ ਥੋੜ੍ਹੇ ਜਿਹੇ ਜੂਸ ਦੇ ਡੱਬੇ ਨਾ ਲੈ ਲਈਏ ਮੈਂ ਟ੍ਰੇਨ ਹਜੇ ਆਉਣੀ ਹੈ ਅਤੇ 6:15 ਸਾਢੇ ਕੁ 5 ਸਟੇਸ਼ਨ 'ਤੇ ਆ ਗਏ ਮੈਂ ਬਾਹਰ ਜੂਸ ਲੈਣ ਚਲਿਆ ਗਿਆ ਉਹ ਬਸ ਜੂਸ ਲੈਂਦੇ ਅਤੇ ਮਗਰ ਇੱਕ ਫੌਜੀ ਨੇ ਆ ਕੇ ਹਾਂ 1:47 ਲਾ ਦਿੱਤੀ ਢੂਈ 'ਤੇ ਯੂ ਫਰੋਮ ਚਚਨੀਆ ਯੇ ਉਹ ਕੀ ਕਰ ਰਹੇ ਉੱਥੇ ਉਹ ਸਮਝ ਆਵੇ ਨਾ ਉਹ ਮੈਂ ਕਿਹਾ ਮੈਂ ਤਾਂ ਜੂਸ ਲੈਣਾ ਯਾਰ ਟ੍ਰੇਨ ਹੈ ਮੇਰੀ ਉਹਨੂੰ ਕੋਈ ਸਮਝ ਆਈ ਮੇਰਾ ਦੋਸਤ ਭੱਜ ਕੇ ਆਇਆ ਵੀ ਕੀ ਹੋਗਾ ਕੀ ਹੋਗਾ ਇੱਕ ਸੋਲਜਰ ਨੇ ਆ ਕੇ ਉਹਦੇ ਲਾਤੀ ਸਾਨੂੰ ਰੇਲਵੇ ਦੇ ਥਾਣੇ 'ਚ ਥੱਲੇ ਲੈ ਗਏ ਉੱਥੇ ਸਾਨੂੰ ਬੜਾ ਡਰਾ ਰਹੇ ਨੇ ਐਂ ਕਰ ਦਾਂਗੇ ਉਹ ਕਰ ਦਾਂਗੇ ਲਿਆਓ ਡਾਲਰ ਕਿੰਨੇ ਆ ਤੁਹਾਡੇ ਕੋਲ ਐਂ ਕਰੋ ਉਹ ਕਰੋ ਮੈਂ ਕਿਹਾ ਡਾਲਰ ਡੁਲਰ ਨਹੀਂ ਹੈਗੇ ਸਾਡੇ ਕੋਲ ਸੀਗੇ ਤਾਂ ਅਸੀਂ ਲੁਕੋਏ ਹੋਏ ਪਰ ਮੈਂ ਕਿਹਾ ਇਹਨਾਂ ਨੂੰ ਦਿਖਾ ਤੇ ਲੈ ਲੈਣਗੇ ਸਾਰੇ ਮੈਂ ਕਿਹਾ ਅਸੀਂ ਇੰਡੀਆ ਤੋਂ ਆਏ ਹਾਂ ਅਸਲਾਮ ਵਾਲੇਕੁਮ ਵੇ ਉਹ ਮੈਂ ਕਿਹਾ ਠੀਕ ਆ ਅਸੀਂ ਭਾਈ ਇੰਡੀਆ ਤੋਂ ਆਏ ਹਾਂ ਅਸੀਂ ਸਿੱਖ ਹਾਂ ਉਹਨਾਂ ਨੂੰ ਸਮਝ ਨਾ ਆਵੇ ਮੇਰੇ ਰਸ਼ੀਅਨ ਦੋਸਤ ਨੇ ਬੜਾ ਸਮਝਾਇਆ ਹਾਰ ਕੇ ਕਰ ਕਰਾ ਕੇ ਮੈਂ ਕਿਹਾ ਰੂਬਲ ਹੈ ਸਾਡੇ ਕੋਲ ਤਾਂ ਜਾਂ ਇੰਡੀਆ ਦੇ ਰੁਪਈਏ ਆ ਕਰਦੇ ਕਰਦੇ ਘਟੀ ਗਏ ਪੈਸੇ ਘਟੀ ਗਏ ਘਟੀ ਗਏ ਸਾਡੇ ਸਾਹਮਣੇ ਕੈਦੀਆਂ ਦੇ ਠੁੱਡੇ ਠੁੱਡੇ ਸੁੱਟਣ ਉਹ ਕੰਨਾਂ ਤੋਂ ਮਾਰਨ ਸਾਨੂੰ ਕਹਿੰਦੇ ਟਰਾਂਸਲੇਟਰ ਇੰਗਲਿਸ਼ ਆਉਂਦੀ ਆ ਮੇਰੇ ਦੋਸਤ ਕਹਾਂ ਆਉਂਦੀ ਆ ਉਹ ਕਹਿੰਦੇ ਟਰਾਂਸਲੇਸ਼ਨ ਕਰੋ ਹੋਰ ਕੈਦੀਆਂ ਦੀ ਉਹ ਹੋਰ ਕੰਮ ਲਾ ਲਿਆ ਉਹਨਾਂ ਨੇ ਉਹ ਮੈਂ ਕਿਹਾ ਉੱਧਰ ਟ੍ਰੇਨ ਦਾ ਟਾਈਮ ਹੋਈ ਜਾਂਦਾ ਯਾਰ ਕਹਿੰਦੇ ਜਿਹੜਾ ਰੂਸੀ ਦਾ ਉਹ ਨਹੀਂ ਕੋਈ ਕੰਮ ਆਇਆ ਫਿਰ ਰੂਸੀ ਬੜਾ ਮਿੰਨਤਾਂ ਕਰੇ ਸੁਣਨ ਨਾ ਕਹਿੰਦੇ ਤੁਹਾਨੂੰ ਸਜ਼ਾ 6 ਮਹੀਨੇ ਦੀ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਾਈ ਅਤੇ 6 ਮਹੀਨੇ ਦੀ ਸਜ਼ਾ ਅਤੇ $500 ਜੁਰਮਾਨਾ ਉਹ ਮੈਂ ਕਿਹਾ 2 ਮਹੀਨਿਆਂ ਨੂੰ ਇੱਥੇ ਇਹੋ ਜਿਹੀ ਬਰਫ਼ ਪੈਣੀ ਆ ਕੁੜਤੇ ਪਜਾਮੇ ਕੰਮ ਨਹੀਂ ਆਉਣੇ ਆਪਾਂ ਆਕੜ ਜਾਵਾਂਗੇ ਮੇਰਾ ਦੋਸਤ ਕਹਿੰਦਾ ਡਾਲਰ ਦੇ ਸਾਰੇ ਬਚ ਜੀ ਮੈਂ ਡਾਲਰ ਨਹੀਂ ਦਿਖਾਉਣੇ ਉਹ ਐਂ ਕਰਦੇ ਕਰਾਉਂਦੇ ਥੋੜ੍ਹੀ ਬਹੁਤੀ ਅਸੀਂ ਦੇ ਕੇ ਰਿਸ਼ਵਤ ਉਹਨਾਂ ਨੂੰ ਵੀ ਸਾਨੂੰ ਉਹਨਾਂ ਨੇ ਛੱਡ ਤਾ ਠੀਕ ਹੈ ਪਰ ਸਾਰੇ ਟੂਰ 'ਚ ਸਾਨੂੰ ਮੁਸਲਮਾਨ ਹੀ ਸਮਝ ਹੀ ਗਏ ਅੱਛਾ ਟ੍ਰੇਨ ਚੱਲੀ ਸਾਡੇ ਚਿਹਰੇ 'ਤੇ ਰੌਣਕ ਆਈ ਉਹ ਟ੍ਰੇਨ 'ਚ ਮੈਂ ਪਿਸ਼ਾਬ ਕਰਨ ਗਿਆ ਅਤੇ ਟ੍ਰੇਨ ਰੁਕ ਗਈ ਉਹ ਪਿਸ਼ਾਬ ਕਰਦੇ ਨੂੰ ਕੀ ਹੋਇਆ ਪਿਸ਼ਾਬ ਕਰਕੇ ਟ੍ਰੇਨ ਫਿਰ ਚੱਲ ਪਈ ਉਹ ਬੰਦਾ ਰੈਂਚ ਲੈ ਕੇ ਨਾ ਟ੍ਰੇਨ 'ਚ ਮਾਰੇ ਜ਼ੋਰ ਜ਼ੋਰ ਦੀ ਨਾਲ ਨਾਲ ਭੱਜੇ ਮੈਂ ਗੇਟ ਖੋਲ੍ਹਾ ਉਹ ਰਸ਼ੀਅਨ ਗੇਟ ਮੇਰੇ ਤੋਂ ਖੁੱਲ੍ਹੇ ਨਾ ਉਹ ਮੈਨੂੰ ਲੇਡੀ ਕਹਿੰਦੀ ਜਿਹੜੀ ਵਾਰਡਨ ਸੀਗੀ ਕਹਿੰਦੀ ਤੂੰ ਗੇਟ ਕਿਹਨੂੰ ਖੋਲ੍ਹੀ ਜਾਣਾ ਉਹ ਤਾਂ ਤੇਰੇ ਮਾਰਨ ਨੂੰ ਆਇਆ ਮੈਂ ਕਿਹਾ ਮੇਰੇ ਕਿਉਂ ਮਾਰੂਗਾ ਕਹਿੰਦੀ ਤੈਂ ਪਿਸ਼ਾਬ ਕੀਤਾ ਉਹ ਥੱਲੇ ਕਹਿੰਦੀ ਨਟ ਕੱਸਦਾ ਸੀ ਉਹਦੇ ਸਿਰ 'ਚ ਭੱਜੇ ਨਾ ਉਹ ਮੈਂ ਕਿਹਾ ਅੱਛਾ ਮੈਂ ਕਿਹਾ ਮੈਂ ਤਾਂ ਸਾਡਾ ਗੇਟ ਖੋਲ੍ਹ ਰਿਹਾ ਸੀ ਉਸੇ ਬੰਦੇ ਨੂੰ ਉਹ ਰਸ਼ੀਆ 'ਚ ਸਾਡੇ ਨਾਲ ਕਈ ਵਾਰੀ ਸਟੇਸ਼ਨਾਂ 'ਤੇ ਕਈ ਜਗ੍ਹਾ ਇਹੋ ਜਿਹਾ ਕੁਛ ਹੋਇਆ ਸਾਨੂੰ ਉਹ ਕਦੇ ਅਫਗਾਨੀ ਸਮਝਣ ਕਦੇ ਕੁਛ ਸਮਝਣ ਹੁਣ ਇੱਦਾਂ ਹੀ ਹੈ ਜੀ ਪੱਗ ਹੈ ਦਾੜੀ ਹੈ ਕਈਆਂ ਨਾਲ ਰਲ ਜਾਂਦੀ ਹੈ ਬਾਕੀ ਠੀਕ ਹੈ ਹੁਣ ਕੀ ਕਰੀਏ ਜੇ ਕਿਸੇ ਨਾਲ ਸ਼ਕਲ ਰਲਦੀ ਹੈ ਤਾਂ ਰਲੀ ਜਾਵੇ ਹੁਣ
ਇੱਕ ਜਪਾਨੀ ਮਿਲਿਆ ਤਾਂ ਬੜਾ ਕਮਾਲ ਲੱਗਾ, ਕਿਸ ਤਰ੍ਹਾਂ ਕਹਿੰਦਾ ਦਾੜੀ ਏਡੀ ਲੰਬੀ, ਤੁਸੀਂ ਤੇਰੇ ਦਾੜੀ ਆਇਆ ਸੀ ਉਹ ਅਮਰੀਕਾ ਮੈਂ ਖੜਾ ਦਾੜੀ ਕਾਲੀ ਉਦੋਂ ਮੇਰੀ ਬਈ ਦਾੜੀ ਮੈਂ 97 ਦੀ ਗੱਲ ਹੈ 97 ਦੀ ਉਹ ਹਵਾ ਪੈ ਰਹੀ ਹੈ ਪਹਾੜ ਤੇ ਦਾੜੀ ਲਹਿਰਾ ਕੇ ਆਇਆ ਜਾ ਰਹੀ ਹੈ ਸਾਈਡ ਨੂੰ ਇੱਕ ਜਪਾਨੀ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਬਾਈ ਕਹਿੰਦਾ ਜੀ ਕਹਿੰਦਾ ਇਜ਼ ਇਟ ਓਰੀਜਨਲ ਮੈਂ ਕਿਹਾ ਯਾਰ ਹਾਂ ਬਾਈ ਮੈਂ ਨਾਟਕਾਂ 'ਚ ਤਾਂ ਕੰਮ ਕਰਦਾ ਨਹੀਂ ਮੈਂ ਨਕਲੀ ਲਾ ਲਈ ਕਹਿੰਦਾ ਵਿੱਚ ਆਇਲ ਯੂ ਯੂਜ਼ਡ ਮੈਂ ਕਿਹਾ ਡਾਲਰ ਸਟੋਰ ਤੋਂ ਇੱਕ ਡਾਲਰ ਦਾ ਜੌਨਸਨ ਐਂਡ ਜੌਨਸਨ ਆਇਲ ਮਿਲਦਾ ਮੈਂ ਤਾਂ ਉਹ ਲਾਉਣਾ ਯਾਰ ਮੈਂ ਕਿਹਾ ਬਾਈ ਹੁਣ ਜੇ ਤੇਰੇ ਨਹੀਂ ਆਉਂਦੀ ਜਪਾਨੀ ਤਾਂ ਜੇ ਤੁਹਾਡੀ ਤਾਂ ਦੋ ਵਾਲ ਹੁਣ ਮੈਂ ਕਿਹੜੀ ਖਾਦ ਪਾ ਦਾਂ ਨਹੀਂ ਠੀਕ ਹੈ ਨਾ ਆਪਦੇ ਆਪਦੇ ਇਲਾਕੇ ਆਪਦੀ ਆਪਦੀਆਂ ਸ਼ਕਲਾਂ ਆਪਦੀਆਂ ਆਪਦੀਆਂ ਦਾੜੀਆਂ ਨੇ ਆ ਦੇਖੋ ਬਈ ਪਹਿਲਾਂ ਸਰਮਨਾ ਦਿਖਾਈ ਤੇ ਕਿੰਨੇ ਘੈਂਟ ਜਾਦੇ ਦਾੜੀ ਤੇ ਆ ਵਾਲ ਵੀ ਆ ਵਾਲ ਵੀ ਖੋਲੇ ਫਿਰਦੇ ਹੋਰ ਕਿਹੜੇ ਉਹ ਨਾ ਕੇ ਹਟੇ ਝੀਲ 'ਚ ਯਾਰ ਅੱਛਾ ਆਪਣੇ ਲੋਕ ਤਾਂ ਨਹਾਉਣ ਲੱਗੇ ਵੀ ਕਹਿੰਦੇ ਪੱਗ ਨਾ ਲਾਓ ਯਾਰ ਕੀ ਕਰਾਂਗੇ ਆਪਾਂ ਨਹੀਂ ਆਪਣਾ ਤਾਂ ਸਮੁੰਦਰ ਨਾਲ ਪਾਣੀ ਨਾਲ ਰਿਸ਼ਤਾ ਹੀ ਖਤਮ ਆ ਯਾਰ ਸਹੀ ਗੱਲ ਆਪਣੇ ਲੋਕ ਡਰਾਂ ਆਪਣੇ ਬੀਚ ਤੇ ਬੈਠਣ ਨੂੰ ਯਾਰ ਕਹੀ ਜਾਂਦੇ ਨੇ ਪਾਪ ਹੈ ਇਹ ਦੱਸ ਹੱਦ ਹੋ ਗਈ ਤੁਸੀਂ ਆਪਣੀ ਅੱਖ ਕਾਇਮ ਰੱਖੋ ਗੰਦੀ ਅੱਖ ਨਾਲ ਨਾ ਦੇਖੋ ਸਮੁੰਦਰ ਤੁਹਾਨੂੰ ਦੰਦੀਆਂ ਵੜਦਾ ਤਮੇਰ ਭਜਨ ਸਿੰਘ ਯੋਗੀ ਦੇ ਡੇਰੇ ਪਰ ਵੀ ਗਏ ਯੋਗੀ ਤਾਂ ਚਲੇ ਗਏ ਮੈਂ ਸਾਰਿਆਂ ਕੋਲੇ ਗਿਆ ਨਹੀਂ ਨਹੀਂ ਵੈਸੇ ਉੱਥੇ ਕਿਆ ਦੇਖਿਆ ਗੋਰਿਆਂ ਦਾ ਜਿਹੜਾ ਯੋਗੀ ਦੇ ਜਨਮ ਦਿਨ ਤੇ ਗਿਆ ਉੱਥੇ ਬਕਾਇਦਾ ਉਹਨਾਂ ਨੇ ਵੈਜੀਟੇਰੀਅਨ ਫੂਡ ਲਾਇਆ ਬੜੇ ਅੰਗਰੇਜ਼ ਇਕੱਠੇ ਹੋਏ ਵੱਡੇ ਵੱਡੇ MLA MP ਅਮਰੀਕਾ ਦੇ ਤੁਰੇ ਫਿਰਦੇ ਸੀ ਉੱਥੇ ਨਾਚ ਹੋਇਆ ਬਕਾਇਦਾ ਕੇਕ ਕੱਟਣ ਤੋਂ ਪਹਿਲਾਂ ਮੈਂ ਵੀ ਨੱਚਿਆ ਬਹੁਤ ਚਾਹਵਾਂ ਜਾਂ ਮਿਲਕੇ ਅੱਛਾ ਹਾਂ ਉਹ ਨਾਚ ਵਾਲਾ ਮਸਲਾ ਕਿਸ ਤਰ੍ਹਾਂ ਲੱਗਿਆ ਵੀ ਉੱਥੇ ਨੱਚ ਰਹੇ ਵੀ ਇੱਦਾਂ ਵੀ ਬੰਦੇ ਸਾਨੂੰ ਉਹ ਹਾਲੀਵੁੱਡ ਦੇ ਐਕਟਰ ਜੇ ਆਏ ਸੀ ਉਹ ਚਾਵਲ ਰਹੇ ਸੀ ਮੈਂ ਵੀ ਹੋ ਗਿਆ ਮੂਹਰੋਂ ਫਿਰ ਕਾਇਮ ਜਿਵੇਂ ਹੁੰਦਾ ਆਪਾਂ ਨੂੰ ਆਦਤ ਹੁੰਦੀ ਹੈ ਅਤੇ ਬੜਾ ਵਧੀਆ ਲੱਗਿਆ ਉੱਥੇ ਫਿਰ ਉਹਨਾਂ ਨੂੰ ਮੈਂ ਪੇਂਟਿੰਗ ਗਿਫਟ ਕੀਤੀ ਯੋਗੀ ਜੀ ਨੇ ਕਾਫੀ ਗੱਲਾਂ ਕੀਤੀਆਂ ਮੈਂ ਹਰ ਜਗ੍ਹਾ ਗਿਆ ਜੀ ਪਰ ਮੈਂ ਕਦੇ ਕੰਟਰੋਵਰਸੀ 'ਚ ਨਹੀਂ ਪਿਆ ਵੀ ਇਹ ਬੰਦਾ ਕੌਣ ਕੀ ਕਰਦਾ ਕੀ ਨਹੀਂ ਜਿੱਥੇ ਗਏ ਹੋ ਦੋ ਚਾਰ ਦਿਨ ਵਧੀਆ ਕੱਟ ਲਓ ਹਾਂ ਇਹ ਗਾਂ ਹੋ ਜੋ ਹਿਸਾਬ ਕਿਤਾਬ ਨਹੀਂ ਲਾਇਆ ਕਿਸੇ ਦਾ ਫਾਈਲ ਨਹੀਂ ਕੱਢੀ ਕਿਸੇ ਦੀ ਮੇਰੇ ਵਾ ਨਾ ਕੌ ਸਰਫੀ ਦੇ ਪਿੱਛੇ ਅਮਰੀਕਾ ਦੇ ਗੋਰਾ ਆਇਆ ਤਾ ਮੈਂ ਬੜਾ ਹੈਰਾਨ ਹੋ ਗਿਆ ਮੈਨੂੰ ਬਾਤ ਦੱਸੀ ਕਹਿੰਦਾ ਹਮੇ ਦਲੇਰ ਮਹਿਰੀ ਗਾਣੇ ਸੁਣਾ ਤਾਰਾ ਤਾਰਾ ਉਹ ਬੋਲ ਕੇ ਸੁਣਾਇਆ ਕਹਿੰਦਾ ਬੋਲੋ ਤਾਰਾ ਲਾਲਾ ਕਹਿੰਦਾ ਗਾਣਾ ਬਹੁਤ ਸੁਣਿਆ ਮੈਨੇ ਮੈਨੂੰ ਕੋਲੰਬੀਆ ਦਾ ਬੰਦਾ ਮਿਲਿਆ ਹਾਂਗਕਾਂਗ ਮੈਨੂੰ ਕਹਿੰਦਾ ਸਾਡੀ ਹਰ ਪਾਰਟੀ 'ਚ ਤੁਹਾਡੇ ਪੰਜਾਬੀ ਗੀਤ ਚੱਲਦੇ ਆ ਜਦੋਂ ਪਾਰਟੀ ਸਿਰੇ ਨੂੰ ਲੱਗ ਜਾਂਦੀ ਹੈ ਅੱਛਾ ਉਹ ਕਾਰਨ ਕੀ ਹੈ ਆਪਣੇ ਜਿਹੜੇ ਗੀਤ ਨੇ ਨਾ ਹੁਣ ਦੇ ਇਹ ਵਿਆਹ 'ਚ ਨਚਾਉਣ ਜੋਗੇ ਨੇ ਦਿਲ ਦੇ ਅੰਦਰ ਰੂਹ 'ਚ ਵੜਨ ਵਾਲੇ ਨਹੀਂ ਹੈਗੇ ਉਹ ਤਾਂ ਚਲੇ ਗਏ ਇਹ ਸਰੀਰ ਨੂੰ ਕੰਬਣ ਲਾ ਆਉਂਦੇ ਨੇ ਕਿਹੜਾ ਠੀਕ ਹੈ ਜੇ ਕਿਸੇ ਦੇ ਵਿਆਹ 'ਚ ਭੜਥੂ ਪਾਉਣਾ ਨਚਾਉਣਾ ਅਗਲੇ ਨੇ ਕਿਹੜਾ ਬਾਲ ਖੜਾਉਣ ਅੱਗੇ ਕਰ ਦੇਣੇ ਆ ਤਾਂ ਪੰਜਾਬੀ ਗੀਤ ਬਹੁਤ ਵਧੀਆ ਨੇ ਠੀਕ ਹੈ ਪਰ ਜੇ ਹੁਣ ਸੁਰਿੰਦਰ ਕੌਰ ਵਾਂਗੂ ਦਿਲ 'ਚ ਵੜਨਾ ਗੀਤ ਨੇ ਹੈ ਨਾ ਉਹ ਤਾਂ ਉਹਨਾਂ ਨਾਲ ਹੀ ਸੀ ਬਾਕੀ ਠੀਕ ਹੈ ਜਿਵੇਂ ਦਾ ਤਮਾਸ਼ਾ ਚੱਲਦਾ ਉਵੇਂ ਸੁਣਨਾ ਪੈਂਦਾ ਇੱਥੇ ਟਰੈਕਿੰਗ ਵੀ ਬਹੁਤ ਕਰੀ ਸਭ ਤੋਂ ਵਧੀਆ ਖਤਰਨਾਕ ਟਰੈਕਿੰਗ ਕਿਹੜੀ ਕਰੀ ਜਿੱਥੇ ਲੈ ਗਿਆ ਵੀ ਅੱਜ ਦਿਨ ਆਖਰੀ ਹੈ ਪਿੱਛੇ ਬਾਈ ਜੀ ਟਰੈਕਿੰਗ ਵਰਗਾ ਨਸ਼ਾ ਨਹੀਂ ਕੋਈ ਜਦ ਤੁਸੀਂ ਦੁਨੀਆ ਨੂੰ 20,000 ਫੁੱਟ ਤੋਂ ਦੇਖ ਲੈਂਦੇ ਹੋ ਨਾ ਉੱਤੋਂ ਫਿਰ ਤੁਹਾਨੂੰ ਥੱਲੋਂ ਦੁਨੀਆ ਵਧੀਆ ਨਹੀਂ ਲੱਗਦੀ ਤੁਸੀਂ 18,000 ਫੁੱਟ ਤੇ ਖੜੇ ਹੋ ਚੋਟੀ ਦੇ ਚਿੱਟੀ ਤੇ ਬਰਫ਼ ਦੀ ਐਂ ਜਿਵੇਂ ਖੋਪਾ ਭੰਨਿਆ ਹੁੰਦਾ ਚਿੱਟਾ ਉੱਤੋਂ ਤੁਸੀਂ ਥੱਲੋਂ ਝੀਲਾਂ ਨੂੰ ਦੇਖ ਰਹੇ ਹੋ ਔਰ ਤੁਸੀਂ ਉਹਨੂੰ ਪਾਰ ਕਰਕੇ ਸਪੀਤੀ ਨਿਕਲ ਜਾਣਾ ਲਾਹੌਰ ਨਿਕਲ ਜਾਣਾ ਤੁਸੀਂ ਮਨੀਕਰਨ ਤੋਂ ਚੱਲੇ ਸਪੀਤੀ ਪੈਦਲ ਪਹਾੜਾਂ ਦੇ ਵਿੱਚ ਦੀ ਜਾ ਰਹੇ ਹੋ ਪੁਰਾਣੇ ਆਜੜੀਆਂ ਦੇ ਰੂਟ ਸਭ ਤੋਂ ਵਧੀਆ ਜੇ ਮੈਂ ਕਹਾਂ ਪੁਰਾਣੇ ਵੇਲੇ 'ਚ ਮੇਰਾ 2006 'ਚ ਕੀਤਾ ਸੀ ਪਿੰਡ ਪਾਰਵਤੀ ਪਾਸ ਇਹੋ ਜਿਹਾ ਪਾਸ ਚਿੱਟੀਆਂ ਚੋਟੀਆਂ 'ਚ ਫਸ ਗਏ ਸੀ ਬਰਫ਼ 'ਚ ਤੂਫਾਨ ਆ ਗਿਆ ਸੀ ਦੋਸਤ ਇੱਕ ਮੇਰਾ ਜਮ੍ਹਾਂ ਹੀ ਐਂ ਹੋ ਗਿਆ ਸੀ ਆਕਸੀਜਨ ਘੱਟ ਗਈ ਸੀ ਉਹਦੇ ਦਿਮਾਗ ਦੀ ਪਾਗਲ ਵਾਲੀਆਂ ਗੱਲਾਂ ਕਰਨ ਲੱਗ ਗਿਆ ਸੀ ਪਰ ਅਸੀਂ ਰਲ ਮਿਲ ਕੇ ਉਹਨੂੰ ਬਚਾਇਆ ਬੜਾ ਵਧੀਆ ਬਾਅਦ 'ਚ ਕਾਇਮ ਹੋ ਗਿਆ ਉਹ ਹੋ ਜਾਂਦਾ ਇੱਦਾਂ ਉਹ ਤੋਂ ਬਾਅਦ ਜਿਹੜਾ ਲੇਟੈਸਟ ਟਰੈਕ ਕੀਤਾ ਬੜਾ ਬੰਗਾਲ ਉਹ ਤਾਂ ਤਬਾਹੀ ਦਾ ਕਰੇ ਬੜਾ ਬੰਗਾਲ ਟਰੈਕ ਹੈ ਜੀ ਪਿੰਡ ਹੈ ਇੱਥੇ ਲੁਕਿਆ ਹੋਇਆ ਚੰਬੇ ਅਤੇ ਕੁੱਲੂ ਦੇ ਵਿਚਾਲੇ ਜੇ ਪੈ ਜਾਂਦਾ ਉੱਥੇ ਵੋਟਾਂ ਵੀ ਹੈਲੀਕਾਪਟਰ ਨਾਲ ਬੈਲਟ ਬਾਕਸ SDM ਪਵਾ ਕੇ ਮੁੜਦਾ ਉਹ ਪਿੰਡ ਨੂੰ 3-4 ਦਿਨ ਤੁਰੋ ਤੁਸੀਂ ਪਹੁੰਚ ਜਾਂਦੇ ਹੋ ਉਹ ਪਿੰਡ 'ਚੋਂ ਰਾਵੀ ਲੰਘਦਾ ਜੀ ਨੀਲੇ ਰੰਗ ਦਾ ਜਿੱਥੋਂ ਸ਼ੁਰੂ ਹੁੰਦਾ ਬਸ ਕਹਿ ਲਓ ਵੀ ਉਹ ਬੁੱਕਾਂ ਨਾਲ ਜਿਹੜੇ ਪਾਣੀ ਪੀ ਲਏ ਜਿਹੜੇ ਉਹ ਪਹਾੜਾਂ ਦੀ ਖੇਤੀ ਦੇਖ ਲਈ ਜਾਂ ਜਿੰਨਾ ਘਰਾਂ 'ਚ ਉਹਨਾਂ 'ਚ ਰੋਟੀ ਉਹਨਾਂ ਲੋਕਾਂ ਤੋਂ ਗਾਂ ਦੇ ਉਹਦੇ ਨਾਲ ਘਿਓ ਨਾਲ ਬਾਈ ਸਿੰਪਲ ਰੋਟੀਆਂ ਅਤੇ ਆਲੂ ਭੁੰਨ ਕੇ ਖਾ ਲਏ ਉਹਦੇ ਨਾਲ ਦੀ ਚੀਜ਼ ਨਹੀਂ ਹੈ ਕੋਈ ਜਿੰਨੇ ਮਰਜ਼ੀ ਮੁਲਕ ਦੇਖ ਲਓ ਹੁਣ ਚੰਗੇ ਚੰਗੇ ਵੱਡੇ ਵੱਡੇ ਮੁਲਕ ਅਪੀਲ ਨਹੀਂ ਕਰਦੇ ਜੀ ਅਮਰੀਕਾ ਜਰਮਨ ਕਨੇਡਾ ਸਾਰੇ ਹਲਵਾਈ ਦੇ ਸਮੋਸਿਆਂ ਨੂੰ ਬਰਾਬਰ ਹੀ ਨੇ ਅਸਲ 'ਚ ਸਹੀ ਮੈਨੇ ਅੱਜ ਜਿਹੜੇ ਮੁਲਕ ਨੇ ਨਾ ਜੀ ਹੁਣ ਜਿਹੜੇ ਦਿਲ 'ਚ ਵੱਜਦੇ ਨੇ ਉਹ ਭੂਟਾਨ ਨੇਪਾਲ ਭੂਟਾਨ ਗਏ ਭੂਟਾਨ ਦਾ ਬਸ ਹੁਣ ਤਿਆਰੀ ਹੈ ਜੀ ਬਈ ਮੈਂ ਦੱਸਾਂ ਫਿਰ ਮੈਂ ਭਾਗਾਂ ਵਾਲਾ ਬੰਦਾ ਮੈਂ ਪੜਾਉਣ ਜਾ ਕੇ ਆਇਆ ਇਹ ਮੈਨੂੰ ਦੋ ਚਾਂਸ ਮਿਲੇ ਮੈਂ ਮਿਸ ਕੀਤੇ ਜਾਣ ਕੇ ਮੈਂ ਕਿਹਾ ਚੱਜ ਨਾਲ ਦੇਖਾਂਗੇ ਪਠਾਨਵਰ ਦੇ ਮੇਰੇ ਖਿਆਲ ਹੈ ਗੋਰਿਆਂ ਕਿਤੇ ਬਹੁਤ ਪਾਉਂਦੀ ਲਾਈ ਵੀ ਰਾਜੇ ਨੇ 200-250 ਡਾਲਰ ਰੋਜ਼ ਆ ਵੀ ਖਰਚ ਕਰੇ ਉਹ ਬਿਲਕੁਲ ਤਾਂ ਵੀ ਜੰਕ ਗੋਰਾ ਨਾ ਆਵੇ ਸਾਡੇ ਇੱਥੇ ਆ ਕੇ ਨਸ਼ੇਈ ਗੰਦ ਨਾ ਪਾਉਣ ਆਬਾਦੀ ਬਹੁਤ ਘੱਟ ਆ ਨਾ ਹਮੇ ਪਠਾਨਵਾ ਗਏ ਮਤਲਬ ਕਿ ਉੱਥੇ ਪੌਂ ਪੂੰ ਆਵਾਜ਼ ਹੀ ਨਹੀਂ ਆਉਂਦੀ ਕੋਈ ਕੁਛ ਵੀ ਨਹੀਂ ਆਵਾਜ਼ ਸ਼ਾਂਤੀ ਜਿਸ ਤਰ੍ਹਾਂ ਆਪਣੇ ਲੋਕਡਾਊਨ ਲੱਗਿਆ ਤਾ ਗੁੰਡਾਬੰਦੀ ਹੋਈ ਉੱਥੇ ਸਦਾ ਹੀ ਐਂ ਲੱਗਾ ਵੀ ਬੰਦ ਹੈ ਸਾਰਾ ਕੁਛ ਗੱਡੀ ਲੰਘ ਰਹੀ ਹੈ 2-3 ਘੰਟੇ ਬਾਅਦ ਕੋਈ ਗੱਡੀ ਆਏਗੀ ਮੂਹਰੇ ਦੇ ਅੱਗੇ ਪਿੱਛੇ ਤੈਨੂੰ ਕੱਟੇਗਾ ਜਾ ਰਹੇ ਹੈ ਮੈਂ ਕਹਿੰਦਾ ਸਵਰਗਾਂ ਬੰਦਾ ਤੈਰ ਰਿਹਾ ਉਹ
शांति का ठंडक का प्रतीक है तो उन्होंने अपने धर्म के अनुसार जिंदगी जीऊ रहे ने टेक्नोलॉजी तो परे ने 71% जंगल चाहिए हर कंट्री को भूटान को हैगा वह देखो उन्होंने राजे ने अपने देश ने धोखा नहीं किया ठीक है बाकी देशों के लीडर अपने देश ने धोखा कर जाते हैं। अच्छा मैं अपने जिस तरह बंदे बहुत सारे अपना दावा करा भी सिखी बात करी जहाँ गुरु नानक साहब ने कहा था पवन गुरु पानी पिता माता धरत महत उसके तो हमें नेड़े तेड़े नहीं मतलब विरोधी हैं फिर भी दावे कर रही हैं नेड़े तेड़े गुरु नानक देव जी एक दिहाड़े लिए आ जाना 15 मिनट नहीं पंजाब च रहना उन्होंने तो सीधा पहाड़ा उतलियां जाएंगे भूटान चल जाएंगे तो मैं सही दसा वह ठीक है ना सही है। लो जी क्या बातें चल रही हैं। अच्छा अपने थारे को केसर सिंह बुलाओ कर दें उन्होंने बात कोई करें सुने उन्होंने भाई तुम परौंठे छके तुम जाके देख के आओ रसोई रसोई जाके गलबात करो जाओ आ जाओ भैन जी आ जाओ थमें भी जी सुनाओ मैं बात आओ रसोई नेड़े ही है भैन जी सत श्रीकाल जी परौंठे भाई इन्होंने बनाए थे अज बहुत वधिया परौंठे बड़े स्वाद थे परौंठे में क्या पाया था मारी बोली समझ आया थानू आ जाओ इधर आ जाओ अज भी इन्होंने मैं परौंठे खिलाए हैं। अच्छा थानू किस तरह लगा एक मूर्ति या कह लो तस्वीर घाड़ा बंदा मेरा ख्याल है भी जिहड़ा बंदा अज के समय भाई मैनू तो लगता कि मैं अपने थ्रू करा सावधान भी जिहड़ा बंदा कहिंदे एक दिन पिछे एक जज ने फैसला सुनाया अखबार छपया कहिंदे कोई बंदा था तो जज ने उन्हूं कहा भी देख भी तू है इसका घर वाला चोरियां कर जज कह रहा मैं अखबार में पढ़ी ये गल ठगी कर कहना पैसे लेने तेरा काम है इन्हें घर चलाना सो मेरा ख्याल है जो बंदे सब तो वधिया जिहड़े मतलब पैसे ले गया वा घूम के आया वा फिर घर रुपये ले गया वा तुहानू किस तरह लगा जी आलू पे ने जवैन भी पाई है हजमा जे तुसी खादे ही बहुत स्वाद ते पुछ लो की अंब का मिठा अचार सी पुदीने दी चटनी सी पुछ लो कहे जी की पाया सी की बनाया दसो बाकी ते बन रहे वा माने नहीं पता क्या है हूँ बहुत सारे बंदे को मेरे वर्ग चले जहाँ घर वाली पूछा भी घर का कुछ है नहीं तो भी खाली आ रहे हैं फिर उन्होंने क्या उन्होंने क्या फिर घूमना क्या फायदा उसका खब्बे लैके आए कहती है चलो इन्ने भी नहीं भाई आप बहुत अमीर तो नहीं है पर आप थोड़े ही इन्ने सोहने रज जाइना आप थोड़े बहुते लगते हैं। अच्छा हो सब तो बड़ा कमाल है भी थमें भी कई मुल्क में घूम के आए कि मुल्क में घुमाया फिर मैं स्टार्ट श्रीलंका तो सिंगापुर मलेशिया हांगकांग चाइना गए चाइना इंग्लैंड फिर कनेडा। अच्छा कनेडा चीन हांगकांग सब जाए हाँ 7-8 मुल्क इन्हों भी हो गए वो फिर आया ना हम बेटी PAU पढ़ती है छोटी छोटिया मिल दी हाँ बाकी मनाली हर साल 2-2 महीने लद्दाख पुछो कुछ स्पीति मनाली अपना मनाली टैंपरेरी स्टूडियो बना ली ना वो फिर मैं अपना काम करता ही आ जाते हैं उत्थे सब तो बड़ा कमाल मैं लोगों को कह रहा यार एक काम होर सुनो अजकल किसी भी घर में चले जाओ और शोरूम है और फलाना घर भरया पाया कबाड़ गल मैं यार सुखबरी के घर चले जाओ 2 मंजे हैं मैं यार बंदार मैं क्या पता ही नहीं का अंत नहीं उसका सिर पैर लंबे बंद गोता लाओ तो डंगाई नहीं है बंदे की उसके घर समान नहीं यार बंदे के समान कबाड़ कर भरया पाया होगा और मतलब एक बंद ने लिखा कहना मैं किसी घर गया कहना वो बंदा कहना वो लाल हरदयाल ने मैंने किन लिखा कहा भी मैं किसी घर गया कहना मैं उन्होंने पूछा भी यार बैठा कितना है कहना सारे कितने समान पे है कितना बैठा ओ मैनू ना कपूर साहब की वो गल उन्हों की किताब च एक लाइन मैं पढ़ ली वो बड़ी फिर वधिया लगी कहना घर में सजाउण लई समान लियाउण दी नहीं समान कढ़न दी लोड़ है क्या बात है तुसी हर तीजे दिन कबाड़ी नू आवाज मारो ਉਈ ਬੁਲਾ ਲਓ ਕਹਿੰਦਾ ਆਇਆ ਚਾਹ ਪੀਏ ਕੁਛ ਨਾ ਕੁਛ ਲੈ ਜਾਊਗਾ ਉਹ ਹੈ ਨਾ ਕਬਾੜੀਏ ਨਾਲ ਹੀ ਰੱਖੋ ਬਾਈ ਜੀ ਕਬਾੜੀਏ ਨਾਲ ਕੇਸਰ ਸਿੰਘ ਵੀ ਕਰ ਰਿਹਾ ਪੇਂਟਿੰਗ ਇਹ ਬਣਾਉਂਦਾ ਉਹ ਦੇਖੋ ਉਹਦੇ ਬਾਸਮਤੀ ਜੇ ਦਿਖਾ ਕੇ ਆ ਬਾਸਮਤੀ ਬਾਸਮਤੀ ਬਣਾਈ ਹੈ ਬਾਸਮਤੀ ਬਣਾ ਰਿਹਾ ਜੀ ਕਈ ਫੁੱਲ ਬੂਟੇ ਬੜਾ ਬਣਾਉਂਦਾ ਹੈ ਜੀ ਇੱਕ ਮਿੰਟ ਦੇਖ ਲੈ ਇਹਦਾ ਵੀ ਚੰਗਾ ਸਟੈਂਡ ਇੱਧਰ ਕਰਦੀ ਅੱਛਾ ਇਹ ਬਣਾਇਆ ਜਿਹੜਾ ਤਾਂ ਪਿੱਛੇ ਲੱਗੀ ਬਾਸਮਤੀ ਬੈਠੇ ਰਹੋ ਤੁਸੀਂ ਬੈਠੇ ਰਹੋ ਮਿਟਾ ਰਹੇ ਜੀ ਨਹੀਂ ਇਹ ਮੇਰਾ ਇਹ ਇਹਦਾ ਇਹਦਾ ਇਹ ਫੁੱਲ ਬਣਾਇਆ ਇਹ ਕੇਸਰ ਸਿੰਘ ਨੇ ਬਣਾਇਆ ਜਾ ਕੇ ਸਰ ਦੱਸ ਬਈ ਬੇਸ਼ਰ ਆ ਜਾ ਇਹ ਤਾਂ ਬੰਦਾ ਚੰਗਾੜੇ ਕੱਢੇਗਾ ਉੱਚੀ ਬੋਲ ਦਹੀਂ ਬਣਾਇਆ ਆਪੇ ਕਿੰਨੇ ਦਿਨਾਂ ਬਣਾਇਆ ਅੱਛਾ ਰੋਜ਼ ਪੁਰਛ ਕਰਾਂ ਕਿਹੜੇ ਰੰਗ ਵਰਤਾਂ ਬਾਈ ਰੰਗ ਕਿੰਨੇ ਤਰ੍ਹਾਂ ਦੇ ਹੁੰਦੇ ਆ ਬਾਈ ਰੰਗ ਤਾਂ ਯਾਰ ਐਂ ਦੇਖੋ ਵਾਟਰ ਕਲਰ ਤੇਲ ਵਾਲੇ ਫਲਾਣੇ ਤੇਲ ਵਾਲੇ ਤਾਂ ਸਭ ਤੋਂ ਵਧੀਆ ਆਇਲ ਪੇਂਟਸ ਉਹ ਪੇਸ਼ੈਂਸ ਬਹੁਤ ਮੰਗਦੇ ਆ ਬਹੁਤ ਹੌਲੀ ਕੰਮ ਹੁੰਦਾ ਉਹਨਾਂ ਨਾਲ ਅੱਜ ਕੱਲ੍ਹ ਐਕਰਲਿਕ ਚੱਲਦੇ ਇਹਨੂੰ ਐਕਰਲਿਕ 'ਚ ਹੀ ਲਾਇਆ ਹੋਇਆ ਵਾ
तेरे बापू का कोई उस्ताद नहीं था पर कमाल है तेनू उस्ताद मिलिया। ਉਹ ਮੈਂ ਕਹਿੰਦਾ ਇਹਨੂੰ ਬਹੁਤ ਛੋਟੀ ਉਮਰ 'ਚ ਬਹੁਤ ਵਧੀਆ ਕੰਮ ਕਰਨ ਲੱਗ ਗਿਆ ਇਹ, ਸਾਨੂੰ ਤਾਂ ਬਹੁਤ ਪੇਂਟਰਾਂ ਦੇ ਧੱਕੇ ਖਾਣੇ ਪਏ, ਕੁਛ ਸਿਖਾਉਂਦਾ ਨਹੀਂ ਸੀ ਕੋਈ। ਚਲੋ ਐਂ ਤਾਂ ਹੁਣ ਕੋਈ ਗੱਲ ਨਹੀਂ, ਬਹੁਤ ਵਧੀਆ। ਅੱਛਾ ਇੱਕ ਬੜੀ ਦਿਲਚਸਪ ਬਾਤ ਹੈ, ਚਲੋ ਬਾਈ ਦਾ ਬੰਦੇ ਤੌਰ 'ਤੇ ਖਾਵੇ ਭੈਣ ਜੀ ਨਾ, ਥਾਰਾ ਕੱਦ ਬਹੁਤ ਲੰਬਾ ਜੀ, ਮੈਂ ਇੰਨੇ ਲਾਇਆ ਥਾਰੇ ਕੱਦ ਸਾਰੇ ਟੱਬਰ ਗਿਆ ਲੰਬਾ ਹੈ, ਤਾਂ ਬੈਠੋ ਖੜਾ ਕੇ ਦੇਖਣਾ। ਨਾ ਨਾ ਮੈਂ ਕਿਹਾ ਦਰ ਦੇ ਉੱਚੇ ਹੈ, ਮੈਂ ਚਾਹੇ ਇੱਕ ਅੱਧਾ ਇੰਚ ਇੱਕ ਇੰਚ ਉੱਚਾ ਹਾਂ, ਪਰ ਚਲੋ ਠੀਕ ਹੈ ਠੀਕ ਹੈ ਬਾਈ। ਨਹੀਂ ਬੰਦਾ ਉੱਚਾ ਹੀ ਹੋਣਾ ਚਾਹੀਦਾ, ਦੇਖੋ ਪਰਮਾਤਮਾ ਦੀ ਹਰ ਇੱਕ ਨੂੰ ਦੇਣ ਹੁੰਦੀ ਹੈ, ਕਿਸੇ ਨੂੰ ਰੰਗ ਗੋਰਾ, ਕਿਸੇ ਦੀਆਂ ਅੱਖਾਂ ਬਿੱਲੀਆਂ, ਕੋਈ ਕਿੱਦਾਂ ਦਾ, ਹਨਾ। ਜੇ ਕੋਈ ਨਹੀਂ ਵੀ ਲੰਬਾ ਜਾਂ ਕੋਈ ਬਹੁਤ ਲੰਬਾ ਕਿ ਉਹ ਛੋਟਾ ਹੋ ਜੂ, ਤੇ ਪਰੌਂਠਾ ਥੋੜੀ ਐਨੂੰ ਵੇਲ ਦੋ ਉਹਨੂੰ ਵੇਲ ਦੋ, ਨਹੀਂ ਜੋ ਹੈ ਜੋ ਆਪਾਂ ਨੂੰ ਸਵਕਾਰ ਭਾਵਨਾ ਜੋ ਹੁੰਦੀ ਹੈ ਸਾਰਿਆਂ ਨੂੰ ਹੁੰਦੀ ਹੈ ਵੀ ਜੋ ਹੈ ਹੈ ਬਸ ਠੀਕ ਹੈ ਠੀਕ ਹੈ। ਪੰਜਾਬ ਦੇ ਲੋਕ ਅੱਗੇ ਸਾਰੇ ਜਿਹੜੇ ਹੁੰਦੇ ਸੀ ਯਾਰ, ਕਈ ਵਾਰੀ ਅਸੀਂ ਜਾਂਦੇ ਹਾਂ ਨਾ ਕਿਤੇ, ਉਹ ਕੱਦ ਦੇਖ ਕੇ ਕਹਿੰਦੇ ਨੇ ਵਾਹ ਵਾਹ ਬੜੇ ਵਾਹ ਲੰਬੇ, ਮੈਂ ਕਿਹਾ ਇਹ ਲੰਬੀ ਨਹੀਂ ਤੁਸੀਂ ਛੋਟੇ ਹੋ ਨਹੀਂ। ਹੁਣ ਜੇ ਪੰਜਾਬ ਦੇ ਲੋਕ ਪਹਿਲਾਂ ਜਿੰਨੇ ਲੰਬੇ ਨਹੀਂ ਰਹੇ ਅਸੀਂ ਕੀ ਕਰੀਏ, ਸਹੀ ਹੈ ਬਾਈ, ਲੱਤਾਂ ਕਿਸ ਤਰ੍ਹਾਂ ਕੱਢਣ, ਹਾਂ ਖਾਓ ਪੀਓ ਬਾਈ, ਜੇ ਓਰਿਜਨਲ ਚੀਜ਼ਾਂ ਨਾ ਬੈਠੀਆਂ ਖਾਓ। ਸੋ ਬੜਾ ਮੇਰਾ ਖਿਆਲ ਹੈ ਵੀ ਚੰਗਿਆੜੇ ਕੱਢੇ ਸਾਨੂੰ ਜ਼ਿੰਦਗੀ ਮਾ, ਆਨੰਦ ਆਇਆ ਨਾ। ਉਹ ਕਿੰਨੇ ਬਾਤ ਕਰ ਰਹੇ ਤੇ ਵੀ ਸੁਪ੍ਰੀਤ ਸਿੰਘ ਤਾਂ ਜੀ ਉਹ ਕੰਮ ਹੈ ਵੀ ਮਾਊਂਟ ਐਵਰੈਸਟ 'ਤੇ ਮੁੜ ਕੇ ਆ ਰਹੇ, ਹੁਣ ਕੋਈ ਇੱਛਾ ਹੀ ਨਹੀਂ ਰਹੀ ਵੀ ਕਿੱਥੇ ਜਾਣਾ ਹੈ, ਕਿਤੇ ਪਹੁੰਚਣਾ, ਪਹੁੰਚ ਲਏ ਉਹਦਾ ਸਿਖਰ। ਹਾਂ ਨਹੀਂ ਉਹ ਆਇਆ ਜੀ, ਹੁਣ ਦੇਖੋ ਹੁਣ ਠਰਮਾ ਜਿਹਾ ਹੋ ਗਿਆ, ਹੁਣ ਕਹਿੰਦਾ ਭੜਕੌੜ ਜੀ ਨਹੀਂ ਹੁੰਦੀ ਵੀ ਇਸ ਮੁਲਕ ਜਾ ਕੇ ਇੱਦਾਂ ਫੁੱਟੇ ਚੱਕ ਦੇਣੇ, ਇੰਨੇ ਪੈਸੇ ਬਣ ਜਾਣ ਤਾਂ ਇੰਨੀਆਂ ਪੇਂਟਿੰਗਾਂ ਵਿਕ ਜਾਣ, ਆਹ ਕੰਮ ਐਂ ਹੋ ਜੇ, ਆਹ ਵੀਜ਼ਾ ਮਿਲ ਜੇ, ਐਂ ਹੋ ਜੇ, ਹੁੰਦਾ ਸੀ ਕਿਸੇ ਵੇਲੇ ਕਰਨਾ ਪੈਂਦਾ। ਹੁਣ ਦਾ ਜਿਹੜੇ ਨੈਚੁਰਲ ਜਿਹੇ ਮੁਲਕ ਆ, ਕਈ ਤਾਂ ਜਾ ਕੇ ਸ਼ਾਂਤੀ ਨਾਲ ਕਿਤੇ ਟਿਕਾਣੀ ਹੈ ਅਤੇ ਬੈਠ ਕੇ ਥੋੜ੍ਹਾ ਜਿਹਾ ਨੇਚਰ ਵਾਚ ਕਰਕੇ ਆਪਦਾ ਮੈਡੀਟੇਸ਼ਨ ਵਾ ਕੇ ਬਾਬੇ ਦਾ ਨਾਮ ਵੀ ਲਿਆ ਜਾਵੇ, ਹੈ ਨਾ, ਅਤੇ ਕਹਿ ਲਓ ਵੀ ਹੁਣ ਹਰ ਕੰਮ ਠਰਮੇ ਨਾਲ ਥੋੜ੍ਹਾ ਜਿਹਾ ਸਹਿਜ ਨਾ ਹੋ। ਵੀਰ ਦੱਸ ਰਿਹਾ ਤਾ ਵੀ ਤੁਸੀਂ ਜਦੋਂ ਉੱਥੇ ਗਏ ਤੇ ਬੜਾ ਭੰਗਾਲ, ਕਹਿੰਦੇ ਰੋਜ਼ ਅਰਦਾਸ ਕਰੇ ਕਰਦੇ ਤੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਵੀ ਚੰਗੇ ਬੰਦੇ ਨਾਲ ਮੇਲ ਹੋਇਆ। ਦੇਖੋ ਜੇ ਤੁਸੀਂ ਯਾਤਰੂ ਹੋ ਤਾਂ ਆਪ ਤੋਂ ਚੰਗੇ ਯਾਤਰੂ ਦੀ ਯਾਦ ਕਰੋਗੇ, ਗੁਰੂ ਨਾਨਕ ਦੇਵ ਜੀ ਦੇ ਮਰਦਾਨਾ ਜੀ ਤੋਂ ਵਧੀਆ ਯਾਤਰਾਵਾਂ ਕਿਹਨੇ ਕਰਨੀਆਂ ਨੇ, ਆਪਾਂ ਤਾਂ ਉਹਨਾਂ ਨੂੰ ਜਾਣਦੇ ਹਾਂ। ਅਸੀਂ ਜਦੋਂ ਵੀ ਟੈਂਟ ਲਾਉਂਦੇ ਹਾਂ ਆਪਾਂ ਉਹਨਾਂ ਦਾ ਨਾਂ ਲੈ ਕੇ ਸਵੇਰੇ ਉੱਠਦੇ ਹਾਂ, ਕਹੀਦਾ ਹੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ, ਜਿੱਦਾਂ ਤੁਸੀਂ ਯਾਤਰਾ ਕੀਤੀ ਸਾਨੂੰ ਵੀ ਉਸ ਤਰ੍ਹਾਂ ਵਧੀਆ ਬੰਦੇ ਮਿਲਾਉਣਾ, ਰਾਤ ਸੁੱਖ ਦੀ ਬਤੀਤ ਹੋਈ ਹੈ, ਸਵੇਰੇ ਵਧੀਆ ਰਸਤੇ ਦਿਖਾਉਣੇ, ਜਿਹੜੇ ਪਿੰਡ ਜਾਈਏ ਸਾਨੂੰ ਵੀ ਰੋਟੀ ਮਿਲੇਗੀ, ਕਿ ਉਹਨਾਂ ਨੂੰ ਦੇਖੋ ਹਰ ਕੀਰਤਨ ਤੋਂ ਬਾਅਦ ਹਰ ਪਿੰਡ 'ਚ ਉਹਨਾਂ ਨੂੰ ਮਰਦਾਨਾ ਜੀ ਰੋਟੀ ਲਿਆ ਕੇ, ਕਿੰਨਾ ਵਧੀਆ ਸਿਸਟਮ ਸੀ। ਸਿੱਖਾਂ ਨੂੰ ਸਾਰਿਆਂ ਨੂੰ ਹੀ ਐਂ ਚੱਲਣਾ ਚਾਹੀਦਾ, ਇੱਕ ਇੰਸਟਰੂਮੈਂਟ ਸਿੱਖੋ ਮਰਦਾਨਾ ਜੀ ਵਾਂਗੂ, ਅਤੇ ਗੁਰੂ ਨਾਨਕ ਦੇਵ ਜੀ ਵਾਂਗੂ ਪੈਦਲ ਯਾਤਰਾਵਾਂ ਕਰੋ, ਅਤੇ ਦੂਰ ਦੂਰ ਦੇ ਦੇਸ਼ਾਂ ਦੇ ਲੋਕਾਂ ਨੂੰ ਮਿਲੋ, ਹੋਰਾਂ ਨੂੰ ਵੀ ਮਿਲੋ, ਆਪਣਿਆਂ ਨੂੰ ਹੀ ਨਾ, ਇੱਥੇ ਲੰਗਰ ਲਾ ਲਾ ਮੋਟੇ ਢਿੱਡਾਂ ਵਾਲੇ ਇੱਕ ਦੂਜੇ ਨੂੰ ਰਜਾਈ ਜਾ ਰਹੇ ਨੇ, ਸਮੁੰਦਰ 'ਚ ਮੀਂਹ ਪਿਆ ਕੀ ਫਾਇਦਾ ਹੋਇਆ, ਹੈਂ ਠੀਕ ਹੈ ਪਹਿਲੇ ਹੀ ਭਰਿਆ ਪਿਆ। ਹਾਂ ਉਹੀ ਆਪਣੇ ਪਹਿਲੇ ਰਾਤ ਨੂੰ ਪੌਣੇ 12 ਵਜੇ ਰਹਿਣ ਸਵਾਈ ਕੀਰਤਨ 'ਚ ਮਨਚੂਰੀਅਨ ਦੇ ਲੰਗਰ ਚੱਲ ਰਹੇ ਨੇ ਜੀ, ਹੈ ਨਾ, ਉਹ ਸੌਣ ਦਾ ਟਾਈਮ ਹੈ ਬਾਈ, ਤਾਂ ਕਿ ਤੜਕੇ ਸਵੇਰੇ ਉੱਠ ਕੇ ਗੁਰੂ ਨਾਨਕ ਦੇਵ ਜੀ ਦੇ ਕਹਿੰਦੇ ਹਾਲ ਨੂੰ ਉੱਥੇ ਤਾਤ ਪਵੇ, ਹੈ ਨਾ। ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਸਿੱਖਾਂ ਨੂੰ ਮੁੱਕਦੀ ਗੱਲ ਯਾਰ ਹੈ, ਬਾਹਲਾ ਉਪਦੇਸ਼ ਦੇਣ ਦਾ ਫਾਇਦਾ ਨਹੀਂ, ਸਾਰੇ ਸਿਆਣੇ ਹੈ ਬਈ, ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਜਿਹਨਾਂ ਦਾ ਗੁਰੂ ਇੰਨਾ ਚੱਲਿਆ ਹੋਵੇ, ਔਰ ਉਹ ਬੰਦੇ ਫੋਰਚੂਨਰ ਤੋਂ ਪੈਰ ਹੀ ਨਾ ਥੱਲੇ ਥੱਲੇ ਲਾਉਣ, ਸਿੱਖ ਤੁਰਨੋਂ ਘੱਟ ਗਏ ਬਾਈ, ਸਭ ਤੋਂ ਵੱਧ ਹਾਰਟ ਅਟੈਕ ਇੰਗਲੈਂਡ 'ਚ ਸਿੱਖਾਂ ਨੂੰ ਹੁੰਦਾ, ਕਹਿੰਦੇ ਇਹ ਮੈਡੀਕਲ ਰਿਪੋਰਟ ਆ ਬ੍ਰਿਟੇਨ ਦੀ, ਠੀਕ ਹੈ ਨਾ। ਉਹੀ ਆ ਪਰੌਂਠੇ ਆ ਲਿਆ ਮੱਖਣ ਲਿਆ ਕੇ, ਉਹ ਹਿੱਲ ਜੁੱਲ ਹੈ ਨਹੀਂ ਗੀ, ਨਹੀਂ ਉਹ ਜਿਹੜੇ ਪਿੰਡਾਂ ਦੇ ਚਾਰ ਬੰਦੇ ਹਿਲਜੁਲ ਕਰਦੇ ਆ, ਉਹ ਵਿਚਾਰੇ ਬੈਠੇ ਆ ਹੁਣ ਉੱਥੇ, ਹੈ ਨਾ, ਠੀਕ ਹੈ ਨਾ, ਹਿਲਜੁਲ ਤਾਂ ਉਹੀ ਕਰਦੇ ਆ। ਕਹਿੰਦੇ ਸੁਪ੍ਰੀਤ ਸਿੰਘ ਰੋਜ਼ ਛੁੱਟੀ ਪਰ ਰੋਜ਼ ਕੰਮ ਪਰ, ਕਿਆ ਨਜ਼ਾਰਾ ਹੈ। ਉਹ ਕੈਲੰਡਰ ਹੁੰਦਾ ਬੰਦਾ ਰਸੋਈ 'ਚ ਕੈਲੰਡਰ ਲਾਉਂਦਾ, ਉਹ ਤਾਂ ਗੋਲੇ ਮਾਰਦਾ ਛੁੱਟੀਆਂ ਦੇ, ਦਫ਼ਤਰ ਵਾਲੇ ਕਰਦੇ ਆ ਨਾ, ਅਸੀਂ ਉਹ ਵੀ ਲਾਉਂਦੇ ਆਪਦਾ ਕੈਲੰਡਰ ਆਪ ਛਾਪੀਦਾ ਬਾਈ ਹਰ ਸਾਲ, ਠੀਕ ਆ। ਉਹ ਗੱਲ ਉਹੀ ਹੈ ਯਾਰ, ਦੇਖ ਟਾਈਮ ਨਾਲ ਕੋਈ ਕੰਮ ਸਿੱਖ ਲਿਆ, ਆਪਦੀ ਮਰਜ਼ੀ ਨਾਲ ਕੰਮ ਕਰੋ, ਆਪਦਾ ਘਰੇ ਬੈਠੇ ਆ, ਕੋਈ ਦੁਕਾਨ ਨਹੀਂ, ਕੋਈ ਕਿਸੇ ਦੀ ਕੋਈ ਨੌਕਰੀ ਨਹੀਂ ਹੈ, ਠੀਕ ਆ, ਆਪਣਾ ਕੰਮ ਹੈ, ਦੂਰ ਦੂਰ ਦੇਸ਼ਾਂ 'ਚ ਆਪਣੇ ਲਿੰਕ ਬਣੇ ਹੋਏ ਨੇ, ਕੰਮ ਵਧੀਆ ਕਰਕੇ ਦੇਣਾ, ਗਾਹਕ ਨਾਲ ਧੋਖਾ ਨਹੀਂ ਕਰਨਾ, ਜਿੰਨਾ ਆਉਂਦਾ ਲਾਓ, ਸੁਖਪ੍ਰੀਤ ਨਾ ਸਿੱਖਿਆ ਉਹਨਾਂ ਲਾ ਕੇ ਕਰਕੇ ਦਿਓ, ਅਗਲੇ ਨੂੰ ਠੱਗੀ ਨਾ ਕਰੋ, ਰੰਗਾਂ 'ਚ ਠੱਗੀ ਨਹੀਂ ਹੋ ਸਕਦੀ। ਮੂਰਤੀਆਂ ਮੂਰਤਾਂ ਬਣਾਉਣ ਵਾਲੇ ਬਹੁਤ ਹੈ, ਪਰ ਵੇਚਣ ਵਾਲਾ ਕਹਿੰਦੇ ਕੋਈ ਕੋਈ ਸੁਪ੍ਰੀਤ ਵਰਗਾ, ਨਹੀਂ ਤਾਂ ਬੈਠੇ ਬਹੁਤ। ਬਸ ਆਹੀ ਹੈ ਢੋਸਾ ਲੈ ਜਾਲਸੋ ਐਨ ਆਰਟ, ਜਿਵੇਂ ਆਪਾਂ ਪਹਿਲਾਂ ਵੀ ਕਿਹਾ, ਦੇਖੋ ਤਸਵੀਰ ਤਿਆਰ ਕਰ ਲੈਣੀ, ਫਿਰ ਉਹਨੂੰ ਸਹੀ ਜਗ੍ਹਾ 'ਤੇ ਸਹੀ ਬੰਦਿਆਂ ਦੇ ਵਿੱਚ ਪਹੁੰਚਾਉਣਾ, ਪ੍ਰਦਰਸ਼ਨ ਕਰਨਾ, ਹੈ ਨਾ,
उत्थे फिर लोगों को इंप्रैस करके बाबत दसना दूसरे बंदे दे अंदर वड़ना होंगे तुसी ते जेब चो कुछ बाहर आऊंगा ठीक है ना सही ते जे घरे इकट्ठिया करी जावांगे इन्नियां तस्वीरां फिर की करांगे फिर कितना नाले यार देखो जंगल में मोर नाचा किसने देखा ये चौंक च नचण वाली गल्लां दूर दूर चीजा पहुंचाओ होर घरां नूं भी सजाओ ठीक है ना किन्ने नवे घर किन्ने लोग कनेडा अमरीका पा रहे हैं वो च उन्होंने पंजाब के पिंडां दी तस्वीरां भी लाउणियां महाराजा रणजीत सिंह दी भी लाउणियां ते सिखां च किन्ने आर्टिस्ट ने बहुत थोड़े ते असीं समान तैयार करीदे अगले नूं पसंद आ अगला लैंदा ठीक है हुण इन्ना काम भी नहीं हुंदा हुण साल च मैं तीन वड्डियां बनाईयां बस किसान अंदोलन आ कोविड ते एक तस्वीर होर सी इन्ना वधिया काम थोड़ा ही हुंदा जी ਹੁਣ ਥੋੜਾ ਕੰਮ ਕਰੀਦਾ ਹੁਣ ਹਰ ਇੱਕ ਤੋਂ ਆਰਡਰ ਨਹੀਂ ਫੜੀਦਾ ਵੀ ਉਹਦਾ ਵੀ ਕਰਦੇ ਉਹਦਾ ਵੀ ਕਰਦੇ ਨਾ ਜੀ ਨਾ ਥੋੜੇ ਕੰਮ ਗੱਲ ਕਈ ਵਾਰ ਮਲਾਈ ਜਾਂਦਾ ਆ ਜਾ ਸੋ ਬਈ ਬਹੁਤ ਕਮਾਲ ਦੀਆਂ ਬਾਤਾਂ ਹੈ ਸੁਖਪ੍ਰੀਤ ਸਿੰਘ ਉਹਨਾਂ ਦੇ ਪਾਸ ਇਹਨਾਂ ਦੇ ਘਰਾਂ ਬੈਠੇ ਹੈ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਬਾਤ ਕਰ ਰਿਹਾ ਤਾਂ ਬਾਈ ਉਰੇ ਮੈਂ ਵੈਸੇ ਤਾਂ ਬੜਾ ਚੱਕਰ ਹੈ ਕਿਉਂਕਿ ਘਰ ਹੈ ਅਜਾਇਬ ਘਰ ਨਹੀਂ ਹੈਗਾ ਵੀ ਆਪਾਂ ਦੇਖਣ ਲਾ ਲਿਆ ਪਰ ਸਮਾਨ ਨਹੀਂ ਉਰੇ ਧਿਆਨ ਦਾ ਹੈਗਾ ਵਾ ਦੋ ਕੁ ਮੰਜੇ ਇੱਧਰ ਪਏ ਹੈ ਇੱਕ ਹੇੜਾ ਪਿਆ ਮੰਜਾ ਜਿਸ ਪਰ ਮੈਂ ਸੋਇਆ ਤਾ ਉਹ ਜਿਹੜੇ ਮੋਟੇ ਪਾਵੇ ਵਾਲਾ ਅਤੇ ਬਹੁਤ ਬੰਦੇ ਦਾ ਨਾ ਸਮਾਨ ਘਰਾਂ ਮਤਲਬ ਕਿ ਨਾ ਕਿਸੇ ਘਰਾਂ ਚਲੇ ਜਾਓ ਅੱਜ ਕੱਲ੍ਹ ਹੋਰ ਖੜਾ ਚੱਲ ਰਿਹਾ ਬਾਈ ਇਸ ਤਰ੍ਹਾਂ ਕਰ ਇੱਥੇ ਚਾਹ ਬਣਦੀ ਹੈ ਆਹ ਕੋਠੀ ਦਿਖਾ ਮੈਂ ਪਿੰਡ ਦੇ ਵਿੱਚ ਵੀ ਨਾ ਕੋਠੀ ਸ਼ਬਦ ਆ ਗਿਆ ਕੋਠੀ ਮੈਂ ਕਿਹਾ ਯਾਰ ਮੈਂ ਕੋਠੀ ਦੇਖਣੀ ਆ ਚਾਹ ਪਲਾ ਦੇ ਫਲਾਣੀ ਯਾਰ ਕੋਠੀ ਬੰਦੀ ਤਾਂ ਇੱਕ ਨੰਬਰ ਆ ਦੋ ਨੂੰ ਕਿਸ ਤਰ੍ਹਾਂ ਬਣਾਈ ਯਾਰ ਮੈਂ ਦੱਸਿਆ ਕਰਾਂ ਕੋਠੀ ਦਾ ਮੈਂ ਤਾਂ ਰਹਿਣਾ ਨਹੀਂ ਰਾਤ ਨੂੰ ਉਰੇ ਤੂੰ ਰਹਿਣਾ ਸੋ ਇਹ ਚੱਕਰ ਬੜਾ ਪੈ ਗਿਆ ਵੀ ਉਹ ਬੰਦੇ ਮਤਲਬ ਕਿ ਨਾ ਜਿਹੜਾ ਆਪਣਾ ਪੁਰਾਤਨ ਜਿੰਨਾ ਵੀ ਗੁਰੂ ਨਾਨਕ ਸਾਹਿਬ ਦੇ ਚੱਲੀਆਂ ਬਾਤਾਂ ਕਰ ਰਹੇ ਹਾਂ ਆਪਾਂ ਕਲਾ ਜਾਂ ਸੂਖਮਤਾ ਉਹਨਾਂ ਚੀਜ਼ਾਂ ਦੇ ਮਾਰਾ ਹੁਣ ਮੇਰੇ ਖਿਲਾਫ਼ ਕੋਈ ਲੈਣਾ ਦੇਣਾ ਰਹੇ ਦੇਖੋ ਮੈਨੂੰ ਸ਼ੌਂਕ ਸੀਗਾ ਵੀ ਹੱਥ ਦੇ ਬੁਣੇ ਹੋਏ ਮੰਜੇ ਹੋਣ ਖੁੱਲ੍ਹੇ ਡੁੱਲੇ ਬਾਣ ਵਾਲੇ ਅਤੇ ਮੈਂ ਉਹ ਬਣਾਏ ਵੀ ਰੰਗੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਉਹ ਹਰ ਇੱਕ ਦਾ ਆਪਦਾ ਆਪਦਾ ਮੰਜਾ ਠੀਕ ਹੈ ਪੈ ਜਾਓ ਸਮਾਨ ਥੋੜ੍ਹਾ ਹੀ ਹੋਣਾ ਚਾਹੀਦਾ ਤੁਹਾਨੂੰ ਕੋਈ ਵੀ ਕਵੇ ਹੈ ਚੱਲ ਚੱਕ ਸਮਾਨ ਅਲੱਗ ਕਹੋ ਲੈ ਚੱਕ ਵੀ ਲਿਆ ਨਹੀਂ ਐਵੇਂ ਟਰੱਕ ਬੁਲਾਓ ਬੈਕ ਕਰੋ ਡਾਲਾ ਖੋਲ ਲਓ ਸੋਫਾ ਲੱਦ ਬਾਰਾਂ ਬੰਦੇ ਲਿਆਈ ਸਮਾਨ ਚੁਕਾਉਣਾ ਪਹਿਲਾਂ ਲਿਆ ਕਿਉਂ ਸੀ ਇੰਨਾ ਥਾਂ ਥਾਂ ਬਿੱਲ ਕਟਾਏ ਹੁਣ ਚੱਕ ਨਹੀਂ ਹੁੰਦਾ ਫਿਰ ਕਹਿਣਗੇ ਮੈਂ ਪੇਟੀ 'ਚ ਗਈ ਸੀ ਮੇਰੀ ਡਿਸਕ ਹਿੱਲ ਗਈ ਹੈ ਨਾ ਨਵਾਂ ਪੰਗਾ ਉਹ ਪੰਗੇ ਯਾਰ ਆਪ ਹੀ ਲਏ ਹੋਏ ਨੇ ਲੋਕਾਂ ਨੇ ਐਵੇਂ ਜਿਉਂ ਖਲਾਰਾ ਵਧਾਇਆ ਹੋਇਆ ਕੋਈ ਫਾਇਦਾ ਨਹੀਂ ਅੱਛਾ ਕੱਪੜੇ ਜਿਹਦੇ ਆਪਾਂ ਮੈਂ ਵੀ ਇਹੋ ਜਿਹੇ ਪਾ ਕੇ ਰੱਖਾਂ ਸਾਰੇ ਕੱਪੜੇ ਲੈਦੇ ਹੀ ਹੋਏ ਜਿਹਦੇ ਬੰਦੇ ਬਾਤਾਂ ਕਰਾਂ ਵੀ ਯਾਰੇ ਸੱਪ ਫੜਨ ਵਾਲਾ ਆ ਗਿਆ ਨਹੀਂ ਤਾਂ ਕੱਪੜਿਆਂ ਪਰ ਲੋਕ ਬਹੁਤ ਪੈਸੇ ਫੂਕ ਰਹੇ ਹੈ ਯਾਰ ਆਪਣੇ ਮੁਲਕ ਦਾ ਜਿਹੜਾ ਮੌਸਮ ਹੈ ਸਿਸਟਮ ਹੈ ਕੱਪੜਾ ਤਾਂ ਝੱਟ ਨਾਲ ਜੁੜ ਜਾਂਦਾ ਉਹ 'ਚ ਥੋਂ ਥੋਂ ਖਾਲੀ ਹੋਵੇ ਮਾੜਾ ਮੋਟਾ ਹੋਵੇ ਹੈ ਨਾ ਬਟੂਆ ਬੁਟੂਆ ਵੀ ਸੌਖਾ ਪੈ ਜੇ ਬੰਦਾ ਵਿੱਚ ਤੁਰਿਆ ਫਿਰੇ ਕੁੱਟਦੇ ਵੀ ਜਾਵਾਂਗੇ ਕਿੰਨਾ ਮਜ਼ਾ ਆਉਂਦਾ ਹੈ ਨਾ ਉਹ ਇੱਕ ਬੰਦੇ ਨੇ ਨਾ ਗੱਲ ਸਾਨੂੰ ਪਾਸ ਲਾਈ ਸੀ ਕਹਿੰਦਾ ਵੀ ਕਿਤੇ ਜੂਨ ਕਾ ਮਹੀਨਾ ਵੀ ਉੱਥੇ ਆਪਣੇ ਦਿੱਲੀ ਕਹਿੰਦੇ ਉੱਥੇ ਬੰਦਾ ਟਾਈਟ ਹੋਈ ਬੈਲਟਾਂ ਮੁੱਠ ਲਾ ਕੇ 48 degrees ਤਾਪਮਾਨ ਬੈਠਾ ਉੱਥੇ ਕਹਿੰਦੇ ਗੋਰਾ ਰਹਿੰਦਾ ਉਹ ਹਿੰਦੀ ਜਾਣ ਲੱਗਿਆ ਤਾਂ ਉਰੀ ਰਹਿਣ ਲੱਗਿਆ ਤਾਂ ਉਹ ਆਪਣੇ ਨਿੱਕਰ ਪਾਈ ਵੀਰੇ ਦੇ ਬਨੈਨ ਕਹਿੰਦਾ ਉੱਥੇ ਬੰਦਾ ਦੂਏ ਨੂੰ ਕਹਿ ਰਿਹਾ ਕਹਿੰਦਾ ਦੇਖੋ ਬਾਂਦਰ ਆ ਗਿਆ ਗੋਰੇ ਨੇ ਸੁਣ ਲਿਆ ਕਹਿੰਦਾ ਕਮਾਲ ਹੈ ਬਾਂਦਰ ਮੈਂ ਕਿ ਤੂੰ ਸਹੀ ਗੱਲ 48 degrees ਤਾਪਮਾਨ ਹੈ ਤੂੰ ਬੈਲਟਾਂ ਰਟਾਈਆਂ ਲਾਈ ਬੈਠਿਆ ਸਹੀ ਗੱਲ ਬਾਂਦਰ ਹੈ ਆਪਣੇ ਤਾਂ ਮੁਲਕ ਨੂੰ ਸਵਾਏ ਖੱਦਰ ਤੋਂ ਨਾ ਹਲਕਾ ਜਿਹਾ ਬਈ ਜਿਵੇਂ ਦੋਜੀ ਨੀ ਵੱਧਦੀ ਵਾਹਾਂ ਦੀ ਫਤੂਈ ਜੀ ਪਾਉਂਦੇ ਹੁੰਦੇ ਉਹ ਉਹਤੋਂ ਇਲਾਵਾ ਮੈਂ ਵੈਸੇ ਵੀ ਨਾ ਆਪਣੇ ਢਿੱਲੇ ਜਦੋਂ ਅੰਗਰੇਜ਼ ਟੂਰਿਸਟ ਆਉਂਦਾ ਤੁਸੀਂ ਦੇਖੋ ਉਹ ਲਿਨਨ ਕੋਟਨ ਦਾ ਹਲਕਾ ਜਿਹਾ ਪਜਾਮਾ ਪਾ ਕੇ ਨਾ ਉੱਤੋਂ ਛੋਟਾ ਜਿਹਾ ਕੁੜਤਾ ਪਾ ਕੇ ਛੋਟਾ ਜਿਹਾ ਬੈਗ ਪਾ ਕੇ ਰਿਲੈਕਸ ਹੋ ਕੇ ਘੁੰਮਦਾ ਆਪਣੇ ਮੁੰਡੇ ਪਈਆਂ ਵਾਲੇ ਟੈਚੀ ਲੈ ਕੇ ਇੰਨੀਆਂ ਕਸੀਆਂ ਚੀਨਾਂ ਗੜ 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 ਸੜਕ 'ਤੇ ਕਰਦੇ ਜਾਂਦੇ ਹੁੰਦੇ ਨੇ ਨਹੀਂ ਜਿਹੜੇ ਬੰਦੇ ਨੂੰ ਸਮਾਨ ਪੈਕ ਨਹੀਂ ਨਾ ਕਰਨਾ ਆਉਂਦਾ ਮੌਸਮ ਨੇ ਅਨੁਕੂਲ ਕੱਪੜਾ ਨਹੀਂ ਪਾਉਣਾ ਆਉਂਦਾ ਬੰਦਾ ਰਿਲੈਕਸ ਤਾਂ ਰਹੇ ਯਾਰ ਹੈ ਨਾ ਮੈਂ ਸਮਝਦਾ ਜਗਰਾਫੀਕਲੀ ਕਲਚਰਲੀ ਬੰਦੇ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਸਾਡੇ ਦਾਦੇ ਪੜਦਾਦੇ ਕੀ ਪਾਉਂਦੇ ਸੀ ਸਾਡਾ ਮੌਸਮ ਕੀ ਕਹਿੰਦਾ ਅਤੇ ਮੈਂ ਕਿਹੜੇ ਤਰੀਕੇ ਨਾਲ ਕੰਫਰਟੇਬਲ ਹੋ ਕੇ ਪੇਂਟਿੰਗ ਕਰ ਸਕਦਾ ਬਾਈ ਜੀ ਮੈਂ ਟਾਈਟ ਜੀਨ ਪਾ ਲਾਂ ਢਾਈ ਲਾ ਲਾਂ ਮੈਂ ਪੇਂਟਿੰਗ ਕਰ ਲੂੰਗਾ 8 hours ਇਹਦੇ 'ਚ ਮੈਂ ਜਿਵੇਂ ਮਰਜ਼ੀ ਲੱਤ ਐਂ ਕਰ ਲਾਂ ਐਂ ਕਰ ਲਾਂ ਐਂ ਕਰ ਲਾਂ ਕੋਈ ਚੱਕਰ ਹੀ ਨਹੀਂ ਲੈ ਚੱਕਰ ਆ ਕੋਈ ਨਜ਼ਾਰਾ ਖੁੱਲ੍ਹਾ ਡੁੱਲਾ ਨਾਲੇ ਕੌਣ ਤੁਹਾਨੂੰ ਰੋਕਦਾ ਮੈਨੂੰ ਸਮਝ ਨਹੀਂ ਆਉਂਦੀ ਬਾਈ ਇੱਥੇ ਗੱਲ ਹੋਰ ਵੀ ਹੈ ਜਿਹੜੀ ਗੱਲਾਂ ਪੈਸਿਆਂ ਕਰਾਉਂਦੀਆਂ ਉਹ ਖਾਲੀ ਜੇਬਲ ਵੀ ਕਰ ਸਕਦਾ ਹੋ ਸਕਦਾ ਹੁਣ ਸਮਝ ਆ ਗਈ ਵੀ ਜੇ 15 lakh 'ਚ ਨਜ਼ਾਰਾ ਨਹੀਂ ਆਇਆ 1.5 lakh 'ਚ ਵੀ ਆ ਸਕਦਾ ਆ ਸਕਦਾ ਬਾਈ ਜੀ ਆ ਸਕਦਾ ਬੜਾ ਵਧੀਆ ਆ ਸਕਦਾ ਬੰਦੇ ਨੂੰ ਕੌਨਫੀਡੈਂਸ ਨਾਲ ਨਾ ਨਾਪ ਤੋਲ ਕਰਕੇ ਹਿਸਾਬ ਲਾ ਲੈਣਾ ਚਾਹੀਦਾ ਪੂਰਾ ਇੰਡੀਆ ਟ੍ਰੇਨਾਂ 'ਚ ਦੇਖਣਾ ਹੋਵੇ ਨਾ ਕੁਛ ਵੀ ਨਹੀਂ ਆ ਯਾਰ ਮੈਂ ਕੇਰਲਾ ਤੱਕ 800 rupees 'ਚ ਟ੍ਰੇਨ ਕੇਰਲਾ ਲੈ ਜਾਂਦੀ ਆ ਕੇਰਲਾ ਕੁਚੂਵੇਲੀ ਐਕਸਪ੍ਰੈਸ ਮੈਂ ਉਹ 'ਚ ਬਹੁਤ ਫਿਰਿਆ 12 years ਕੇਰਲਾ ਗੇੜੇ ਦਿੱਤੇ 800 rupees 'ਚ ਕਿਤਾਬ ਪੜ੍ਹਦੇ ਜਾਓ ਤੁਸੀਂ ਸਲੀਪਰ 'ਤੇ ਸੁੱਤੇ ਹੋ ਰਸਤੇ 'ਚ 20 tarah ਦਾ ਫਰੂਟ ਆਉਂਦਾ ਹੈ ਨਾ ਡੋਸੇ ਡੂਸੇ ਕੀ ਕੁਛ ਨਹੀਂ ਆਉਂਦਾ ਖਾਂਦੇ ਪੀਂਦੇ ਜਾਓ ਝੱਟ ਕੇਰਲਾ ਆ ਜਾਂਦਾ 2.5 ਦਿਨ 'ਚ ਲੋਕ 20-20 years ਸਲਾਹ ਕਰੇ ਜਾਂਦੇ ਨੇ ਕੇਰਲਾ ਜਾਵਾਂਗੇ ਭੈਣ ਜੀ ਉਹਨਾਂ ਨੇ ਵੀ ਕਰੀ ਹੈ ਰੇਲ ਗੱਡੀਆਂ ਸਰ
ਰੇਲਗੱਡੀ ਕਿੱਥੇ ਗਏ ਤੇ ਉਹ ਨੇੜੇ ਨੂੰ ਬੈਠੀ ਟ੍ਰੇਨ 'ਚ ਆਪਣੇ ਵਿਆਹ ਤੋਂ ਬਾਅਦ ਸੀ ਅੱਛਾ ਕਿੱਥੇ ਗਏ ਤੇ ਅਸੀਂ ਆਪਾਂ ਗਏ ਸੀ ਦਿੱਲੀ ਗਏ ਸੀ मेरे पिछे गोरी आई बाल खुले हुए सुथन जी पाई इधर चेक उपर चा अलक मतलब पता नहीं लग रहा क्या था बाल बन ले अपने आप कंफर्टेबल लगना चाहिए भी मैं कपड़े किड़े पा गया मैं कहना दूए ने दिखाने थोड़ी पाने हैं मैं उरे दिखाड़ा यही है भी दूए वाले देखा मेरे कपड़े सारे वीजे अमरीका जर्मन ऑस्ट्रिया ठीक है चंगे चंगे मुल्क ने इंग्लैंड कुर्ता पजामा पा के ले है दुनिया के वधिया तो वधिया एयरपोर्ट ते कुर्ते पजामे ने उतरे हैं टॉप दियाँ बर्कले यूनिवर्सिटी तो लैके ठीक है आस्ट्रेलिया के गोल्ड कोस्ट तक इन्हों कुर्ते पजामे ने लोगों ने घर सदे है इन्होंने ही वीजे अपने एग्जीबिशन डेमोस्ट्रेशन दतियाँ ठीक है जी कदे किसी अंग्रेज ने भी मैंने कहा भी ये क्यों पाया की गल है सगो खुश होए ने अपना पहरावा ये साडे लोगों ने झूठ फैलाया हो करी जान के टाई ला के जाई ए करके जाई वह करके जाई मजबूर हो अपने अफसर भी खुश करना मैं कपड़े पाने पैणगे देखो हर एक की मजबूरी भी है फ्रीलांस आर्टिस्ट ना फ्री जिंदगी जिंदा जिहड़ा बंदा आप जिहड़ा तोता आप फ्री है नहीं पिंजरे चो वो सारे तोते नकूगा आ जाओ आ जाओ आ जाओ ਉਹ ਤੋਤੇ ਦੇ ਨਾ ਗੱਲ ਯਾਦ ਆ ਗਈ ਮੈਨੂੰ ਮਾਊਂਟੇਨ ਟਰੈਕਰ ਇੱਕ ਬਹੁਤ ਬੜਾ ਯੂਟਿਊਬਰ ਹੈ ਤੇ ਬਹੁਤ ਦੁਨੀਆ ਘੁੰਮਿਆ ਉਹ ਮੇਰੇ ਕੋਲ 70-80 ਮੁਲਕ ਘੁੰਮ ਲਏ ਉਹ ਬੰਦਾ ਸਰਕਾਰੀ ਮੁਲਾਜ਼ਮ ਤਾਂ ਉਹ ਕਹ ਯਾਰ ਵੀ ਮੈਂ ਨਾ ਇਸ ਚੱਕਰ 'ਚ ਬਹੁਤ ਤਾਂ ਮੈਨੂੰ ਛੁੱਟੀ ਲੈਣੇ ਵਾਸਤੇ ਪੰਗਾ ਪੈਂਦਾ ਤਾਂ ਜਦ ਵੀ ਉਹ ਕਹਿੰਦੇ ਵੀ ਛੁੱਟੀ ਕਿਤੇ ਆ ਰੋਜ਼ ਛੁੱਟੀ ਕਹਿੰਦਾ ਨੌਕਰੀ ਛੱਡਦੀ ਕਹਿੰਦਾ ਬਸ ਇਸ ਕੰਮ 'ਤੇ ਆਪਾਂ ਕਿਉਂਕਿ ਯੂਟਿਊਬ ਪਰ ਉਹ ਚੈਨਲ ਹੈ ਅਤੇ ਉਹ ਪੈਸੇ ਆ ਰਹੇ ਹੈ ਮਿਲੀਅਨ ਮੈਂ ਦੇਖਿਆ ਜਾ ਉਹ ਸੋ ਬਹੁਤ ਸਾਰੇ ਜਿਹੜੇ ਬੰਦੇ ਇਹੋ ਜਿਹੇ ਮਤਲਬ ਕਿ ਆਜ਼ਾਦੀ ਜਿਹੜੀ ਉਹ ਆਪਣੇ ਆਪ ਕਮਾਲ ਹੈ ਦੇਖੋ ਆਜ਼ਾਦੀ ਵੀ ਖਰੀਦਣੀ ਪੈਂਦੀ ਹੈ ਦੇਣਾ ਪੈਂਦਾ ਕੁਛ ਆਜ਼ਾਦੀ ਬੜਾ ਵੱਡਾ ਬੜਾ ਵਧੀਆ ਸ਼ਬਦ ਹੈ ਆਜ਼ਾਦੀ ਵਰਗਾ ਸ਼ਬਦ ਨਹੀਂ ਹੈ ਕੋਈ ਹੋਰ ਇਹ ਤਾਂ ਤੋਤੇ ਬੰਦ ਨੂੰ ਪੁੱਛੋ ਨਾ ਜਿਹਨੂੰ ਚੋਰੀ ਮਿਲਦੀ ਅੰਦਰ ਮਿਰਚਾਂ ਟੁੱਕਦਾ ਤੇ ਇੱਕ ਤੋਤਾ ਆਪ ਅੰਬੀ ਖਾ ਰਿਹਾ ਡੰਬ ਦੇ ਬੈਠਾ ਹੈਨਾ ਮਰਜ਼ੀ ਵਾਲੀ ਹਾਂ ਮਰਜ਼ੀ ਵਾਲੀ ਅੱਧੀ ਟੁੱਕ ਕੇ ਉੱਡ ਗਿਆ ਕੋਈ ਨਾ ਫੇਰ ਸਹੀ ਹੈਨਾ ਉਹ ਫਰਕ ਹੈ ਬਾਈ ਜੀ ਇਹ ਆਜ਼ਾਦੀ ਵਰਗਾ ਚੀਜ਼ ਤਾਂ ਨਹੀਂ ਹੈ ਕੋਈ ਇਹ ਗਿਫਟ ਹੈ ਬਾਕੀ ਵਿਉਂਤਬੰਦੀ ਹੈ ਅਰਲੀ ਏਜ 'ਚ ਵਿਉਂਤਬੰਦੀ ਕਰਕੇ ਬੰਦਾ ਕਈ ਮਸਲੇ ਹੱਲ ਕਰ ਸਕਦਾ ਹੈ ਥੋੜ੍ਹੇ ਨਾ ਗੁਜ਼ਾਰਾ ਕਰੋ ਮਤਲਬ ਉਹੀ ਹੈ ਵੀ ਕਈ ਗੱਲਾਂ ਤੁਹਾਨੂੰ ਲਿਸਟ 'ਚੋਂ ਕੱਢਣੀਆਂ ਵੀ ਪੈਣਗੀਆਂ ਵੀ ਆਹ ਰਹਿਣ ਦਾਂਗੇ ਆਹ ਵੀ ਰਹਿਣ ਦਾਂਗੇ ਆਹ ਰਹਿਣ ਦਾਂਗੇ ਪਰ ਜਿਹੜੀਆਂ ਜ਼ਰੂਰੀ ਹੈ ਉਹ ਬੰਦੇ ਕੋਲ ਆਪਦੇ ਲਈ ਸਮਾਂ ਤਾਂ ਹੋਵੇ ਯਾਰ ਜ਼ਰੂਰੀ ਹੈ ਜਿਹੜਾ ਨਹੀਂ ਚਲੋ ਬਾਈ ਮੇਰਾ ਖਿਆਲ ਹੈ ਜਿਨ੍ਹਾਂ ਨੇ ਮੈਨੂੰ ਸੁਣਿਆ ਅੱਜ ਬਹੁਤ ਚਗਿਆੜੇ ਘੱਟ ਬਾਤਾਂ ਕਿਉਂਕਿ ਬਾਈ ਨੂੰ ਮੈਂ ਪਹਿਲਾਂ ਤਾਂ ਬਹੁਤ ਸਾਲਾਂ 'ਤੇ ਜਾਣਾ ਅਤੇ ਇਹੋ ਜਿਹੀਆਂ ਬਾਤਾਂ ਅੱਜ ਕੱਲ੍ਹ ਘੱਟ ਸੁਣਨ ਨੂੰ ਮਿਲਾਂ ਸੁਰਲੀਆਂ ਜਿਹੜੀਆਂ ਚਗਿਆੜੇ ਦੇਖੋ ਬਾਈ ਜੀ ਮੈਂ ਵੀ ਇਹ ਕਹੂੰਗਾ ਗੱਲਾਂ ਮਾਰਨੀਆਂ ਬਹੁਤ ਸਿਖਲੀਆਂ ਨੇ ਗੱਲਾਂ ਦਾ ਕੜਾਹ ਕਰਨਾ ਸੌਖਾ ਹੁਣ ਅਸੀਂ ਗੱਲਾਂ ਗੁੱਲਾਂ ਮਾਰੀਆਂ ਤੁਸੀਂ ਕਹੋਗੇ ਬੜੀਆਂ ਆਪਣੀਆਂ ਵਡਿਆਈਆਂ ਛੱਡੀਆਂ ਕੀਤਾ ਆਪਦੇ ਆਪ ਨੂੰ ਬੜਾ ਵਧੀਆ ਐਮ ਅਸੀਂ ਆਏ ਹਾਂ ਜੀ ਅਸੀਂ ਉਹ ਕਰਤਾ ਕੁਛ ਨਹੀਂ ਬਾਈ ਜੀ ਜਹਾਜ਼ਾਂ 'ਚ ਬਹਿ ਕੇ ਦੁਨੀਆ ਦੇਖਣੀ ਬੜੀ ਸੌਖੀ ਹੈ ਪਾਇਲਟ ਨੇ ਜਹਾਜ਼ ਚਲਾਉਣਾ ਅਸੀਂ ਤਾਂ ਲੱਤਾਂ ਨਸਾਲ ਕੇ ਬੈਠ ਜਾਣਾ ਹਰ ਬੰਦੇ ਨੂੰ ਅਰਲੀ ਏਜ 'ਚ ਕੋਈ ਨਾ ਕੋਈ ਕੰਮ ਸਿੱਖ ਕੇ ਆਪਣਾ ਆਲੂ ਛੇਤੀ ਭੁੰਨ ਲੈਣਾ ਚਾਹੀਦਾ ਜਿੰਨੀ ਛੇਤੀ ਆਲੂ ਭੁੰਨ ਲਓਗੇ ਉੱਨੀ ਆਜ਼ਾਦੀ ਨਾਲ ਦੁਨੀਆ ਦੇਖ ਲਓਗੇ ਠੀਕ ਹੈ ਨਹੀਂ ਤਾਂ 28-29 ਸਾਲ ਦਾ ਬੰਦਾ ਸਲਾਹ ਕਰਦਾ ਵੀ ਮੈਂ ਕੋਈ ਕੰਮ ਛੇੜਨਾ ਬਈ ਕਦੋਂ ਛੇੜੇਗਾ ਕਦੋਂ ਬਦਲ ਕੋ ਕੱਢੇਗਾ ਨਹੀਂ ਕਦ ਆਲੂ ਭੁੰਨੇਗਾ ਕੰਮ ਨਹੀਂ ਛੇੜਨਾ ਫਿਰ ਜਾਨੂੰ ਵਿਆਹ ਆ ਗਿਆ ਤਾਂ ਪੰਗਾ ਹੀ ਛੇੜਨਾ ਫਿਰ ਤਾਂ ਸੋ ਬਈ ਜਿਨ੍ਹਾਂ ਨੇ ਅੱਜ ਮੈਨੂੰ ਸੁਣਿਆ ਸਾਰਿਆਂ ਦਾ ਬਹੁਤ ਧੰਨਵਾਦ ਹੈ ਬਈ ਬੜਾ ਨਜ਼ਾਰਾ ਆਇਆ ਪਰੌਂਠੇ ਜਿਹੜੇ ਰਾਇਤੇ ਚ ਕੱਦੂ ਪੈਣੇ ਆ ਰੋਟੀਆਂ ਦਾ ਜਗਾੜ ਤੂੰ ਦੇਖੀ ਹਜੇ ਤਾਂ ਬਾਈ ਚਟਣੀ ਦੂਜੀ ਆ ਰਹੀ ਹੈ ਪੁਦੀਨਾ ਘਰ ਦਾ ਆਪਣਾ ਅਨਾਰਦਾਣਾ ਪਾ ਕੇ ਦੇਖੀ ਤੁਸੀਂ ਤੂੰ ਫਿਰ ਲੈ ਵੀ ਹਮੇ ਕੱਦੂ ਰਾਇਤਾ ਖਾਵਾਂ ਤੇ ਥਵੇਂ ਮਾਰਾ ਸੋ ਸਾਰਿਆਂ ਨੂੰ ਜੁਦੇ ਰਹੋ ਰੱਬ ਰੱਖਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੈਮਰਾਮੈਨ ਤੁਹਾਡਾ ਸ਼ੁਕਰੀਆ ਜੀ